ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣਾ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾਰੰਗ ਮਹੱਲਾ ਪੰਜਵਾਂ ਬਿਖਈ ਦਿਨ ਰੈਨ ਇਵਹੀ ਗੁਦਾਰੈ ਗੋਬਿੰਦ ਨ ਭਜੈ ਅਹਮ ਬੁੱਧ ਮਾਤਾ ਜਨਮ ਜੂਐ ਜੁਹਾਰੈ ਬਿਖਈ ਦਿਨ ਰੈਨ ਇਵਹੀ ਗੁਦਾਰੈ ਗੋਬਿੰਦ ਨ ਭਜੈ ਅਹਮ ਬੁੱਧ ਮਾਤਾ ਜਨਮ ਜੂਐ ਜੁਹਾਰੈ ਰਹਾ ਨਾਮ ਅਮੋਲਾ ਪ੍ਰੀਤ ਨ ਤਿਸ ਸਿਓ ਪਰ ਨਿੰਦਾ ਹਿਤਕਾਰੈ ਸ਼ਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ ਕਾਲਰ ਪੋਟ ਉਠਾਵੈ ਮੁੰਡੈ ਅੰਮ੍ਰਿਤ ਮਨ ਤੇ ਡਾਰੈ ਕਾਲਰ ਪੋਟ ਉਠਾਵੈ ਮੁੰਡੈ ਅੰਮ੍ਰਿਤ ਮਨ ਤੈ ਡਾਰੈ ਓਡੈ ਬਸਤਰ ਕਾਜਰ ਮੈਂ ਪਰਿਆ ਬੌਰ ਬੌਰ ਫਿਰ ਚਾਰੈ ਕਾਟੈ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨ ਸਕੈ ਗਵਾਰੈ ਕਉ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ
ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਪਹਿਲੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਅਤੇ ਗੁਰਮਤਿ ਦੀਆਂ ਵਿਚਾਰਾਂ ਭਾਈ ਸਾਹਿਬ ਹੋਣਾ ਪਾਸੋਂ ਮੇਰੇ ਤੋਂ ਪਹਿਲਾਂ ਆਪ ਜੀ ਨੇ ਬੜੇ ਟਿਕਾਅ ਨਾਲ ਪਿਆਰ ਵਿੱਚ ਬੈਠ ਕੇ ਸਰਵਣ ਕੀਤੀਆਂ ਹਨ। ਬਾਕੀ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਹੈ ਕਿ ਤੁਹਾਡੇ ਨਗਰ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਕੱਲ੍ਹ ਰਾਤ ਡੈਥ ਹੋਈ ਹੈ, ਉਸ ਕਰਕੇ ਵੀ ਸੰਗਤ ਦੀ ਹਾਜ਼ਰੀ ਥੋੜ੍ਹਾ ਅੱਜ ਘੱਟ ਹੈ, ਕਿਉਂਕਿ ਕੁਦਰਤੀ ਗੱਲ ਹੈ ਕਿ ਜਦੋਂ ਨੌਜਵਾਨ ਪਿੰਡ ਵਿੱਚੋਂ ਇੱਦਾਂ ਦੀ ਘਟਨਾ ਵਾਪਰਦੀ ਹੈ ਤਾਂ ਹਰ ਇੱਕ ਨੂੰ ਇੰਝ ਲੱਗਦਾ ਜਿਵੇਂ ਸਾਡੇ ਨਾਲ ਹੀ ਇਹ ਘਟਨਾ ਵਾਪਰ ਗਈ ਹੋਵੇ, ਮਹਿਸੂਸ ਕੀਤਾ ਜਾਂਦਾ ਹੈ। ਵਿਆਹਾਂ ਸ਼ਾਦੀਆਂ 'ਤੇ ਅਸੀਂ ਕਿਸੇ ਦੇ ਬੁਲਾਵੇ 'ਤੇ ਜਾਂਦੇ ਹਾਂ, ਪਰ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇੱਥੇ ਕੋਈ ਸੱਦਾ ਪੱਤਰ ਨਹੀਂ ਉਡੀਕਦਾ। ਉੱਥੇ ਕਈ ਵਾਰੀ ਇੰਝ ਵੀ ਹੁੰਦਾ ਸਾਡੀ ਕਿਸੇ ਨਾਲ ਸਾਂਝ ਵੀ ਨਾ ਹੋਵੇ, ਅਸੀਂ ਕਿਸੇ ਨੂੰ ਜਾਣਦੇ ਵੀ ਨਾ ਹੋਈਏ, ਅਤੇ ਹਮਦਰਦੀ ਦੇ ਤੌਰ 'ਤੇ ਵੀ ਇਹਨਾਂ ਮੌਕਿਆਂ 'ਤੇ ਇੱਕ ਦੂਜੇ ਦੇ ਦੁੱਖ ਵਿੱਚ ਸ਼ਾਮਿਲ ਹੋਇਆ ਜਾਂਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੀ ਅੱਗ ਦੀ ਭੱਠੀ ਜਾਂ ਸੇਕ ਜਿਹੜਾ ਇਸ ਵਕਤ ਲੱਗ ਰਿਹਾ ਸਾਰੇ ਮਹਿਸੂਸ ਕਰ ਰਹੇ ਨੇ, ਪਰ ਗੱਲ ਪਿਆਰਿਓ ਇਹ ਇੱਕ ਦੋ ਦਿਨਾਂ ਦੀ ਨਹੀਂ ਹੈ, ਗੱਲ ਪਹਿਲਾਂ ਚੱਲਦੀ ਆ ਰਹੀ ਹੈ, ਪਤਾ ਸਾਨੂੰ ਹੁਣ ਲੱਗਣਾ ਸ਼ੁਰੂ ਹੋਇਆ ਹੈ। ਗੁਰੂ ਬਖਸ਼ਿਸ਼ ਕਰੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਾਣ ਵਾਲਾ ਚਲੇ ਜਾਂਦਾ ਹੈ, ਪਰ ਜਿਹੜੇ ਮਗਰ ਪਰਿਵਾਰ ਦੇ ਜੀ ਸੰਤਾਪ ਭੋਗਦੇ ਨੇ ਉਹ ਸਿਰਫ ਉਹ ਪਰਿਵਾਰ ਜਾਣਦੇ ਨੇ, ਉਹ ਪਤਨੀਆਂ ਜਾਣਦੀਆਂ ਨੇ, ਉਹ ਮਾਵਾਂ ਜਾਣਦੀਆਂ ਨੇ, ਉਹ ਬਾਪ ਜਾਣਦੇ ਨੇ। ਜਾਣ ਵਾਲਾ ਜਦੋਂ ਆਤਮ ਹੱਤਿਆ ਵੀ ਕਰਦਾ ਉਹ ਆਪਣੀ ਜੀਵਨ ਲੀਲਾ ਕਿਸੇ ਦੇ ਸਿਰ ਚੜ੍ਹ ਕੇ ਖਤਮ ਕਰ ਦਿੰਦਾ, ਪਰ ਸੰਤਾਪ ਜਿਹੜੇ ਉਸ ਪਰਿਵਾਰ ਨਾਲ ਉਸ ਜੀ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਭੋਗਣਾ ਪੈਂਦਾ। ਜਿਹੜੇ ਬੱਚਿਆਂ ਦੇ ਹੱਸਣ ਖੇਡਣ ਦੇ ਦਿਨ ਹੁੰਦੇ ਨੇ, ਜਦੋਂ ਪਰਿਵਾਰ ਵਿੱਚੋਂ ਕੋਈ ਇੱਦਾਂ ਜੀ ਜਾਂਦਾ ਉਹਨਾਂ ਦੇ ਉਹ ਸਾਰੇ ਦਿਨ ਗਵਾਚ ਜਾਂਦੇ ਨੇ, ਕਈ ਸਾਲ ਲੱਗ ਜਾਂਦੇ ਨੇ ਪਰਿਵਾਰ ਨੂੰ ਵਾਪਸ ਉਸ ਜਗ੍ਹਾ 'ਤੇ ਆਉਣ ਲੱਗਿਆਂ। ਆਓ ਗੁਰੂ ਬਖਸ਼ਿਸ਼ ਕਰੇ, ਮਾਲਕ ਪਰਿਵਾਰ ਨੂੰ ਪਿੱਛੇ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹਿੰਮਤ ਬਖਸ਼ਿਸ਼ ਕਰੇ। ਆਪਾਂ ਤਾਂ ਇਹੋ ਹੀ ਕਹਿ ਸਕਦੇ ਹਾਂ, ਪਰ ਗੱਲ ਫਿਰ ਉੱਥੇ ਆਉਂਦੀ ਹੈ, ਇਹ ਅੱਗ ਕੇਵਲ ਇੱਕ ਦੋ ਪਰਿਵਾਰਾਂ ਨੂੰ ਲੱਗੀ ਨਾ ਸਮਝੋ, ਅੱਗ ਬਹੁਤ ਲੱਗੀ ਹੈ, ਕਈਆਂ ਨੂੰ ਪਤਾ ਲੱਗ ਰਿਹਾ ਅਤੇ ਕਈਆਂ ਨੂੰ ਅਜੇ ਨਹੀਂ ਪਤਾ ਲੱਗ ਰਿਹਾ, ਅਣਜਾਣ ਬਣੇ ਪਏ ਨੇ ਕਈ। ਜਾਗ ਜਾਓ, ਪਤਾ ਸਾਰਿਆਂ ਨੂੰ ਹੈ, ਇਹ ਸੱਚਾਈ ਹੈ। ਜਦੋਂ ਇਲੈਕਸ਼ਨ ਆਉਂਦੀਆਂ ਨੇ ਕਿ ਉਦੋਂ ਸਾਨੂੰ ਪਤਾ ਨਹੀਂ, ਸ਼ਰੇਆਮ ਜਦੋਂ ਰਾਜਨੀਤਿਕ ਲੋਕਾਂ ਦੇ ਹੱਕ ਵਿੱਚ ਅਸੀਂ ਭੁਗਤਦੇ ਹਾਂ, ਨਸ਼ੇ ਵੰਡਦੇ ਹਾਂ, ਉਦੋਂ ਨਹੀਂ ਸਮਝ ਆਉਂਦੀ ਸਾਨੂੰ ਵੀ ਇਹ ਆਹ ਜਿਹੜੀਆਂ ਹੱਥ ਨਾਲ ਦਿੱਤੀਆਂ ਗੰਢਾਂ ਸਾਨੂੰ ਕੱਲ੍ਹ ਨੂੰ ਮੂੰਹ ਨਾਲ ਖੋਲ੍ਹਣੀਆਂ ਪੈਣੀਆਂ ਨੇ। ਮੈਂ ਸਮਝਦਾ ਕਿਸੇ ਦੇ ਘਰ ਜਾ ਕੇ ਹਮਦਰਦੀ ਦੇ ਦੋ ਬੋਲ ਬੋਲ ਦੇਣੇ ਇਹ ਤਾਂ ਬਹੁਤ ਸੌਖੇ ਨੇ, ਪਰ ਇੱਥੋਂ ਤੱਕ ਲਿਆਇਆ ਕੌਣ ਹੈ? ਸਾਡੀਆਂ ਤਾਂ ਧਾਰਮਿਕ ਇਲੈਕਸ਼ਨਾਂ ਜਿਹੜੀਆਂ ਨੇ ਉਹ ਵੀ ਭਾਵੇਂ ਤਾਂ ਇਲੈਕਸ਼ਨਾਂ ਚਾਹੀਦੀਆਂ ਨਹੀਂ, ਉਹ ਵੀ ਨਸ਼ੇ ਤੋਂ ਮੁਕਤ ਨਹੀਂ ਹੈਗੀਆਂ। ਤੋ ਆਓ ਗੁਰੂ ਬਖਸ਼ਿਸ਼ ਕਰੇ। ਗੁਰੂ ਅਰਜਨ ਸਾਹਿਬ ਦਾ ਸ਼ਬਦ ਆਪਾਂ ਬੜੇ ਪਿਆਰ ਨਾਲ ਪੜ੍ਹੇ, ਰਾਗ ਸਾਰੰਗ ਅੰਦਰ 1205 ਅੰਕ 'ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈ ਮਾਂ ਨੇ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ, ਜਿਹੜੇ ਨੌਜਵਾਨ ਸੇਵਾ ਕਰ ਰਹੇ ਨੇ, ਠੀਕ ਹੈ, ਜਿਹੜੇ ਬਿਨਾਂ ਸੇਵਾ ਤੋਂ ਵੈਸੇ ਬਾਹਰ ਖੜ੍ਹੇ ਨੇ ਉਹਨਾਂ ਨੂੰ ਬੇਨਤੀ ਕਰਕੇ ਅੰਦਰ ਲੈ ਕੇ ਆਓ, ਤਾਂ ਕਿ ਆਪਾਂ ਰਲ ਮਿਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾ ਸਕੀਏ। ਤੁਸੀਂ ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ ਜੀ, ਜਿਹੜੀ ਬੁਲਾਰਾ ਹੁੰਦਾ ਉਹਦੇ ਸਾਹਮਣੇ ਸੰਗਤ ਬੈਠੀ ਹੋਵੇ ਅਤੇ ਉਹ ਵੇਖ ਕੇ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ। ਤੁਹਾਨੂੰ ਵੀ ਬੇਨਤੀ ਹੈ ਜੀ, ਜੇ ਸਾਹਮਣੇ ਆ ਜਾਓ, ਕਿਉਂਕਿ ਜਿੰਨੀ ਕੁ ਸੰਗਤ ਅੱਜ ਸਵਾਇਆ ਬੈਠੀ ਹੈ, ਭਾਵੇਂ ਗਰਮੀ ਦਾ ਮੌਸਮ ਹੈ, ਬੇਨਤੀ ਹੈ ਸਾਹਮਣੇ ਹੋ ਕੇ ਬਵਾਂਗੇ ਆਪਾਂ ਤਾਂ ਫਿਰ ਜ਼ਿਆਦਾ ਆਨੰਦ ਜਿਹੜਾ ਆਏਗਾ, ਕਿਉਂਕਿ ਮੈਂ ਤੁਹਾਡੇ ਨਾਲ ਹੀ ਵਿਚਾਰਾਂ ਕਰਨੀਆਂ ਨੇ। ਜੇ ਤੁਸੀਂ ਸਾਹਮਣੇ ਹੋ ਕੇ ਬੈਠੋਗੇ ਤੁਹਾਡੇ ਨਾਲ ਹੀ ਵਿਚਾਰਾਂ ਜਿਹੜੀਆਂ ਉਹ ਸਾਂਝ ਜਿਹੜੀ ਹੈ ਪਾਈ ਜਾਣੀ ਹੈ। ਆਓ, ਭਾਵੇਂ ਗਰਮੀ ਦਾ ਮੌਸਮ ਹੈ ਪਰ ਆਪਾਂ ਬਰਦਾਸ਼ਤ ਕਰਦੇ ਹੋਏ ਹਾਂ ਗੁਰੂ ਦੀ ਗੋਦ ਵਿੱਚ। ਜੇ ਸਾਡੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜੀ ਰਹੇਗੀ ਫਿਰ ਸਾਡਾ ਧਿਆਨ ਉਖੜੇਗਾ ਨਹੀਂ। ਆਸ ਹੈ ਆਪ ਸਾਰੀ ਸੰਗਤ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਜੀ। ਆਓ, ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਸਾਧ ਸੰਗਤ ਜੀ, ਅਦਬ ਸਤਿਕਾਰ ਨਾਲ ਬੁਲਾਓ ਫਤਿਹ ਅਤੇ ਗੱਜ ਕੇ ਆਖੋ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰਿਓ, ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਰਲ ਕੇ ਇੱਕ ਵਾਰ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਜਿੱਥੇ ਇਹ ਸਮਾਗਮ ਆਪ ਸਰਵਣ ਕਰ ਰਹੇ ਹੋ, ਨਾਲ ਨਾਲ ਸਿੱਖੀ ਲੈ ਟੀ ਵੀ 'ਤੇ ਲਾਈਵ ਇੰਟਰਨੈੱਟ ਮਾਧਿਅਮ ਰਾਹੀਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਸਾਰਾ ਸਮਾਗਮ ਨਾਲ ਨਾਲ ਸਰਵਣ ਕਰ ਰਹੀਆਂ ਨੇ। ਆਓ ਰਲ ਕੇ ਆਪਾਂ ਗੁਰੂ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪਾਉਣੀ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਅਦਬ ਸਤਿਕਾਰ ਨਾਲ ਆਪਾਂ ਇਹਨਾਂ ਤੁਕਾਂ ਦਾ ਪਾਠ ਕਰਨਾ, ਫਿਰ ਆਪਾਂ ਸਤਿਗੁਰ ਦੀ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਰਲ ਕੇ ਕਰਨ ਦਾ ਯਤਨ ਕਰਾਂਗੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, 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 ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਬਲਿਹਾਰੀ ਗੁਰ ਆਪਣੈ, ਬਲਿਹਾਰੀ ਗੁਰ ਆਪਣੈ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ, ਜਿਨ ਮਾਨਸ ਤੇ ਦੇਵਤ ਕੀਏ, ਵਾਹ ਵਾਹ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਆਪਾਂ ਬਹੁਤ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਪੜ੍ਹੇ, ਜਿਸ ਦੀਆਂ ਰਹਾਉ ਦੀਆਂ ਤੁਕਾਂ ਨੇ ਬਿਖਈ ਦਿਨ ਰੈਨ ਇਵੇਂ ਹੀ ਗੁਦਾਰੇ, ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ ਜਨਮ ਜੂਏ ਜਿਉਂ ਹਾਰੈ। ਬਿਖਈ ਦਾ ਅਰਥ ਹੈ ਵਿਕਾਰੀ ਬੰਦਾ, ਜਿਹੜਾ ਵਿਕਾਰਾਂ ਵਿੱਚ ਫਸਿਆ। ਵਿਕਾਰ ਹਉਮੈ ਵੀ ਨੇ, ਵਿਕਾਰ ਕਾਮ ਵਾਸ਼ਨਾਵਾਂ ਵੀ ਨੇ, ਵਿਕਾਰ ਕ੍ਰੋਧ ਵੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਯਾਨੀ ਕਿ ਕੋਈ ਵੀ ਬੁਰੀ ਆਦਤ। ਵਿਕਾਰੀ ਬੰਦਾ ਇਹਨਾਂ ਬੁਰੀਆਂ ਆਦਤਾਂ ਵਿੱਚ ਫਸ ਕੇ ਆਪਣਾ ਦਿਨ ਰਾਤ ਇੱਦਾਂ ਲੰਘਾਉਂਦਾ ਹੈ, ਦਿਨ ਵੀ ਲੰਘਦਾ ਹੈ ਉਹਦਾ, ਉਹਦੀ ਰਾਤ ਵੀ ਇੱਦਾਂ ਲੰਘਦੀ ਹੈ। ਬਿਖਈ ਦਿਨ ਰੈਣ ਇਵੇਂ ਹੀ ਗੁਦਾਰੈ, ਦਿਨ ਅਤੇ ਰਾਤ ਜਿਹੜੇ ਐਬ ਨੇ ਨਾ, ਐਬ ਜਦੋਂ ਐਬਾਂ ਦੀ ਗਿਣਤੀ ਆਉਂਦੀ, ਅਸੀਂ ਸਿਰਫ ਐਬ ਨਸ਼ੇ ਨੂੰ ਮੰਨਦੇ ਹਾਂ ਵੀ ਬੰਦੇ 'ਚ ਐਬ ਕੋਈ ਨਹੀਂ ਹੈ। ਤੋ ਜਿਹੜੇ ਐਬ ਹੁੰਦੇ ਨੇ ਉਹ ਕੇਵਲ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਜਿਹਨੇ ਖੰਡੇ ਦੀ ਪੌਲ ਨਹੀਂ ਲਈ ਉਹਨੂੰ ਹੀ ਐਬ ਨੇ, ਐਬ ਲਾਲਚ ਵੀ ਐਬ ਹੈ, ਹੰਕਾਰ ਵੀ ਐਬ ਹੈ, ਮੋਹ ਵੀ ਐਬ ਹੈ। ਐਬ ਦਾ ਕੋਈ ਇੱਕ ਰੂਪ ਨਹੀਂ ਹੈ, ਜਿਵੇਂ ਆਪਾਂ ਨਹੀਂ ਕਹਿੰਦੇ ਵੀ ਸਾਡੇ ਧੀ ਪੁੱਤ ਨੂੰ ਕੋਈ ਐਬ ਨਹੀਂ ਜੀ, ਸਾਡਾ ਬੱਚਾ ਤਾਂ ਐਬਾਂ ਤੋਂ ਬਚਿਆ ਹੋਇਆ, ਪਰ ਲਾਲਚ ਵੀ ਤਾਂ ਐਬ ਹੀ ਹੈ ਨਾ।
ਲਾਲਚ ਦੇ ਐਬ ਕਰਕੇ ਬੰਦਾ ਭਰਾ ਨਾਲ ਵੀ ਬੇਈਮਾਨੀ ਕਰਦਾ ਹੈ, ਤਾਏ ਚਾਚੇ ਦੇ ਬੱਚਿਆਂ ਨਾਲ ਵੀ ਠੱਗੀਆਂ ਮਾਰਦਾ, ਆਪਣੇ ਅੰਮਾ ਜਾਇਆਂ ਦਾ ਵੀ ਗਲਾ ਘੁੱਟ ਦਿੰਦਾ ਹੈ ਇਸ ਲਾਲਚ ਦੇ ਐਬ ਕਰਕੇ। ਤੋ ਸਤਿਗੁਰੂ ਜੀ ਇੱਥੇ ਜਿਹੜਾ ਸ਼ਬਦ ਵਰਤ ਰਹੇ, ਕਹਿੰਦੇ ਬਿਖਈ, ਬਿਖਈ ਕਹਿੰਦੇ ਵਕਾਰੀ ਨੂੰ, ਕਹਿੰਦੇ ਬਿਖਈ ਦਿਨ ਰੈਨ ਇਵੇਂ ਹੀ ਗੁਜ਼ਾਰੇ। ਵਕਾਰੀ ਬੰਦਾ ਦਿਨ ਅਤੇ ਰਾਤ ਆਪਣਾ ਇੰਜ ਗੁਜ਼ਾਰਦਾ, ਕਹਿੰਦੇ ਬਿਖਈ ਦਿਨ ਰੈਨ ਇਵੇਂ ਹੀ ਗੁਜ਼ਾਰੇ, ਗੋਬਿੰਦ ਨਾ ਭਜੈ। ਗੋ ਦਾ ਅਰਥ ਹੈ ਧਰਤੀ, ਬਿੰਦ ਦਾ ਅਰਥ ਹੈ ਧਰਤੀ ਦਾ ਮਾਲਕ। ਕਹਿੰਦੇ ਧਰਤੀ ਦੇ ਮਾਲਕ ਨੂੰ ਯਾਦ ਨਹੀਂ ਕਰਦਾ, ਜਾਨੀ ਕਿ ਜਿਹੜਾ ਸਮੁੱਚੀ ਕਾਇਨਾਤ ਵਿੱਚ ਇੱਕ ਰਸ ਵਿਆਪਕ ਹੈ, ਸੱਚ ਸਦੀਵ ਰਹਿਣ ਵਾਲਾ, ਉਹਦੇ ਨਾਲ ਸਾਂਝ ਨਹੀਂ ਪਾਉਂਦਾ। ਗੋਬਿੰਦ ਨਾ ਭਜੈ। ਅਹਿਮ ਬੁੱਧ ਮਾਤਾ, ਅਹਿਮ ਬੁੱਧ ਕਹਿੰਦੇ ਨੇ ਹੰਕਾਰ ਵਾਲੀ ਮਾਤਾ, ਵੀ ਮੈਨੂੰ ਕਿਸੇ ਕੋਲੋਂ ਸਿੱਖਿਆ ਲੈਣ ਦੀ ਲੋੜ ਨਹੀਂ, ਮੈਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ, ਮੈਨੂੰ ਸਾਰਾ ਕੁਝ ਪਤਾ ਹੈ। ਇਹ ਬੜੀ ਖਤਰਨਾਕ ਬਿਮਾਰੀ ਹੈ ਪਿਆਰਿਓ। ਜਦੋਂ ਬੰਦੇ ਨੂੰ ਇਹ ਭਰਮ ਪੈ ਜਾਏ ਨਾ ਵੀ ਮੈਨੂੰ ਕਿਸੇ ਕੋਲੋਂ ਸਿੱਖਿਆ ਲੈਣ ਦੀ ਲੋੜ ਨਹੀਂ, ਮੈਂ ਸਿਆਣਾ ਵਾਂ, ਸਮਝ ਲਓ ਉਸ ਬੰਦੇ ਨੇ ਡੁੱਬਣਾ ਹੀ ਡੁੱਬਣਾ। ਬਾਣੀ 'ਚ ਕੀ ਲਿਖਿਆ ਮਹਾਰਾਜ ਨੇ, ਗੁਰ ਕੀ ਮੱਤ ਤੂੰ ਲੇ ਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਲਾ, ਗੁਰੂ ਦੀ ਸਿਕਸ਼ਾ ਲੈ ਲਾ, ਗੁਰੂ ਦੀ ਸਿੱਖਿਆ ਉੱਤੇ ਤੁਰ ਲਾ। ਅੱਜ ਸਾਡੇ ਡੁੱਬਣ ਦਾ ਕਾਰਨ ਕੀ ਹੈ? ਗੁਰੂ ਦੀ ਮੱਤ ਨਹੀਂ ਹੈ ਸਾਡੇ ਕੋਲ। ਆਹ ਹੁਣ ਜਿਹੜੇ ਦਿਨ ਵੇਖ ਰਹੇ ਹਾਂ ਆਪਾਂ, ਇਹ ਸ਼ੁਰੂ ਕਿੱਥੋਂ ਹੋਇਆ? ਇਕੱਲੇ ਤੁਸੀਂ ਇੱਕ ਪਿੰਡ ਦੀ ਗੱਲ ਨਾ ਕਰੋ, ਪੰਜਾਬ ਦੇ ਪਿੰਡਾਂ ਦੇ ਪਿੰਡ ਜਿਹੜੇ ਨੇ ਇਸ ਜਿਹੜੀ ਵਗ ਰਹੀ ਹਨੇਰੀ ਇਹਦੇ ਵਿੱਚ ਡੁੱਬੇ ਪਏ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ। ਜਦੋਂ ਤੁਸੀਂ ਲੱਭਣ ਤੁਰੋਗੇ ਨਾ, ਕਈ ਤੁਹਾਨੂੰ ਲਿੰਬੇ ਪੋਚੇ ਚਿਹਰੇ ਵੀ ਇੱਦਾਂ ਦੇ ਮਿਲਣਗੇ ਜਿਹੜੇ ਹੁਣ ਜਿਵੇਂ ਹੁਣੇ ਗੱਲ ਚੱਲ ਰਹੀ ਸੀ ਵੀ ਆਪਾਂ ਕਹਿੰਦੇ ਟੈਸਟ ਕਰਾਓ ਜਿਹੜੇ ਨਸ਼ੇ ਕਰਦੇ ਆ, ਵੇਚਣ ਵਾਲਿਆਂ ਦਾ ਕਿਹੜਾ ਟੈਸਟ ਕਰੋਗੇ? ਹੁਣੇ ਅਸੀਂ ਗੱਲ ਕਰ ਰਹੇ ਸੀ ਸੰਗਤ ਵਿੱਚ ਬੈਠੇ ਹਾਂ ਇੱਥੇ ਆਉਣ ਤੋਂ ਪਹਿਲਾਂ, ਵੀ ਕਰਨ ਵਾਲਿਆਂ ਦੇ ਤਾਂ ਟੈਸਟ ਕਰ ਲਓਗੇ ਤੁਸੀਂ, ਵੇਚਣ ਵਾਲਿਆਂ ਦਾ ਤਾਂ ਟੈਸਟ ਹੀ ਕੋਈ ਨਹੀਂ ਹੈਗਾ, ਉਹਦਾ ਤੁਸੀਂ ਟੈਸਟ ਕਿੱਦਾਂ ਕਰੋਗੇ? ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਵੀ ਸਾਡੇ ਆਪਣੇ ਮਨ ਕਮਜ਼ੋਰ ਨੇ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ, ਜਿਹੜਾ ਅਕਸਰ ਇਹ ਗੱਲ ਕਹੀ ਜਾਂਦੀ ਨਾ ਵੀ ਪੰਜਾਬ ਦਾ ਬੇੜਾ ਗਰਕ ਹੋ ਗਿਆ, ਪੰਜਾਬ ਗਰਕ ਗਿਆ, ਪੰਜਾਬ ਇੱਦਾਂ ਹੋ ਗਿਆ, ਤੁਹਾਡੇ ਪਿੰਡ ਵਿੱਚ ਕਿੰਨੇ ਨੌਜਵਾਨ ਹੋਣਗੇ ਜਿਹੜੇ ਨਸ਼ਿਆਂ ਤੋਂ ਬਚੇ ਹੋਣਗੇ? ਉਹ ਵੀ ਤਾਂ ਉਸੇ ਪਿੰਡ 'ਚ ਰਹਿ ਰਹੇ ਨੇ, ਉਹ ਵੀ ਤਾਂ ਉਸੇ ਪੰਜਾਬ ਵਿੱਚ ਰਹਿ ਰਹੇ ਨੇ। ਕਿਤੇ ਨਾ ਕਿਤੇ ਸਾਡੇ ਆਪਣੇ ਮਨ ਦੀ ਕਮਜ਼ੋਰੀ ਹੈ। ਜਦੋਂ ਤੁਸੀਂ ਕੜੀ ਮਿਲਾ ਕੇ ਵੇਖੋਗੇ ਨਾ, ਪਹਿਲਾਂ ਤਾਂ ਲਿਖਣ ਵਾਲਿਆਂ ਨੇ ਗਾਣੇ ਨਸ਼ਿਆਂ ਵਾਲੇ ਲਿਖੇ, ਗਾਉਣ ਵਾਲਿਆਂ ਨੇ ਨਸ਼ਿਆਂ ਦੇ ਗਾਣੇ ਗਾਏ, ਫਿਰ ਪੈਲਸਾਂ ਤੱਕ ਗੱਲ ਗਈ। ਆ ਤੁਸੀਂ ਵੇਖਿਆ ਬਰਾਤਾਂ ਜਾਂਦੀਆਂ ਨੇ ਕਿੱਦਾਂ ਮੂਵੀ ਬਣਦੀ ਹੈ, ਹਥਿਆਰ ਕੱਢ ਕੇ ਅਤੇ ਤਾਂ ਨੂੰ ਚਲਾਉਂਦੇ ਨੇ, ਉਦੋਂ ਕੋਈ ਨਹੀਂ ਰੋਕਦਾ ਉਹਨਾਂ ਨੂੰ। ਉਦੋਂ ਇੱਕ ਵਾਰ ਵੀ ਦਿਮਾਗ ਕੰਮ ਨਹੀਂ ਕਰਦਾ ਵੀ ਆਹ ਕੀ ਕਰ ਰਹੇ, ਭਲਾ ਇੱਥੇ ਜੰਗ ਜਿੱਤਣ ਆਏ ਅਸੀਂ ਕੋਈ? ਵੀ ਪੈਲਸਾਂ ਦੇ ਵਿੱਚ ਤਾਂ ਨੂੰ ਹਥਿਆਰ ਕਰਕੇ ਚਲਾਉਣ ਦਾ ਅਰਥ ਕੀ ਰਹਿ ਗਿਆ? ਤੁਸੀਂ ਤਾਂ ਉਹਨਾਂ ਧੀ ਤੋਰਨੀ ਹੈ, ਤੁਸਾਂ ਧੀ ਲੈ ਕੇ ਜਾਣੀ ਹੈ, ਤੁਸੀਂ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਨ ਆਏ ਜੇ, ਇੱਥੇ ਕੋਈ ਜੰਗ ਵਾਲਾ ਮਾਹੌਲ ਹੈ ਭਲਾ? ਸਾਡੀਆਂ ਫੁਕਰੀਆਂ ਨੇ, ਸਾਡੇ ਫੁਕਰ ਪੁਣੇ ਨੇ ਮਾਵਾਂ ਦੇ ਘਰਾਂ 'ਚ ਸੱਥਰ ਵਿਛਾ ਦਿੱਤੇ, ਆਮ ਪਰਿਵਾਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ। ਗੱਲ ਇਕੱਲੀ ਇੱਕ ਥਾਂ 'ਤੇ ਨਹੀਂ ਹੈ। ਨਸ਼ਾ ਜਿਹੜਾ ਹੈ ਨਾ, ਉਹਨੇ ਜਦੋਂ ਮਾਰਨਾ, ਉਹਨੇ ਹਿੰਦੂ ਨਹੀਂ ਵੇਖਣਾ, ਮੁਸਲਮਾਨ ਨਹੀਂ ਵੇਖਣਾ, ਈਸਾਈ ਨਹੀਂ ਵੇਖਣਾ, ਬੋਧੀ ਨਹੀਂ ਵੇਖਣਾ। ਨਸ਼ਾ ਤਾਂ ਹਰ ਇੱਕ ਵਾਸਤੇ ਖਤਰਨਾਕ ਹੈ, ਇਹਦਾ ਕਿਸੇ ਜਾਤ ਕਬੀਲੇ ਨਾਲ ਕੋਈ ਮਤਲਬ ਨਹੀਂ ਹੈ। ਇਹਨੇ ਘਰ ਤਬਾਹ ਕਰ ਲੱਗਿਆਂ ਨਹੀਂ ਵੇਖਣਾ। ਸੋਫੀ ਬੰਦਾ ਹੋਏਗਾ, ਸੌ ਫਿਕਰ ਹੋਏਗਾ ਘਰ ਦਾ ਉਹਨੂੰ। ਸ਼ੁਰੂਆਤ ਬੇੜਾ ਗਰਕ ਰਲ ਕੇ ਹੋਇਆ। ਪਹਿਲਾਂ ਗਾਣੇ ਨਸ਼ਿਆਂ ਦੇ ਲਿਖੇ ਗਏ, ਗਾਣੇ ਨਸ਼ਿਆਂ ਦੇ ਗਾਏ ਗਏ, ਪੈਲਸਾਂ ਵਿੱਚ ਵਿਆਹ ਨਸ਼ੇ ਤੋਂ ਬਿਨਾਂ ਨਹੀਂ ਹੋਏ। ਫਿਰ ਉਸ ਤੋਂ ਬਾਅਦ ਇਲੈਕਸ਼ਨਾਂ ਵੇਲੇ ਨਸ਼ਾ ਸ਼ਰੇਆਮ ਵਰਤਾਇਆ ਗਿਆ, ਸਾਨੂੰ ਬੜਾਵਾ ਦਿੱਤਾ ਗਿਆ। ਹੁਣ ਆਪਾਂ ਖੇਤਾਂ 'ਚ ਕੰਮ ਕਰਾਉਣਾ ਹੋਵੇ, ਕੁਝ ਬੰਦਿਆਂ ਨੂੰ ਛੱਡ ਕੇ, ਮੈਂ ਕਹਿੰਦਾ ਕੁਝ ਬੰਦਿਆਂ ਨੂੰ ਛੱਡ ਕੇ, ਕਿਉਂਕਿ ਸਾਡਾ ਵੀ ਕਿਰਸਾਨੀ ਕਿਤੇ ਨਾ ਸੰਬੰਧ ਰੱਖਣ ਵਾਲਾ ਕੰਮ ਹੈ, ਸਾਨੂੰ ਪਤਾ ਹੈ। ਜਦੋਂ ਤੁਸੀਂ ਖੇਤਾਂ 'ਚ ਕੰਮ ਕਰਾਉਂਦੇ ਨਾ ਮਜ਼ਦੂਰ ਕੋਲੋਂ, ਬਹੁਤ ਬੰਦੇ ਉਦੋਂ ਵੀ ਨਸ਼ਾ ਲਾਉਂਦੇ ਨੇ ਆਪਣਾ ਕੰਮ ਕਢਾਉਣ ਕਰਕੇ, ਵੀ ਮੇਰਾ ਕੰਮ ਵੱਧ ਹੋਵੇ। ਅੱਧਾ ਕਿਲੋ ਭੁੱਕੀ ਖਰੀਦ ਲਿਆਉਣਗੇ, ਵੀ ਇਹਨੂੰ ਚਾਹ 'ਚ ਪਾ ਕੇ ਦਿਓ, ਥਕੇਵਾਂ ਨਹੀਂ ਹੋਏਗਾ ਸ਼ਾਮਾਂ ਤੱਕ। ਤੂੰ ਤਾਂ ਦੋ ਦਿਨ ਕੰਮ ਕਰਾ ਲਿਆ, ਉਹਦਾ ਤਾਂ ਬੇੜਾ ਗਰਕ ਕਰ ਦਿੱਤਾ ਨਾ, ਉਹਨੂੰ ਇਹ ਚੀਜ਼ ਮੁੜ ਕੇ ਲੱਭਣੀ ਨਹੀਂ, ਉਹਨੇ ਮੁੜ ਕੇ ਮੁੱਲ ਲੈਂਦੇ ਫਿਰਨਾ। ਬਹੁਤਿਆਂ ਮਾਫ ਕਰਨਾ, ਜਦੋਂ ਤੁਸੀਂ ਤਹਿਕੀਕਾਤ ਕਰੋਗੇ ਨਾ ਅਤੇ ਮਿਲਵੀ ਜੁਲਵੀ। ਆਪਣਾ ਬੰਦਾ ਨਿੱਜੀ ਕੰਮ ਸਵਾਰਨ ਵਾਸਤੇ ਕਈ ਵਾਰੀ ਆਮ ਦਰਮਿਆਂ ਨੇ ਪਰਿਵਾਰਾਂ ਦੇ ਘਰ ਤਬਾਹ ਕਰ ਦਿੰਦਾ, ਘਰ ਉਜਾੜਦਾ। ਜਿਹੜਾ ਬੰਦਾ ਨਸ਼ਾ ਨਹੀਂ ਕਰਦਾ,
ਉਹਨੇ ਦੋ ਪ੍ਰਸ਼ਾਦੇ ਛਕੇ ਹੋਣ ਨਾ ਉਹਨੂੰ ਨੀਂਦ ਆਉਣ ਲੱਗ ਪੈਂਦੀ, ਕਿਉਂਕਿ ਨਸ਼ੇ ਵਿੱਚ ਤਾਂ ਐਨਰਜੀ ਹੈ, ਜਿਹੜੀ ਰੋਟੀ ਹੈ ਨਾ ਉਹਦੇ ਵਿੱਚ ਵੀ ਤਾਂ ਤਾਕਤ ਹੈ, ਐਨਰਜੀ ਹੈ, ਐਨਰਜੀ ਕਰਕੇ ਤੁਹਾਨੂੰ ਕੂਕੀ ਚੜ੍ਹਦੀ, ਅਤੇ ਜਿਹੜਾ ਬੰਦਾ ਨਸ਼ਾ ਕਰਨ ਵਾਲਾ ਉਹ ਗੋਲੀਆਂ ਖਾ ਕੇ ਵੀ ਉਹਨੂੰ ਗੱਲ ਨਹੀਂ ਬਣ ਰਹੀ। ਤੋ ਜਿਹੜੀ ਗੱਲ ਸਮਝਿਓ ਅੱਜ ਅਜੇ ਵੀ ਨਾ ਸਾਨੂੰ ਸਮਝੇ ਵੀ ਗੁਰੂ ਸਾਹਿਬ ਨੇ ਕਿੰਨੀ ਦੇਰ ਪਹਿਲਾਂ ਕਹਿ ਦਿੱਤੀਆਂ ਗੱਲਾਂ, ਸਾਨੂੰ ਨਸ਼ਿਆਂ ਤੋਂ ਰੋਕਿਆ, ਅਜੇ ਵੀ ਸਾਨੂੰ ਸਮਝ ਨਹੀਂ ਆ ਰਹੀ, ਅਸੀਂ ਮੱਥੇ ਮੜਦ ਨੇ ਜੀ ਸਰਕਾਰਾਂ। ਮੈਂ ਫਿਰ ਬੇਨਤੀ ਕਰਦਾ ਨਾ ਵੀ ਅਸੀਂ ਕਿਸੇ ਸਰਕਾਰ ਦੇ ਹੱਕ 'ਚ ਨਹੀਂ, ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਆਉਣੀਆਂ, ਕੋਈ ਸਰਕਾਰ ਵੀ ਆਏਗੀ ਉਹਨੇ ਇੱਕੋ ਜਿਹਾ ਕੰਮ ਹੀ ਕਰਨਾ, ਬੰਦ ਮੈਨੂੰ ਕਰਨਾ ਪੈਣਾ, ਰਾਖੀ ਤੁਹਾਨੂੰ ਆਪਣੇ ਘਰ ਦੀ ਆਪ ਕਰਨੀ ਪੈਣੀ। ਪਿੱਟੀ ਜਾਓ ਜਿੰਨਾ ਮਰਜ਼ੀ ਵੀ ਕਾਂਗਰਸ ਮਾੜੀ ਹੈ, ਮੁੜ ਕੇ ਅਕਾਲੀ ਲੈ ਆਓਗੇ, ਕਹੋ ਜੀ ਅਕਾਲੀ ਮਾੜੇ, ਮੁੜ ਕੇ ਆਮ ਪਾਰਟੀ ਆ ਜਾਊ, ਜਿਹੜੀ ਮਰਜ਼ੀ ਪਾਰਟੀ ਆ ਜਾਏ, ਪਰ ਤੁਹਾਡੇ ਹੁਣ ਦੱਸੋ ਜਦੋਂ ਪੁੱਤਰਾਂ ਦੇ ਆਨੰਦ ਕਾਰਜ ਹੁੰਦੇ ਉਦੋਂ ਨਸ਼ਾ ਕਿਹੜੀ ਪਾਰਟੀ ਲੈ ਕੇ ਆਉਂਦੀ ਸਾਡੇ ਘਰ, ਬੋਲੋ ਪਿਆਰਿਓ। ਜਦੋਂ ਅਸੀਂ ਆਪਣੇ ਬੱਚਿਆਂ ਦੇ ਆਨੰਦ ਕਾਰਜ, ਹੁਣ ਮੈਂ ਹੁਣੇ ਬੈਠਾ ਸੰਗਤ 'ਚ ਗੱਲ ਕਰ ਰਿਹਾ ਸੀ, ਅਸੀਂ ਕਮਰੇ 'ਚ ਬੈਠੇ ਵੀ ਸ਼ਰਾਬ ਦੀ ਦੁਕਾਨ ਪਿੰਡ ਦੇ ਬਾਹਰ ਵਾਰ ਹੈ ਨਾ, ਹੋਕਾ ਦੇਣ ਆਉਂਦਾ ਕੋਈ ਠੇਕੇ ਵਾਲਾ ਵੀ ਬੋਤਲਾਂ ਲੈ ਲਓ, ਪਊਏ ਲੈ ਲਓ, ਇੱਦਾਂ ਹੋਕਾ ਦਿੰਦਾ ਕੋਈ? ਪੁੜੀਆਂ ਵਾਲਾ ਹੋਕਾ ਦਿੰਦਾ ਵੇਖਿਆ ਵੀ ਸਮੈਕ ਲੈ ਲਓ, ਆ ਹੋਕਾ ਦਿੰਦਾ? ਸਬਜ਼ੀ ਵਾਲਾ ਵਿਚਾਰਾ ਕਰੇਲੇ ਵੇਚਦਾ ਫਿਰਦਾ ਗਲੀ ਦੇ ਵਿੱਚ, ਵੀ ਕਰੇਲੇ ਲੈ ਲਓ, ਮੇਰੇ ਕੋਲ ਭਿੰਡੀਆਂ ਲੈ ਲਓ। ਸਬਜ਼ੀ ਵੇਚਣ ਵਾਲੇ ਨੂੰ ਘਰ ਘਰ ਜਾਣਾ ਪੈ ਰਿਹਾ, ਨਸ਼ੇ ਵਾਲਾ ਆਪਣੀ ਦੁਕਾਨ ਪਾ ਕੇ ਬੈਠਾ, ਫਿਰ ਕੌਣ ਜਾ ਰਿਹਾ ਉੱਥੇ? ਗਾਹਕ ਜਾ ਰਿਹਾ, ਦੋ ਦੋ ਤਿੰਨ ਤਿੰਨ ਪਿੰਡ ਛੱਡ ਕੇ ਜਾ ਰਹੇ ਆ। ਸਬਜ਼ੀ ਵਾਲੇ ਨੂੰ ਤੁਹਾਡੇ ਪਿੰਡ ਆਉਣਾ ਪੈ ਰਿਹਾ ਅਤੇ ਨਸ਼ੇ ਵਾਲੇ ਦੇ ਕੋਲ ਆ ਪਹੁੰਚਿਆ ਜਾ ਰਿਹਾ। ਤੁਸੀਂ ਵੇਖੋ ਕੋਈ ਵੀ ਕੋਈ ਵੀ ਨਸ਼ੇ ਦੀ ਦੁਕਾਨ ਹੋਏਗੀ ਨਾ, ਖਾਸ ਕਰਕੇ ਠੇਕਾ ਉਹ ਤਾਂ ਪਿੰਡ ਦੇ ਬਾਹਰ ਵਾਰ ਹੀ ਹੁੰਦਾ, ਖੇਤਾਂ 'ਚ ਇੱਕ ਨਿੱਕੀ ਜਿਹੀ ਦੁਕਾਨ ਪਾਈ ਹੁੰਦੀ ਹੈ ਅਤੇ ਖੁੱਲ੍ਹਦੀ ਵੀ ਪਹਿਲਾਂ ਅਤੇ ਬੰਦ ਵੀ ਸਭ ਤੋਂ ਬਾਅਦ 'ਚ ਹੁੰਦੀ ਹੈ। ਕਰੇਲਿਆਂ ਵਿਚਾਲੇ ਸਬਜ਼ੀ ਵੇਚਣ ਵਾਲੇ ਦਾ ਸੰਘ ਸੁੱਕ ਜਾਂਦਾ ਸਾਰੀ ਦਿਹਾੜੀ ਵੇਚ ਵੇਚ ਕੇ, ਅਖੀਰ ਜਦੋਂ ਅਖੀਰਲਾ ਫੇਰਾ ਰਹਿ ਜਾਂਦਾ ਨਾ ਉਹ ਕਈ ਵਾਰੀ ਇੱਦਾਂ ਵੀ ਕਹਿੰਦਾ ਵੀ ਜਿੰਨੇ ਦੇ ਲਿਆਂਦੇ ਉਨੇ ਦੇ ਲੈ ਲਓ, ਵੀ ਕੱਲ੍ਹ ਤੱਕ ਤਾਂ ਇਹ ਵੀ ਖਰਾਬ ਹੋ ਜਾਣੇ ਆ। ਨਸ਼ੇ ਵਾਲਾ ਕੋਈ ਨਹੀਂ ਕਹਿੰਦਾ, ਕਹਿੰਦਾ ਉਹਨੂੰ ਪਤਾ ਇਹਨਾਂ ਮਰ ਮਰ ਕੇ ਲੈਣਾ, ਇਹਨਾਂ ਸਿਲੰਡਰ ਵੇਚ ਵੇਚ ਕੇ ਲੈਣਾ, ਇਹਨਾਂ ਮਾਵਾਂ ਦੇ ਗਲਾਂ 'ਚ ਬੂਠੇ ਦੇ ਦੇ ਕੇ ਸਾਡੇ ਕੋਲ ਲੈ ਜਾਣਾ ਸਾਰਾ ਕੁਝ, ਕਿੱਥੇ ਲਿਆ ਕੇ ਸਾਡੀ ਨੌਜਵਾਨੀ ਖਿਲਾ? ਅਜੇ ਵੀ ਸਮਝ ਨਹੀਂ ਆਉਂਦੀ ਕੀ ਘਰਾਂ ਦੇ ਬੱਚਿਆਂ ਨੂੰ ਗੁੱਸਾ ਨਾ ਮਨਾਇਓ, ਮੈਂ ਸਿੱਧੀ ਜੀ ਗੱਲ ਕਹਿੰਦਾ ਕਿ ਘਰ ਦਿਆਂ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਵੀ ਸਾਡਾ ਪੁੱਤ ਧੀ ਨਸ਼ਾ ਕਰਦਾ? ਇੱਕ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ, ਬੰਦੇ ਦੀ ਤੋੜ ਤੋਂ ਪਤਾ ਲੱਗ ਜਾਂਦਾ ਵੀ ਇਹ ਨਸ਼ਾ ਕਰਦਾ ਕਿ ਨਹੀਂ ਕਰਦਾ। ਮਾਂ ਨੂੰ ਨਹੀਂ ਪਤਾ, ਪਿਓ ਨੂੰ ਨਹੀਂ ਪਤਾ। ਅੱਛਾ ਇੱਕ ਬੇਨਤੀ ਮੈਂ ਹੋਰ ਕਰ ਲੱਗਾ, ਧਿਆਨ ਨਾਲ ਸੁਣਿਓ, ਇਹ ਸ਼ਬਦ ਕਈਆਂ ਨੂੰ ਕੜਵੇ ਲੱਗਣੇ ਨੇ ਪਰ ਮੈਂ ਹਰ ਸਟੇਜ 'ਤੇ ਕਹਿੰਦਾ, ਜਦੋਂ ਤੁਹਾਡਾ ਪੁੱਤ ਕੁਆਰਾ ਇਹਨਾਂ ਵਿਆਹਿਆ ਨਹੀਂ, ਜੇ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਨਸ਼ਾ ਕਰਦਾ ਉਹਦਾ ਆਨੰਦ ਕਾਰਜ ਨਾ ਕਰੋ। ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਵੀ ਤੁਸੀਂ ਦੂਜੇ ਪਰਿਵਾਰ ਦੀ ਧੀ ਦੀ ਜ਼ਿੰਦਗੀ ਤਬਾਹ ਕਰੋ। ਮੈਂ ਕਹਿੰਦਾ ਸਭ ਤੋਂ ਵੱਡਾ ਗੁਨਾਹ ਹੈ, ਮੈਂ ਉਸ ਮਾਂ ਬਾਪ ਨੂੰ ਸਭ ਤੋਂ ਵੱਡਾ ਪਾਪੀ ਮੰਨਦਾ ਵੀ ਜਿਹਨੂੰ ਬੱਚੇ ਦਾ ਪਤਾ ਨਸ਼ਾ ਕਰਦਾ ਉਹ ਲਿੰਬ ਪੁੱਜ ਕੇ ਢੱਕ ਢੁੱਕ ਕੇ ਆਪਣਾ ਪੁੱਤ ਵਿਆਹ ਦਿੰਦੇ। ਤੁਹਾਨੂੰ ਕੀ ਅਧਿਕਾਰ ਹੈ? ਤੁਹਾਡੀ ਧੀ ਨਾਲ ਕੋਈ ਇੰਝ ਕਰੇ ਤਾਂ ਤੁਸੀਂ ਕਹਿੰਦੇ ਸਾਡੇ ਨਾਲ ਧੋਖਾ ਹੋਇਆ ਜਿਹੜਾ ਤੁਸੀਂ ਕੀਤਾ ਕਿਸੇ ਨਾਲ। ਹੁਣ ਇਹੋ ਜਿਹਾ ਪਰਿਵਾਰ ਮੈਂ ਕਹਿੰਦਾ ਗੁਰਦੁਆਰੇ ਜਾ ਕੇ ਨੰਗੇ ਪੈਰੀਂ ਵੀ ਮੱਥੇ ਟੇਕ ਕੇ ਜਾ ਕੇ ਨੰਗੇ ਪੈਰੀਂ ਘਰੋਂ ਜਾਵੇ, ਇਕੱਲੀ ਇਕੱਲੀ ਪੌੜੀ 'ਤੇ ਮੱਥਾ ਟੇਕੇ, ਪਰਿਕਰਮਾ ਕਰੇ, ਸਰੋਵਰਾਂ 'ਚ ਇਸ਼ਨਾਨ ਕਰੇ, ਪਾਠ ਕਰੇ। ਸਤਿਗੁਰੂ ਜੀ ਕਹਿੰਦੇ ਕਿਉਂ ਪਖੰਡ ਕਰਦਾ ਭਾਈ, ਤੂੰ ਤਾਂ ਭਲਾ ਹੀ ਨਹੀਂ ਕਰ ਪਾਇਆ, ਤੇਰੇ ਅੰਦਰ ਤੇਡਾ ਵੱਡਾ ਕਪਟ, ਤੈਨੂੰ ਸਾਰਾ ਪਤਾ ਸੀ। ਅਸਲ ਵਿੱਚ ਕੀ ਹੁੰਦਾ ਵੀ ਸਾਨੂੰ ਇੰਝ ਲੱਗਦਾ ਵੀ ਇਹ ਜਿਹੜਾ ਸਾਡਾ ਪੁੱਤ ਨਸ਼ਾ ਕਰਦਾ, ਕੱਲ੍ਹ ਨੂੰ ਵਿਆਹਾਂਗੇ ਅਤੇ ਭਾਰ ਪਊ ਅਤੇ ਇਹਨੇ ਨਸ਼ੇ ਤੋਂ ਘੱਟ ਜਾਣਾ। ਭਾਰ ਪੈਣਾ ਨਹੀਂ ਉਹਦੇ 'ਤੇ, ਭਾਰ ਉਹਨੇ ਤੁਹਾਡੇ 'ਤੇ ਪਾ ਕੇ ਚਲੇ ਜਾਣਾ। ਤੁਹਾਨੂੰ ਭੁਲੇਖਾ, ਅਜੇ ਤਾਂ ਭਾਰ ਇਕੱਲਾ ਮਾਂ 'ਤੇ ਪਿਆ, ਅਜੇ ਇਕੱਲਾ ਭਾਰ ਪਿਤਾ 'ਤੇ ਪਿਆ, ਕੱਲ੍ਹ ਨੂੰ ਉਹਨੇ ਭਾਰ ਤੁਹਾਡੇ 'ਤੇ ਪਾ ਕੇ। ਇੱਕ ਪਿੰਡ ਦੀ ਹਿਸਟਰੀ ਨਹੀਂ, ਪਿੰਡਾਂ ਪਿੰਡਾਂ ਵਿੱਚ ਵਾਪਰੀ ਪਈ ਹੈ ਘਟਨਾ, ਜਿੱਥੇ ਆ ਪਿਛਲੇ ਦਿਨ ਨਹੀਂ ਘਟਨਾ ਵਾਪਰੀ, ਇੱਕ ਬੱਚਾ ਮਾਂ ਪਿਓ ਦੇ ਲਾਸ਼ ਦੇ ਨਾਲ ਲੰਮਾ ਪਿਆ, ਅੱਛਾ ਮੈਂ ਹਫ਼ਤਾ ਵੀ ਨਹੀਂ ਹੋਇਆ ਜੀ ਇਸ ਘਟਨਾ ਨੂੰ, ਉਹ ਪਿਓ ਦੀ ਲਾਸ਼ ਦੇ ਨਾਲ ਲੰਮਾ ਪਿਆ ਅਤੇ ਉਹਦੇ ਦਿਮਾਗ 'ਚ ਵੀ ਪਿਤਾ ਲੰਮੇ ਪਿਆ, ਇਹਨੇ ਉੱਠ ਪੈਣਾ। ਉਹਨੂੰ ਇਹ ਨਹੀਂ ਪਤਾ ਵੀ ਹੁਣ ਇਹ ਉੱਥੇ ਚਲਾ ਗਿਆ ਜਿੱਥੋਂ ਉੱਠਿਆ ਨਹੀਂ ਜਾਣਾ। ਹੁਣ ਦੱਸੋ ਉਸ ਬੱਚੇ ਦਾ ਕੀ ਗੁਨਾਹ ਹੈ? ਮੈਂ ਕਹਿੰਦਾ ਗੁਨਾਹ ਇਹ ਹੈ ਵੀ ਜੇ ਮਾਂ ਨੂੰ ਪਤਾ ਸੀ ਨਾ ਪੁੱਤ ਮੇਰਾ ਨਸ਼ਾ ਕਰਦਾ, ਪਿਓ ਨੂੰ ਪਤਾ ਸੀ ਨਾ ਮੇਰਾ ਪੁੱਤ ਨਸ਼ਾ ਕਰਦਾ, ਅਤੇ ਇਸ ਬੱਚੇ ਨੂੰ ਹੁਣ ਬਾਪ ਕੌਣ ਲਿਆ ਕੇ ਦੇਵੇਗਾ? ਇਸ ਬੱਚੇ ਨੂੰ ਅਨਾਥ ਕਰਨ ਵਿੱਚ ਜਿੱਥੇ ਲੀਡਰ ਜ਼ਿੰਮੇਵਾਰ ਨੇ,
ਪਿੰਡਾਂ ਦੀਆਂ ਪੰਚਾਇਤਾਂ ਜ਼ਿੰਮੇਵਾਰ ਨੇ, ਗ੍ਰੰਥੀ ਪ੍ਰਚਾਰਕ ਜ਼ਿੰਮੇਵਾਰ ਨੇ, ਉੱਥੇ ਮਾਂ ਵੀ ਉਨੀ ਜ਼ਿੰਮੇਵਾਰ ਹੈ, ਬਾਪ ਵੀ ਜ਼ਿੰਮੇਵਾਰ ਹੈ, ਸਮਾਜ ਦਾ ਹਰ ਬੰਦਾ ਜ਼ਿੰਮੇਵਾਰ ਹੈ। ਹੁਣ ਕਈ ਕਹਿਣਗੇ ਸਾਨੂੰ ਉਪਰਾਲਾ ਕਰਨ ਦੀ ਕੀ ਲੋੜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਕੋਈ ਗਲਤ ਕੰਮ ਨਹੀਂ ਸੀ ਕਰਦੇ, ਉਹਨੇ ਸਾਡੇ ਲਈ ਬੱਚੇ ਵਾਰੇ ਸੀ। ਹੁਣ ਜਿਹੜੇ ਕਹਿੰਦੇ ਸਾਡੇ ਕਿਹੜੇ ਬੱਚੇ ਨਹੀਂ ਕਰਦੇ ਨਾ, ਤੁਹਾਡੇ ਪੁੱਤ ਪੋਤਰਿਆਂ ਤੱਕ ਗੱਲ ਆ ਜਾਣੀ ਹੈ। ਜਦੋਂ ਲੱਕੜ ਦੇ ਘਰ 'ਚ ਰਹੀਏ ਅਤੇ ਅੱਗ ਲੱਗੀ ਹੋਵੇ ਨਾ ਜੰਗਲ ਨੂੰ, ਅਤੇ ਘਰ ਹੋਵੇ ਜੰਗਲ 'ਚ, ਅੱਗ ਦੂਰੋਂ ਹੀ ਬੁਝਾ ਦੇਣੀ ਚਾਹੀਦੀ ਹੈ, ਨਹੀਂ ਤਾਂ ਇਹ ਹਵਾ ਵੱਜਦੀ 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 ਸਾਡੇ ਘਰ ਤੱਕ ਵੀ ਸੇਕ ਆਊ। ਉਪਰਾਲੇ ਕਿਸੇ ਨੇ ਨਹੀਂ ਕਰਨੇ, ਕਿਸੇ ਸਰਕਾਰ ਤੋਂ ਆਸ ਨਾ ਰੱਖੋ ਪਿਆਰਿਓ, ਮੈਂ ਸਿੱਧੀ ਭਾਸ਼ਾ 'ਚ ਗੱਲ ਕਰਦਾ, ਤੁਹਾਨੂੰ ਅੱਗੇ ਲੱਗਣਾ ਪੈਣਾ। ਨੌਜਵਾਨ ਪਿੰਡਾਂ ਦੇ ਜਾਗਣ, ਪਿੰਡਾਂ 'ਚ ਕਮੇਟੀਆਂ ਬਣਨ, ਨੌਜਵਾਨ ਤੁਰਨ ਵੀ ਭਾਈ ਜਿਹੜੇ ਜਿਹੜੇ ਨਸ਼ਾ ਕਰਨ ਵਾਲੇ ਆਪਣੇ ਨਾਂ ਲਿਖਾਓ, ਤੁਹਾਡਾ ਕੋਈ ਪ੍ਰਬੰਧ ਕੀਤਾ ਜਾਏ, ਤੁਹਾਨੂੰ ਕਿਸੇ ਹੋਸਪਿਟਲ 'ਚੋਂ ਇਲਾਜ ਕਰਾਇਆ ਜਾਵੇ, ਕੋਈ ਇੱਦਾਂ ਦਾ ਪ੍ਰਬੰਧ। ਦਸਦਾ ਨਗਰ ਧੁੰਦਾ 80 ਨੌਜਵਾਨ ਨੇ, ਪਾਸਿਓਂ ਵੀ ਆ ਰਹੇ ਨੇ, ਰੋਜ਼ ਸਵੇਰੇ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਂਦੇ, ਇੰਜੈਕਸ਼ਨ ਲੱਗਦੇ ਨੇ, ਉਹ ਆਪ ਹੀ ਦੱਸੀ ਜਾਂਦੇ ਆਣ ਕੇ। ਅਸੀਂ ਉਹ ਇਹ ਨਹੀਂ ਵੀ ਸਾਰੇ ਸਫਲ ਹੋਣਗੇ, ਪਰ ਨਿਮਾਣਾ ਜਿਹਾ ਯਤਨ ਤਾਂ ਕੀਤਾ ਹੈ ਨਾ। ਤੁਹਾਨੂੰ ਗੱਲਾਂ ਕਰਨ ਦੀ ਬਜਾਏ ਕੰਮ ਕਰਨਾ ਪੈਣਾ, ਵੀ ਕੰਮ ਕਰੋ। ਇੱਦਾਂ ਨੌਜਵਾਨ ਰਲ ਕੇ ਪਿੰਡਾਂ ਦੇ ਬੰਦੇ ਨਾਲ ਰਲ ਕੇ ਇੱਦਾਂ ਲਿਸਟ ਬਣਾ ਲਓ ਵੀ ਸਾਡੇ ਪਿੰਡ 'ਚ ਇੰਨੇ ਨੇ, ਤੁਸੀਂ ਵੇਖਿਓ ਜਿਹੜੇ ਕਹਿੰਦੇ ਸਾਡੇ ਪਿੰਡ 'ਚ ਮਸਾਂ 4 ਕੀ ਆ, 40 ਨਿਕਲਣੇ ਨੇ, ਪਤਾ ਬਾਅਦ 'ਚ ਲੱਗਦਾ। ਸਾਨੂੰ ਵੀ ਭੁਲੇਖਾ ਸੀ ਵੀ ਸਾਡੇ ਪਿੰਡ ਥੋੜ੍ਹੇ ਨੇ, ਕਿਉਂਕਿ ਮਾਫ਼ ਕਰਨਾ ਬੀਬੀਆਂ ਵੀ ਨਿਕਲਣਗੀਆਂ, ਇਹ ਭੁਲੇਖੇ ਨੇ ਸਾਨੂੰ। ਕਈ ਸੰਗ ਦੇ ਮਾਰੇ ਦੱਸਦੇ ਨਹੀਂ, ਜਿਵੇਂ ਵੇਚਣ ਵਾਲਿਆਂ ਦੇ ਬੁਰਕੇ ਪਏ ਹੋਏ ਨੇ ਨਾ, ਬਹੁਤਿਆਂ ਕਰਨ ਵਾਲਿਆਂ ਦੇ ਵੀ ਪੜਦੇ ਪਏ ਹੋਏ ਨੇ, ਕੁਝ ਨਸ਼ੇ ਨੇ ਜਿਨ੍ਹਾਂ ਬਾਰੇ ਆਮ ਬੰਦਿਆਂ ਨੂੰ ਪਤਾ ਲੱਗਦਾ ਹੀ ਨਹੀਂ ਹੈ। ਕਦੀ ਮਾਣ ਨਾ ਕਰੋ, ਇੱਦਾਂ ਛਾਤੀ 'ਤੇ ਹੱਥ ਮਾਰ ਕੇ ਪੁੱਤ ਦਾ ਦਾਵਾ ਵੀ ਨਾ ਕਰੋ, ਇੱਦਾਂ ਛਾਤੀ 'ਤੇ ਹੱਥ ਮਾਰ ਕੇ ਨਾ ਕਹੋ ਮੇਰਾ ਪੁੱਤ ਬਚਿਆ ਹੈ। ਇੱਥੇ ਮੈਂ ਐਸੇ ਐਸੇ ਪਰਿਵਾਰ ਵੇਖੇ ਜਿਹੜੇ ਕਹਿੰਦੇ ਸੀ 6 ਸਾਲਾਂ ਬਾਅਦ ਸਾਨੂੰ ਪਤਾ ਲੱਗਾ ਸਾਡਾ ਪੁੱਤ ਨਸ਼ਾ ਕਰਦਾ। 6 ਸਾਲ ਨਾ ਮਾਂ ਜੱਜਮੈਂਟ ਕਰ ਸਕੀ ਅਤੇ ਨਾ ਪਿਓ ਜੱਜਮੈਂਟ ਕਰ ਸਕੇ। ਅਗਲੇ ਜਿਹੜੇ ਕਰਵਾਉਣ ਵਾਲੇ ਉਹ ਵੀ ਸਿਖਾਉਂਦੇ ਨੇ ਵੀ ਇੱਦਾਂ ਇੱਦਾਂ ਤੁਸੀਂ ਆਪਣਾ ਬਚਾਅ ਕਰਨਾ, ਆਪਣਾ ਬਚਾਅ। ਫਿਰ ਸਮਝ ਲਓ ਕਿਸੇ ਨੇ ਕਿਸੇ ਦੀ ਰਾਖੀ ਨਹੀਂ ਕਰਨੀ, ਰਾਖੀ ਤੁਹਾਨੂੰ ਆਪਣੀ ਆਪ ਕਰਨੀ ਪੈਣੀ। ਹਾਂ, ਇੰਨਾ ਕੰਮ ਕਰ ਸਕਦੇ ਹਾਂ ਜਿਹੜੇ ਨਸ਼ੇ ਦੀ ਦਲਦਲ 'ਚ ਵਹਿ ਚੁੱਕੇ ਆ, ਉਹਨਾਂ ਨੂੰ ਪਿਆਰ ਨਾਲ ਮੋੜੋ। ਮਗਰੋਂ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ, ਮਗਰੋਂ ਅੱਥਰੂ ਵਹਾਉਣ ਦਾ ਕੋਈ ਫਾਇਦਾ ਨਹੀਂ। ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਮਾੜੇ ਜਿਹੇ ਉੱਦਮ ਕੀਤਿਆਂ ਕਿਸੇ ਦਾ ਘਰ ਬਚ ਸਕਦਾ, ਤਾਂ ਬਚਾਓ ਭਾਈ, ਉਪਰਾਲੇ ਕਰੋ। ਇਹ 100 ਲੰਗਰ ਲਾਉਣ ਨਾਲੋਂ ਵੱਡੀ ਸੇਵਾ ਹੈ। ਜੇ ਕਿਸੇ ਬਾਪ ਪੁੱਤ ਦਾ, ਜਿਹਦੇ ਬਾਪ ਲਾਗੇ ਮਰ ਰਿਹਾ ਨੇ, ਜੇ ਤੁਸੀਂ ਉਸ ਨੂੰ ਬਚਾ ਦਿਓ, ਉਹਦੇ ਵਾਸਤੇ ਰਲ ਕੇ ਉਪਰਾਲੇ ਕਰਨੇ ਪੈਣੇ। ਪਿੰਡਾਂ ਵਿੱਚ ਨੌਜਵਾਨਾਂ ਨੂੰ ਇੱਕ ਦੂਜੇ ਵੱਲ ਵੇਖ ਕੇ ਉਤਸ਼ਾਹਤ ਹੋ ਵੀ ਭਾਈ ਇੱਦਾਂ ਸਰਕਾਰਾਂ ਨੂੰ ਮਜਬੂਰ ਕਰ ਦਿਓ ਵੀ ਇਹ ਕੰਮ ਤੁਹਾਡੇ ਸੀ, ਸਾਨੂੰ ਕਰਨੇ ਪੈ ਰਹੇ ਆ। ਆ ਤੁਸੀਂ ਵੇਖ ਲਓ ਬੂਬਨੇ ਸਾਧ ਕਿੱਦਾਂ ਚਿਮਟੇ ਢੋਲਕੀਆਂ ਖੜਕਾਈ ਜਾਂਦੇ ਆ, ਕਿੱਦਾਂ ਰੌਲਾ ਪੈ ਰਿਹਾ। ਲੱਭ ਰਿਹਾ ਕੋਈ ਕਿਸੇ ਪਿੰਡ 'ਚ ਪੁੱਛਣ ਆ ਰਿਹਾ ਵੀ ਕੀ ਤੁਹਾਡੇ ਪਿੰਡ ਵਾਪਰ ਰਿਹਾ। ਗਰਾਈਆਂ ਲੈਣ ਤੁਹਾਡੇ ਪਿੰਡਾਂ ਵਿੱਚ ਆਉਣਗੇ, ਬੋਰੀਆਂ ਤੁਹਾਡੇ ਘਰਾਂ ਸੁੱਟ ਜਾਣਗੇ। ਕਦੀ ਪੁੱਛਣ ਵੀ ਆਏ ਨੌਜਵਾਨ ਕਿੱਥੇ, ਪੰਥ ਨਾ ਰਹਾ ਤੋ ਗ੍ਰੰਥ ਕੌਣ ਮਾਨੇ ਗਾਓ। ਜੇ ਪੁਰਾਣੇ ਗੁਰੂ ਕੇ ਸਿੱਖਾਂ ਨੇ ਆਖਿਆ ਜੇ ਪੰਥ ਸਿੱਖ ਹੀ ਨਾ ਰਿਹਾ ਤਾਂ ਗ੍ਰੰਥ ਨੂੰ ਕਿਹਨੇ ਮੰਨਣਾ। ਪਹਿਲਾਂ ਸਿੱਖ 'ਤੇ ਬਚਾ ਲਓ, ਨੌਜਵਾਨੀ 'ਤੇ ਬਚਾ ਲਓ। ਜੇ ਨੌਜਵਾਨੀ ਨਾ ਰਹੀ ਤਾਂ ਨਮਸਕਾਰ ਕਰਨੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ। ਇਹ ਸਵਾਲ ਹੈ ਬੜਾ ਵੱਡਾ। ਜਿਹੜੇ ਕਹਿੰਦੇ ਸਾਡੇ ਮਹਾਂਪੁਰਖਾਂ ਆਹ ਕਰਤਾ, ਸਾਡੇ ਮਹਾਂਪੁਰਖਾਂ ਆਹ ਕਰਤਾ, ਫਿਰ ਦੂਜੀ ਗੱਲ ਕਹੀ ਕਹਿਣਗੇ ਵੱਡੇ ਵੱਡੇ ਲੀਡਰ ਸਾਡੇ ਮਹਾਂਪੁਰਖਾਂ ਦੇ ਅੱਗੇ ਆਣ ਕੇ ਸਿਰ ਝੁਕਾਉਂਦੇ ਨੇ ਕਿ ਮਹਾਂਪੁਰਖ ਉਹਨਾਂ ਨੂੰ ਪੁੱਛਦੇ ਨੇ ਵੀ ਆਹ ਬੰਨ ਕਿੱਦਾਂ ਪਊ। ਸਰਕਾਰਾਂ ਚਾਹੁਣ 'ਤੇ ਇੱਕ ਸਕਿੰਟ 'ਚ ਕੰਮ ਹੋ ਸਕਦਾ। ਕੁਝ ਹੱਥ ਵੱਸ ਉਹਨਾਂ ਦੇ ਆ, ਕੁਝ ਹੱਥ ਵੱਸ ਸਾਡੇ ਆ। ਰਲ ਕੇ ਵੇਖਣਾ ਪੈਣਾ ਸਾਨੂੰ ਸਾਰਾ ਕੁਝ। ਅਗਲਿਆਂ ਦੇ ਵੇਖੋ, ਜਿਨ੍ਹਾਂ ਦਾ ਨਸ਼ੇ ਦਾ ਕਾਰੋਬਾਰ ਹੈ ਨਾ, ਉਹਨਾਂ ਦੇ ਤਾਂ ਘਰ 'ਚ ਪੈਸੇ ਆ ਰਹੇ ਆ, ਉਹ ਕਿਉਂ ਕਹਾਉਣਗੇ ਲੋਕ ਨਸ਼ਾ ਛੱਡਣ। ਜਿਹਨਾਂ ਬੰਦਿਆਂ ਦਾ ਨਸ਼ਾ ਵਿਕ ਰਿਹਾ, ਜਿਹੜੇ ਬੰਦੇ ਨਸ਼ਾ ਤੁਸੀਂ ਉਪਰਾਲਾ ਕਰਕੇ ਸ਼ੁਰੂ ਕਰੋ ਇੱਥੇ ਵੀ ਅਸੀਂ ਨਸ਼ਾ ਛਡਾਉਣ ਵਾਸਤੇ ਨੌਜਵਾਨ ਇਕੱਠੇ ਕਰਨੇ, ਤੁਹਾਨੂੰ ਇਲਾਕੇ 'ਚੋਂ ਕਈਆਂ ਦੇ ਫੋਨ ਆਉਣ ਲੱਗ ਪੈਣੇ ਆ, ਧਮਕੀਆਂ ਵੀ ਦੇਣਗੇ ਤੁਹਾਨੂੰ। ਉਹ ਧਮਕੀਆਂ ਪਤਾ ਕਿਹਨਾਂ ਦੀ ਹੋਣੀਆਂ, ਜਿਨ੍ਹਾਂ ਦਾ ਕਾਰੋਬਾਰ ਹੀ ਨਸ਼ੇ ਦੇ ਸਿਰ 'ਤੇ ਹੈ, ਜਿਨ੍ਹਾਂ ਦੇ ਘਰ ਰੋਟੀ ਨਸ਼ਾ ਵੇਚਣ ਨਾਲ ਪੱਕਦੀ ਹੈ, ਜਿਨ੍ਹਾਂ ਨੇ ਜ਼ਮੀਨਾਂ ਜਾਇਦਾਦਾਂ ਨਸ਼ੇ ਰਾਹੀਂ ਬਣਾਉਣੀਆਂ ਨੇ, ਉਹ ਕਦੀ ਨਹੀਂ ਚਾਹੁਣਗੇ ਨਸ਼ਾ ਮੁਕਤ ਸਮਾਜ ਸਿਰਜਿਆ ਜਾਏ। ਹੁਣ ਕਿੱਥੇ ਸੋਚੋ, ਇੱਕ ਬੰਦਾ ਨਸ਼ਾ ਨਹੀਂ ਕਰਦਾ, ਸਵੇਰੇ ਉੱਠ ਕੇ ਚਾਹ ਤੋਂ ਬਿਨਾਂ ਹੀ ਆਪਣੇ ਕੰਮ ਕਾਰ 'ਤੇ ਲੱਗਦਾ, ਜਿਹਨੂੰ ਅਗਲਿਆਂ ਨੇ ਇੰਜੈਕਸ਼ਨ 'ਤੇ ਲਾ ਤਾ, ਗੋਲੀ 'ਤੇ ਲਾ ਤਾ, ਦੱਸਿਓ ਭਲਾ ਉਹ ਨੌਜਵਾਨ ਕੰਮ ਕਰ ਪਾਏਗਾ, ਕਦੀ ਤੁਰ ਪਾਏਗਾ ਭਲਾ,
ਕਦੀ ਕੰਮ ਕਾਰ ਵਾਲੇ ਬੰਨੇ ਤੁਰ ਹਿੰਮਤ ਕਰ ਪਾਏਗਾ? ਕਿੱਥੋਂ ਲਿਆ ਕੇ ਸਾਨੂੰ ਕਿੱਥੇ ਖੜਾ ਕਰ ਦਿੱਤਾ ਹੈ? ਭੈਣੋ, ਬੜਾ ਚਿੰਤਾ ਦਾ ਵਿਸ਼ਾ ਹੈ, ਗੰਭੀਰ ਮਸਲਾ ਹੈ, ਇਹਨੂੰ ਐਵੇਂ ਨਾ ਲਿਓ, ਕਿਉਂਕਿ ਇਹ ਗੱਲਾਂ ਕੀਤੀਆਂ ਵੀ ਗੱਲ ਨਹੀਂ ਬਣਨੀ, ਤੁਹਾਨੂੰ ਆਪਣੇ ਘਰ ਦੀ ਆਪ ਰਾਖੀ ਕਰਨੀ ਪੈਣੀ ਹੈ। ਬਜ਼ੁਰਗੋ, ਬੇਨਤੀ ਹੈ, ਹੁਣ ਕਈਆਂ ਘਰਾਂ 'ਚ ਦਾਦਾ ਅਜੇ ਤੱਕ ਨਸ਼ਾ ਕਰੀ ਜਾਂਦਾ, ਕਈਆਂ ਘਰਾਂ 'ਚ ਪਿਓ ਨਸ਼ਾ ਪੁੱਤਾਂ ਦੇ ਸਾਹਮਣੇ ਕਰਦਾ। ਸਤਿਗੁਰ ਨੇ ਜਿਹੜੀ ਗੱਲ ਇੱਥੇ ਬੜੀ, ਗੁਰੂ ਸਾਹਿਬ ਨੇ ਤਾਂ ਹਰ ਉਸ ਨਸ਼ੇ ਤੋਂ ਰੋਕਿਆ ਜਿਹੜਾ ਸਾਡਾ ਨਸ਼ਾ ਸਾਡੀ ਜ਼ਮੀਰ ਮਾਰਦਾ। ਗੁਰੂ ਸਾਹਿਬ ਕਿੰਨੇ ਦੂਰਅੰਦੇਸ਼ੀ ਹੋਣਗੇ, ਸਾਨੂੰ ਹਰ ਪ੍ਰਕਾਰ ਦੇ ਨਸ਼ੇ ਤੋਂ ਵਿਵਰਜਿਤ ਕੀਤਾ। ਕੋਈ ਨਸ਼ਾ ਆਪਣੇ ਸਰੀਰ ਲਾਗੇ ਨਾ ਆਉਣ ਦੇਈ, ਤੇਰੀ ਕਾਇਆ ਨਰੋਈ ਰਹੇਗੀ, ਹਰ ਨਸ਼ਾ। ਹੁਣ ਕਈ ਕਹਿੰਦੇ ਸ਼ਰਾਬ ਕਿਹੜਾ ਮਾੜਾ ਹੈ, ਉਹ ਕਿਹੜਾ ਕੁਝ ਕੁਝ ਕਹਿੰਦੀ ਹੈ। ਸਤਿਗੁਰ ਨੇ ਸੂਹੀ ਰਾਗ ਵਿੱਚ ਸ਼ਰਾਬ ਵਾਲੇ ਨਸ਼ੇ ਦਾ ਵੀ ਜ਼ਿਕਰ ਕੀਤਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ, ਨਾਮ ਰਸ ਪੀਵੇ ਸਹਿਜ ਰੰਗ ਰਚ ਰ। ਇਹਨੂੰ ਨਸ਼ਾ ਮੰਨਦੇ ਹੀ ਨਹੀਂ ਅਸੀਂ, ਸ਼ਰਾਬ ਨੂੰ ਨਸ਼ਾ ਕੋਈ ਮੰਨਦੇ ਹੀ ਨਹੀਂ। ਜਿਹੜਾ ਦਿਹਾੜੀ ਕਰਨ ਵਾਲਾ ਬੰਦਾ ਵੀ ਪੰਜਾਵਾਂ ਦੀ ਪੀ ਰਿਹਾ, ਉਸ ਪੰਜਾਵਾਂ ਦੇ ਨਾਲ ਘਰ ਦਾ ਥੋੜ੍ਹਾ ਬਹੁਤਾ ਸਮਾਨ ਖੜ ਸਕਦਾ ਸੀ ਨਾ, ਆਪਣੇ ਬੱਚੇ ਨੂੰ ਕਿਸੇ ਸਕੂਲ 'ਚ ਪੜ੍ਹਾ ਸਕਦਾ ਸੀ। ਜੇ ਰੋਜ਼ ਦੀ ਪੰਜਾਵਾਂ ਦੀ ਪੀਂਦਾ ਤਾਂ 1500 ਰੁਪਈਆ ਜਮ੍ਹਾਂ ਹੋ ਸਕਦਾ ਸੀ ਉਹਦਾ, 1500 ਦੇ ਵਿੱਚੋਂ ਉਹ ਥੋੜ੍ਹਿਆਂ ਪੈਸੇ ਨਾਲ ਸਕੂਲ ਦੀ ਫੀਸ ਤਾਰ ਸਕਦਾ ਸੀ। ਪਰ ਜੇ ਕਰਨਾ ਹੁੰਦਾ ਤਾਂ ਚਸਕਿਆਂ ਦੇ ਵਿੱਚ ਪੈ ਪੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ। ਸਤਿਗੁਰ ਦੀ ਬਾਣੀ ਸਾਨੂੰ ਇਸ ਪ੍ਰਥਾਏ ਹਰ ਪ੍ਰਕਾਰ ਦੇ ਨਸ਼ੇ ਤੋਂ ਵਿਵਰਜਿਤ ਕਰਦੀ ਹੈ। ਭਾਈ ਜਾਗ, ਆਪਣੀ ਕਾਇਆ ਨੂੰ ਸਾਂਭ। ਨਸ਼ਾ ਛੱਡਣ ਵਾਲਾ ਸਭ ਤੋਂ ਪਹਿਲਾਂ ਫਾਇਦਾ ਕਿਹਦਾ ਕਰਦਾ? ਆਪਣੇ ਆਪ ਦਾ। ਸਭ ਤੋਂ ਪਹਿਲਾਂ ਫਾਇਦਾ ਉਹਦਾ ਆਪਣੇ ਆਪ ਦਾ ਹੋਣਾ, ਦੂਜਾ ਫਾਇਦਾ ਉਹਦੇ ਪਰਿਵਾਰ ਦਾ ਹੋਣਾ, ਕਿਉਂਕਿ ਜਿਹੜੇ ਪੈਸੇ ਲਾ ਕੇ ਉਹ ਨਸ਼ਾ ਕਰਦਾ ਉਹ ਪੈਸਾ ਪਰਿਵਾਰ ਦੇ ਉੱਤੇ ਖਰਚਾ ਕਰੇਗਾ। ਤੀਜਾ ਫਾਇਦਾ ਉਹਨੇ ਪਿੰਡ ਦਾ ਕਰਨਾ। ਕਿੱਦਾਂ? ਲੋਕ ਮਾਣ ਨਾ ਕਹਿਣਗੇ ਇਸ ਪਿੰਡ ਵਿੱਚ ਕੋਈ ਨਸ਼ਾ ਨਹੀਂ ਕਰਦਾ, ਜੇ ਉਹ ਕਰਦਾ ਨਹੀਂ ਹੋਏਗਾ ਤਾਂ ਪਿੰਡ ਦੀ ਸ਼ੋਭਾ ਹੋਏਗੀ। ਤੀਜਾ ਫਾਇਦਾ ਫਿਰ ਉਹਨੇ ਆਪਣੇ ਜ਼ਿਲ੍ਹੇ ਦਾ ਕਰਨਾ, ਫਿਰ ਸਮਾਜ ਦਾ ਕਰਨਾ, ਲੋਕਾਂ ਕਹਿਣਾ ਸਾਡੇ ਇਲਾਕੇ 'ਚ ਭਾਈ ਆਹ ਪੂਰਾ ਪਿੰਡ ਨਸ਼ੇ ਤੋਂ ਮੁਕਤ ਹੈ। ਪਰ ਸ਼ੁਰੂਆਤ ਉਹਨੂੰ ਆਪਣੇ ਆਪ ਤੋਂ ਕਰਨੀ ਪੈਣੀ। ਤੋ ਗੁਰੂ ਪਾਤਸ਼ਾਹ ਨੇ ਜਿਹੜੀ ਇੱਥੇ ਗੱਲ ਕਹੀ ਬੜੀ ਵਜਨਦਾਰ ਕਹੀ, ਭਾਈ ਬਚ ਬੁਰਿਆਂ ਕੰਮਾਂ ਤੋਂ। ਪਰ ਗੱਲ ਫਿਰ ਉੱਥੇ ਆਉਂਦੀ ਹੈ ਪਿਆਰਿਓ, ਕਿ ਜਿਹੜਾ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਵਕਾਰੀ ਬੰਦੇ ਨੂੰ, ਨਾਸਤਿਕ ਬੰਦੇ ਨੂੰ ਸਾਰੀਆਂ ਹੀ ਕੌੜੀਆਂ ਲੱਗਦੀਆਂ ਨੇ। ਜਿੰਨੀ ਚੰਗੀ ਸ਼ਿਕਸ਼ਾ ਉਹ ਮਾੜੇ ਬੰਦੇ ਨੂੰ ਬੁਰੀ ਲੱਗਦੀ ਹੈ। ਅੰਮ੍ਰਿਤ ਕੌਰਾ ਜਿਹੜੀ ਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਸਿੱਖਿਆ ਉਹ ਕੌੜੀ ਲੱਗਦੀ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਵਿਖ ਕਹਿੰਦੇ ਨੇ ਯਾਰ, ਯਾਰ ਮਿੱਠੀ ਲੱਗਦੀ ਹੈ। ਸਾਕਤ ਕੀ ਵਿਦ ਨੈਣੋ ਡੀਠੀ, ਕਹਿੰਦੇ ਸਾਕਤ ਦੀ ਇਹ ਹਾਲਤ ਅੱਖਾਂ ਨਾਲ ਵੇਖੀ ਹੈ ਕਿ ਉਹਨੂੰ ਚੰਗੀਆਂ ਗੱਲਾਂ ਮਾੜੀਆਂ ਲੱਗਦੀਆਂ ਅਤੇ ਮਾੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਇੰਝ ਕਹਿ ਲਓ ਉਹਦੇ ਲਾਗੇ ਤੁਸੀਂ ਚੰਗੀ ਗੱਲ ਕਰਕੇ ਵੇਖ ਲਓ ਉਹਨੂੰ ਭੈੜੀ ਲੱਗਦੀ ਹੈ, ਅਤੇ ਮਾੜੀ ਗੱਲ ਜਿਹੜੀ ਹੈ ਉਹਨੂੰ ਬੜੀ ਚੰਗੀ ਲੱਗਦੀ ਹੈ। ਤੋ ਪਾਤਸ਼ਾਹ ਇੱਥੇ ਕਹਿੰਦੇ ਵਿਖਈ ਦਿਨ ਰਹਿਣ ਇਵੇਂ ਗੁਜ਼ਾਰੇ। ਵਿਖਈ ਕਹਿੰਦੇ ਵਕਾਰੀ ਨੂੰ, ਵਕਾਰਾਂ ਵਿੱਚ ਫਸਿਆ ਹੋਇਆ ਬੰਦਾ ਆਪਣਾ ਦਿਨ ਅਤੇ ਰਾਤ ਇੱਦਾਂ ਲੰਘਾ ਰਿਹਾ ਹੈ। ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ, ਰੱਬ ਨੂੰ ਚੇਤੇ ਨਹੀਂ ਕਰਦਾ। ਰੱਬ ਮੀਨਿੰਗ ਸੱਚ, ਸੱਚਾਈ ਦਾ ਪੱਲਾ ਨਹੀਂ ਫੜਦਾ, ਸੱਚ 'ਤੇ ਨਹੀਂ ਤੁਰਦਾ, ਅਤੇ ਅਹਮ ਬੁੱਧ ਮਾਤਾ ਹੰਕਾਰ ਵਿੱਚ ਮਤਿਆ ਹੋਇਆ, ਪੁੱਠੀ ਮਤ ਲਈ ਹੋਈ ਹੈ। ਜਨਮ ਜੂਏ ਜਿਉਂ ਹਾਰੇ, ਜਿਵੇਂ ਇੱਕ ਜੁਆਰੀ ਬੰਦਾ ਨਹੀਂ ਆਪਣਾ ਸਭ ਕੁਝ ਜੂਏ 'ਚ ਹਾਰ ਜਾਂਦਾ, ਵਕਾਰਾਂ 'ਚ ਪਿਆ ਬੰਦਾ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਇੰਜ ਹਾਰ ਜਾਂਦਾ ਜਿਵੇਂ ਇੱਕ ਜੁਆਰੀ ਬੰਦਾ। ਹੁਣ ਤੁਸੀਂ ਵੇਖੋ ਜਿਹੜੇ ਬੰਦੇ ਮਾੜੇ ਕੰਮ ਕਰਦੇ ਆ ਉਹ ਆਪਣੀ ਜ਼ਿੰਦਗੀ ਨੂੰ ਕਿੱਦਾਂ ਜੂਏ ਦੀ ਤਰ੍ਹਾਂ ਹਾਰਦੇ, ਕਿੱਦਾਂ ਜ਼ਿੰਦਗੀ ਨੂੰ। ਸਤਿਗੁਰ ਨੇ ਇੱਕ ਸ਼ਬਦ ਬੜਾ ਪਿਆਰਾ ਰੱਖਿਆ, ਉਦਾਹਰਨ ਦਿੱਤੀ ਇੱਕ ਚੂਹੇ ਦੀ, ਕਹਿੰਦੇ ਕਾਗਜ਼ ਕੇ ਭਾਰ ਜੈਸੇ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਹੁਣ ਚੂਹਾ ਕਿਸੇ ਦੇ ਘਰ ਆਉਣ ਵੜੇ ਨਾ, ਤੋ ਕੱਪੜੇ ਟੁੱਕਦਾ ਹੈ, ਤਾਰਾਂ ਟੁੱਕਦਾ ਹੈ, ਅਸੀਂ ਚੂਹੇ ਨੂੰ ਮਾਰਨ ਵਾਸਤੇ ਉਸੇ ਵੇਲੇ ਪ੍ਰਬੰਧ ਕਰਦੇ। ਕਿਸੇ ਲਾਇਬ੍ਰੇਰੀ ਦੇ ਵਿੱਚ ਚੂਹਾ ਆਉਣ ਵੜੇ, ਕਿਤਾਬਾਂ ਟੁੱਕੇ, ਜਿਹੜਾ ਲਾਇਬ੍ਰੇਰੀ ਦਾ ਇੰਚਾਰਜ ਹੁੰਦਾ ਹੈ ਉਹ ਚੂਹੇ ਨੂੰ ਮਾਰਨ ਵਾਸਤੇ ਉਸੇ ਵੇਲੇ ਪ੍ਰਬੰਧ ਕਰਦਾ ਵੀ ਇਹਨੇ ਸਾਰੀਆਂ ਕਿਤਾਬਾਂ ਟੁੱਕ ਦੇਣੀਆਂ। ਪਰ ਉਸੇ ਲਾਇਬ੍ਰੇਰੀ ਵਿੱਚ ਕੋਈ ਵਿਦਿਆਰਥੀ ਕਿਤਾਬਾਂ ਪੜ੍ਹਦਾ ਹੈ ਅਤੇ ਲਾਇਬ੍ਰੇਰੀ ਦਾ ਜਿਹੜਾ ਇੰਚਾਰਜ, ਉਹਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਕੋਈ ਵਿਦਿਆਰਥੀ ਕਿਤਾਬ ਪੜ੍ਹ ਰਿਹਾ, ਇਹਦਾ ਕੱਲ੍ਹ ਨੂੰ ਇਮਤਿਹਾਨ ਹੈ, ਪੇਪਰ ਹੈ, ਇਹ ਪੜ੍ਹ ਕੇ ਕੱਲ੍ਹ ਨੂੰ ਸਫਲ ਹੋਏਗਾ, ਡਿਗਰੀ ਲਵੇਗਾ।
ਅਤੇ ਮੈਨੂੰ ਵੀ ਖੁਸ਼ੀ ਹੋਏਗੀ। ਮੈਂ ਕਿਤਾਬਾਂ ਸੰਭਾਲਦਾ, ਮੈਂ ਕਿਤਾਬਾਂ ਦੀ ਸੇਵਾ ਸੰਭਾਲ ਕਰਦਾ, ਮੇਰੀ ਡਿਊਟੀ ਹੈ। ਉਸੇ ਲਾਇਬ੍ਰੇਰੀ ਵਿੱਚ ਇੱਕ ਚੂਹਾ ਕਿਤਾਬਾਂ ਟੁੱਕਦਾ, ਮਿਹਨਤ ਚੂਹੇ ਨੇ ਵੀ ਕੀਤੀ ਹੈ। ਉਸੇ ਲਾਇਬ੍ਰੇਰੀ ਵਿੱਚ ਇੱਕ ਵਿਦਿਆਰਥੀ ਕਿਤਾਬਾਂ ਪੜ੍ਹਦਾ, ਦੋਵਾਂ ਦੀ ਮਿਹਨਤ ਦਾ ਫਲ ਵੱਖਰਾ ਵੱਖਰਾ। ਵਿਦਿਆਰਥੀ ਨੂੰ ਫਲ ਮਿਲਣਾ ਡਿਗਰੀ, ਪੜ੍ਹਾਈ 'ਚ ਰੁਤਬਾ, ਉਹਦਾ ਨਾਂ ਹੋਣਾ, ਚੂਹੇ ਦੀ ਕੀਤੀ ਮਿਹਨਤ ਦਾ ਕੀ ਫਲ ਮਿਲੂ ਭਲਾ ਉਹਨੂੰ? ਸਿੱਧੀ ਮੌਤ। ਤੁਸੀਂ ਆਪਣੀ ਕਣਕ ਪੱਕੀ ਹੈ, ਖੇਤਾਂ ਨੂੰ ਗਏ ਜੇ, ਚੂਹੇ ਨੇ ਚਾਰ ਛਿੱਟੇ ਕਣਕ ਦੇ ਕੁਤਰੇ ਨੇ, ਤੁਹਾਡੀ ਨਿਗਾਹ ਪੈ ਗਈ ਵੀ ਕਣਕ ਨੂੰ ਚੂਹਾ ਪੈ ਗਿਆ। ਸਿਆਣਾ ਕਿਸਾਨ ਕੀ ਕਰਦਾ ਜੀ ਭਲਾ ਘਰ ਆਣ ਕੇ? ਉਸ ਵੇਲੇ ਆਪਣੇ ਪੁੱਤਰ ਨੂੰ ਕਹਿੰਦਾ, ਕਾਮਿਆਂ ਨੂੰ ਕਹਿੰਦਾ ਵੀ ਮੈਂ ਅੱਜ ਗਿਆ ਸੀ, ਆ ਉਤਲੇ ਚਾਰ ਖੇਤਾਂ ਨੂੰ ਚੂਹਾ ਪੈ ਗਿਆ, ਜਾਓ ਜਾ ਕੇ ਚੂਹੇ ਵਾਲੀ ਦਵਾਈ ਰੱਖ ਕੇ, ਉਹ ਅਜੇ ਕਣਕ ਕੱਟਣ ਨੂੰ ਟਾਈਮ ਲੱਗਣਾ, ਉਦੋਂ ਤੱਕ ਤਾਂ ਚੂਹੇ ਨੇ ਅੱਧੀ ਕੁਤਰ ਜਾਣੀ ਹੈ। ਹੁਣ ਚੂਹੇ ਮਾਰ, ਚੂਹੇ ਨੇ ਵੀ ਮਿਹਨਤ ਕੀਤੀ ਹੈ, ਕਣਕ ਕੱਟਣ ਵਾਲਾ ਮਜ਼ਦੂਰ ਵੀ ਮਿਹਨਤ ਕਰਦਾ, ਪਰ ਦੋਵਾਂ ਦੀ ਮਿਹਨਤ ਵਿੱਚ ਫਰਕ ਹੈ। ਜਿਹੜਾ ਮਜ਼ਦੂਰ ਮਿਹਨਤ ਕਰਦਾ, ਉਹਦੇ ਬਦਲੇ ਆਪਾਂ ਉਹਨੂੰ ਪੈਸੇ ਦੇਣੇ ਨੇ, ਉਹਨੂੰ ਦਾਣੇ ਦੇਣੇ, ਉਹਨੂੰ ਤੂੜੀ ਦੇਣੀ ਹੈ, ਉਹਦਾ ਉਹਨੂੰ ਅਸੀਂ ਖਰਚਾ ਦੇਣਾ। ਅਤੇ ਚੂਹੇ ਨੇ ਜਿਹੜੀ ਕਣਕ ਉਤਰੀ ਹੈ, ਉਹਦਾ ਇਨਾਮ ਉਹਨੂੰ ਕੀ ਮਿਲਣਾ ਭਲਾ? ਸਿੱਧੀ ਮੌਤ। ਇੱਦਾਂ ਪਾਤਸ਼ਾਹ ਕਹਿੰਦੇ ਨੇ, ਇੱਕ ਗੁਰਮੁਖ ਬੰਦਾ ਹੈ, ਇੱਕ ਮਨਮੁਖ ਬੰਦਾ ਹੈ। ਗੁਰਮੁਖ ਬੰਦਾ ਵੀ ਦਿਨ ਗੁਜ਼ਾਰਦਾ ਅਤੇ ਮਨਮੁਖ ਬੰਦਾ ਵੀ ਦਿਨ ਗੁਜ਼ਾਰਦਾ, ਪਰ ਦੋਵਾਂ ਦੇ ਦਿਨ ਗੁਜ਼ਾਰਨ ਵਿੱਚ ਫਰਕ ਵੇਖੋ ਕੀ ਹੈ। ਚੰਗੇ ਕੰਮ ਕਰਨ ਵਾਲਾ ਬੰਦਾ ਉਸ ਮਜ਼ਦੂਰ ਦੀ ਤਰ੍ਹਾਂ ਜਿਹੜਾ ਕਣਕ ਕੱਟ ਕੇ ਅਤੇ ਮਗਰੋਂ ਅਗਲੇ ਕੋਲ ਪੈਸੇ ਲੈਂਦਾ, ਚੰਗੀ ਜ਼ਿੰਦਗੀ ਗੁਜ਼ਾਰਨ ਵਾਲਾ ਬੰਦਾ ਉਸ ਸਟੂਡੈਂਟ ਵਰਗਾ ਜਿਹੜਾ ਲਾਇਬ੍ਰੇਰੀ 'ਚ ਬਹਿ ਕੇ ਕਿਤਾਬਾਂ ਪੜ੍ਹਦਾ, ਅਤੇ ਮਾੜੀ ਜ਼ਿੰਦਗੀ ਗੁਜ਼ਾਰਨ ਵਾਲਾ ਚੂਹੇ ਵਰਗਾ ਆਪਣੀ ਉਮਰ ਟੁੱਕਦਾ। ਜਿਵੇਂ ਚੂਹਾ ਨਹੀਂ ਟੁੱਕਦਾ, ਕਿਤਾਬਾਂ ਟੁੱਕਦਾ, ਕੱਪੜੇ ਟੁੱਕਦਾ, ਵਕਾਰੀ ਬੰਦਾ ਵੀ ਆਪਣੀ ਉਮਰ ਟੁੱਕ ਜਾਂਦਾ। ਜਿਹਨੇ 70 ਸਾਲ ਜਿਉਣਾ ਸੀ, ਜਿਹਨੇ 90 ਸਾਲ ਜਿਉਣਾ ਸੀ, ਪੁੱਠਿਆਂ ਕੰਮਾਂ 'ਚ ਪੈ ਕੇ 20-25 ਸਾਲਾਂ 'ਚ ਆਪਣੀ ਜ਼ਿੰਦਗੀ ਨੂੰ ਇੱਦਾਂ ਟੁੱਕ ਗਿਆ ਜਿਵੇਂ ਚੂਹਾ ਕਿਤਾਬਾਂ ਅਤੇ ਕੱਪੜੇ ਟੁੱਕਦਾ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ, ਜਿਵੇਂ ਕਾਗਜ਼ ਦੇ ਭਾਰ ਮੂਸਾ ਟੂਕ ਗਵਾਵਤ। ਪਾਤਸ਼ਾਹ ਕਹਿੰਦੇ, ਕਾਮ ਨਹੀਂ ਗਵਾਰੀ, ਉਹ ਗਵਾਰਾ ਤੇਰੇ ਕੰਮ ਕੁਝ ਵੀ ਨਾ ਆਇਆ, ਤੂੰ ਆਪਣੀ ਜ਼ਿੰਦਗੀ। ਤੁਸੀਂ ਵੇਖੋ ਜਦੋਂ ਘਰ 'ਚ ਪੁੱਤਰ ਜਨਮ ਲੈਂਦਾ, ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ, ਬਾਪ ਕਿੰਨੀ ਖੁਸ਼ੀ ਮਨਾਉਂਦਾ ਹੈ, ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ, ਵਧਾਈਆਂ ਲਈਆਂ ਜਾਂਦੀਆਂ ਨੇ, ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਘਰ 'ਚ ਚਾਹ ਕੀਤੇ ਜਾਂਦੇ। ਕਈ ਆਪਣੇ ਬੱਚਿਆਂ ਦੇ ਜਨਮ ਦਿਨ ਪੈਲਸਾਂ ਵਿੱਚ ਮਨਾਉਂਦੇ ਨੇ, ਘਰ ਵਿੱਚ ਪਾਠ ਕਰਾ ਕੇ, ਸਮਾਗਮ ਰਖਾ ਕੇ, ਮੁੜ ਕੇ ਸ਼ਰਾਬਾਂ ਪੀਂਦੇ ਨੇ, ਨਸ਼ੇ ਵਰਤਾਉਂਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਲੜੀਆਂ ਲਾਉਂਦੇ ਨੇ, ਕਿੰਨਾ ਚਾਹ ਕੀਤਾ ਜਾਂਦਾ। ਪਰ ਵੇਖੋ, ਪਤਾ ਹੁੰਦਾ ਮਾਂ ਬਾਪ ਨੂੰ ਵੀ ਜਿਹੜੇ ਬੱਚੇ ਹੱਥੀਂ ਜੰਮੇ ਨੇ, ਹੱਥੀਂ ਪਲੇ ਨੇ, ਇਹਨਾਂ ਦਾ ਹੱਥੀਂ ਸੰਸਕਾਰ ਵੀ ਕਰਨਾ ਪੈਣਾ। ਇਹਨੂੰ ਕਹਿੰਦੇ ਜਾਗ ਭਾਈ, ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣੋ। ਜਦੋਂ ਪਤਾ ਹੋਵੇ ਨਾ ਵੀ ਬੱਦਲ ਵਰ ਰਹੇ ਨੇ, ਮੀਂਹ ਦੂਰੋਂ ਦਿਸ ਰਿਹਾ, ਅਤੇ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਣੀਆਂ ਚਾਹੀਦੀਆਂ। ਪਤਾ ਕਿਉਂ? ਇਸ ਕਰਕੇ ਵੀ ਜੇ ਮੀਂਹ ਪਿਆ ਤਾਂ ਤੁਹਾਡੇ ਖੇਤ ਵਿੱਚ ਹੀ ਪਾਣੀ ਰਹੇ, ਜੇ ਤੁਸੀਂ ਟਾਈਮ ਸਿਰ ਵੱਟਾਂ ਉੱਚੀਆਂ ਨਾ ਕੀਤੀਆਂ, ਵਰਖਾ ਹੋਏਗੀ, ਮੀਂਹ ਪਵੇਗਾ, ਪਤਾ ਕੀ ਹੋਣਾ? ਜੇ ਤੁਹਾਡੀਆਂ ਵੱਟਾਂ ਕਮਜ਼ੋਰ ਹੋਈਆਂ ਤਾਂ ਜਿਹੜਾ ਪਹਿਲਾਂ ਪਾਣੀ ਖਲੋਤਾ ਉਹ ਵੀ ਰੁੜ ਕੇ ਉਹਨੇ ਨਾਲ ਲੈ ਜਾਣਾ। ਜੇ ਤੁਸੀਂ ਆਪਣੀਆਂ ਖੇਤ ਦੀਆਂ ਵੱਟਾਂ ਉੱਚੀਆਂ ਨਾ ਕੀਤੀਆਂ, ਇਹ ਜ਼ਿਕਰ ਸਤਿਗੁਰ ਨੇ ਕੀਤਾ ਵੀ ਜਾਗ ਭਾਈ, ਸਮੇਂ ਦਾ ਹਾਣੀ ਬਣ। ਇਹ ਨਾ ਹੋਵੇ ਆਪਣੀ ਜ਼ਿੰਦਗੀ ਨੂੰ ਇੱਦਾਂ ਹਾਰ ਜਾਵੇ ਇੱਕ ਜੁਆਰੀ, ਜਿਵੇਂ ਜੂਏ ਵਿੱਚ ਸਭ ਕੁਝ ਹਾਰ ਜਾਂਦਾ ਹੈ। ਵਿਖਈ ਦਿਨ ਰਹਿਣ ਇਵੇਂ ਹੀ ਗੁਦਾਰੇ, ਗੋਬਿੰਦ ਨਾ ਭਜੇ ਅਹਮ ਬੁੱਧ ਮਾਤਾ, ਜਨਮ ਜੂਏ ਜਿਉਂ ਹਾਰੈ। ਹੁਣ ਸੋਚੋ ਇੱਥੋਂ ਤੱਕ ਪਹੁੰਚੇ ਕਿਤੇ, ਜਦੋਂ ਅਗਲੇ ਉਹਨਾਂ ਗ੍ਰੰਥਾਂ ਦਾ ਪ੍ਰਚਾਰ ਕਰ ਰਹੇ ਆ ਜਿਹੜੇ ਗ੍ਰੰਥਾਂ ਵਿੱਚ ਨਸ਼ਿਆਂ ਦਾ ਬੜਾਵਾ ਦਿੱਤਾ ਜਾ ਰਿਹਾ। ਤੁਸੀਂ ਵੇਖੋ ਗੱਲ ਮਾਮੂਲੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨਾਂ ਗ੍ਰੰਥਾਂ ਦੇ ਪ੍ਰਕਾਸ਼ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ, ਜਿਨ੍ਹਾਂ ਵਿੱਚ ਸ਼ਰੇਆਮ ਨਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ। ਇੱਥੇ ਸ਼ਰੇਆਮ ਸੁੱਖਾ ਘੋਟ ਘੋਟ ਕੇ ਪੀਤਾ ਜਾ ਰਿਹਾ ਹੈ। ਇੱਥੇ ਪੰਜਾਬ ਵਿੱਚ ਐਸੀਆਂ ਕਬਰਾਂ ਨੇ ਜਿੱਥੇ ਸ਼ਰਾਬਾਂ ਸ਼ਰੇਆਮ ਚੜ੍ਹਦੀਆਂ ਨੇ। ਜਿਵੇਂ ਮੰਦਰ ਦੇ ਪੁਜਾਰੀ ਦਾ ਨਸ਼ਾ ਪੀਣ ਨੂੰ ਜੀ ਕਰਦਾ ਸੀ, ਉਹ ਚਲਾਕ ਬੜਾ ਸੀ, ਉਹਨੂੰ ਪਤਾ ਸੀ ਜੇ ਮੈਂ ਸਿੱਧਾ ਕਹਿਣਾ ਮੈਂ ਪੀਣਾ, ਲੋਕਾਂ ਜੁੱਤੀ ਲਾਹ ਲੈਣੀ ਮੇਰੇ ਦੁਆਲੇ। ਉਹਨੇ ਨਾਂ ਲਾਤਾ ਭਗਵਾਨ ਦਾ ਵੀ ਭਗਵਾਨ ਨੂੰ ਨਸ਼ਾ ਚਾਹੀਦਾ। ਉਹਨੇ ਆਪਣੇ ਮੰਦਰਾਂ 'ਚ ਜਿਹੜੇ ਆਪਣੇ ਵੱਲੋਂ ਬਣਾਏ ਹੋਏ ਭਗਵਾਨ ਸੀ ਉਹਨਾਂ ਦੇ ਨਾਂ ਮੜ ਦਿੱਤਾ, ਇਹਨੂੰ ਨਸ਼ਾ ਚਾਹੀਦਾ। ਹੁਣ ਨਾ ਤਾਂ ਪੱਥਰ ਨੇ ਕੁਝ ਲੈਣਾ ਹੈ, ਨਾ ਪਾਥਰ ਬੋਲਿਆ, ਨਾ ਕੁਛ ਦੇ, ਫੋਕਟ ਕਰਮ ਨਿਫਲ ਹੈ ਸੇਵ।
ਹੁਣ ਕਬਰ ਜਿਹੜੀ ਹੈ ਜਿਹੜੇ ਬਾਬੇ ਦੇ ਕੋਲ ਲੋਕ ਸ਼ਰਾਬ ਲੈ ਕੇ ਜਾ ਰਹੇ ਆ, ਧਿਆਨ ਨਾਲ ਸੁਣਿਓ, ਜੇ ਪੱਥਰ ਦੀ ਮੂਰਤੀ ਨਸ਼ਾ ਨਹੀਂ ਪੀਂਦੀ ਅਤੇ ਇੱਟਾਂ ਦੀ ਬਣੀ ਕਬਰ ਨਸ਼ਾ ਪੀਂਦੀ ਹੈ ਜੀ? ਭਲਾ ਬੋਲੋ ਭਾਈ, ਜੇ ਪੱਥਰ ਦੀ ਬਣੀ ਮੂਰਤੀ ਨਸ਼ਾ ਨਹੀਂ ਪੀਂਦੀ, ਪੀਣਾ ਪੁਜਾਰੀ ਨੇ ਸੀ, ਨਾਮ ਮੂਰਤੀ ਦਾ ਲਾਇਆ, ਕਰਨਾ ਪ੍ਰਬੰਧਕਾਂ ਨੇ ਨਸ਼ਾ ਸੀ, ਨਾ ਲਾਤਾ ਸਾਡੇ ਬਾਬਾ ਜੀ ਰੋਡੇ ਸ਼ਾਹ ਜੀ, ਉੱਥੇ ਸ਼ਰਾਬ ਚੜ੍ਹਦੀ ਹੈ ਕਿਤੇ ਕਿਤੇ, ਆਹ ਕਪੂਰਥਲੇ ਲਾਗੇ ਇੱਕ ਜਗ੍ਹਾ ਬਣੀ ਹੈ, ਇੱਧਰ ਚੰਡੀਗੜ੍ਹ ਵੱਲ ਜਾਓ ਇੱਕ ਉੱਥੇ ਜਗ੍ਹਾ ਬਣੀ ਹੈ, ਮਾਝੇ 'ਚ ਵੀ ਹੈਗੀ ਹੈ, ਮਾਲਵੇ 'ਚ ਵੀ ਹੈਗੀ ਹੈ ਅਤੇ ਦੁਆਬੇ 'ਚ ਵੀ ਹੈਗੀ ਹੈ। ਉਹਨਾਂ ਦੇ ਪ੍ਰਬੰਧਕਾਂ, ਹੁਣ ਅਗਲਿਆਂ ਨੂੰ ਪਤਾ ਜਿੱਥੇ ਅਗਲਿਆਂ ਨੇ ਐਸੀਆਂ ਜਗ੍ਹਾ ਪ੍ਰਮੋਟ ਕਰਤੀਆਂ ਵੀ ਨਸ਼ੇ ਉੱਥੇ ਨਸ਼ੇ ਚੜ੍ਹ, ਜਿਹੜੇ ਨਹੀਂ ਪੀਣ ਵਾਲੇ ਨਾ ਉਹ ਵੀ ਪੇਟੀਆਂ ਸ਼ਰਾਬ ਦੀਆਂ ਚੜ੍ਹਾ ਕੇ ਆਉਂਦੇ ਨੇ, ਉਹ ਵੀ ਨਸ਼ਾ ਉੱਥੇ, ਫਿਰ ਸਾਡੇ ਸਾਹਮਣੇ ਗ੍ਰੰਥ ਅਗਲਿਆਂ ਨੇ ਇੱਦਾਂ ਦੇ ਪ੍ਰਮੋਟ ਕੀਤੇ, ਉਹਨਾਂ ਗ੍ਰੰਥਾਂ ਦੇ ਪਾਠ ਅਗਲਿਆਂ ਨੇ ਧੱਕੇ ਨਾਲ ਕਰਵਾਏ, ਕਹਿੰਦੇ ਜੀ ਇਹ ਪਾਠ ਕਰੋ ਜੀ, ਸ਼ਰੇਆਮ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਜੇ ਗ੍ਰੰਥ ਵੇਖ ਲਓ, ਪੜ੍ਹ ਕੇ ਵੇਖ ਲਓ, ਸ਼ਰੇਆਮ ਫੀਮ ਭਾਂਗ ਪੋਸਤ ਖਲਾਏ ਆਸਨ ਤਾ ਤਰਦੀਆ ਬਣਾਏ। ਇਹਨਾਂ ਨੂੰ ਕਹੋ ਵੀ ਇਹਨਾਂ ਤੁਕਾਂ ਦੇ ਜਿਹੜੇ ਤੁਹਾਨੂੰ ਲੱਗਦਾ ਨਹੀਂ ਅਰਥ ਭਾਵ ਅਰਥ, ਉਹ ਕਰਕੇ ਲੋਕਾਂ ਨੂੰ ਸਮਝਾ ਦਿਓ, ਜਿਹੜੇ ਤੁਹਾਨੂੰ ਸਮਝ ਆਉਂਦੇ ਨੇ ਵੀ ਇਹਦੇ ਅਰਥ ਇਹ ਨਹੀਂ ਇਹਦੇ ਭਾਵ ਅਰਥ ਨੇ, ਤੁਸੀਂ ਭਾਵ ਅਰਥ ਹੀ ਲੋਕਾਂ ਨੂੰ ਸਮਝਾਓ, ਅਫੀਮ ਭਾਂਗ ਅਪੋਸਤ ਖਲਾਏ, ਤੁਸੀਂ ਇਹਨਾਂ ਤੁਕਾਂ ਦੇ ਤੁਸੀਂ ਅਰਥ ਕਰਦੇ ਹੋ ਲੋਕਾਂ ਨੂੰ। ਇੱਥੇ ਇਕੱਲੇ ਲੀਡਰ ਜ਼ਿੰਮੇਵਾਰ ਨਹੀਂ, ਇਹੋ ਜਿਹੇ ਧਾਰਮਿਕ ਗ੍ਰੰਥਾਂ ਨੂੰ ਪ੍ਰਮੋਟ ਕਰਨ ਵਾਲੇ ਡਾਕੂ ਕਿਸਮ ਦੇ ਗੁੰਡੇ ਕਿਸਮ ਦੇ ਲੋਕ ਵੀ ਉਨੇ ਜ਼ਿੰਮੇਵਾਰ ਨੇ ਜਿਹੜੇ ਅੱਜ ਮਾਵਾਂ ਦੇ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਕਦੋਂ ਸਿੱਖ ਜਾਗੇਗਾ ਭਾਈ, ਕਦੋਂ ਸਾਨੂੰ ਸਮਝ ਆਏਗਾ? ਜਿੱਥੇ ਇੱਦਾਂ ਦੇ ਗ੍ਰੰਥਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਸੀਂ ਅਨਪੜ੍ਹ ਬੈਠੇ ਹਾਂ, ਉਹਨਾਂ ਗ੍ਰੰਥਾਂ ਦੇ ਨਾਂ ਇੱਦਾਂ ਦੇ ਰੱਖ ਦਿੱਤੇ, ਗੁਰੂ ਸਾਹਿਬ ਦੇ ਨਾਂ ਦੇ ਨਾਲ ਜੋੜ ਦਿੱਤੇ ਵੀ ਗੁਰੂ ਸਾਹਿਬ ਦਾ ਇਹ ਗ੍ਰੰਥ ਹੈ, ਬਿਲਕੁਲ ਨਹੀਂ, ਕਦਾਚਿਤ ਨਹੀਂ ਹੋ ਸਕਦਾ ਵੀ ਇੱਦਾਂ ਦੀ ਸ਼ਬਦਾਵਲੀ ਵਾਲਾ ਗ੍ਰੰਥ ਮੇਰੇ ਗੁਰੂ ਪਾਤਸ਼ਾਹ ਦਾ ਹੋਵੇ। ਸਾਡੇ ਗੁਰੂ ਪਾਤਸ਼ਾਹ ਸਾਨੂੰ ਲੜ ਲਾ ਕੇ ਗਏ ਨੇ, ਸਾਰੇ ਕੋ ਸਭ ਸਿੱਖਣ ਕੋ ਹੁਕਮ ਹੈ, ਗੁਰੂ ਉੱਚੀ ਬੋਲੋ ਜੀ, ਗੁਰੂ ਮੰਨਿਓ ਗ੍ਰੰਥ, ਜਿਹਦੀ ਬਾਣੀ ਧੀ ਵਿੱਚ ਧੀ ਕੋਲ ਵੀ ਪੜ੍ਹੀ ਜਾ ਸਕਦੀ ਹੈ, ਭੈਣ ਸਾਹਮਣੇ ਵੀ ਪੜ੍ਹੀ ਜਾ ਸਕਦੀ ਹੈ, ਮਾਂ ਸਾਹਮਣੇ ਵੀ ਪੜ੍ਹੀ ਜਾ ਸਕਦੀ ਹੈ, ਪਤਨੀ ਸਾਹਮਣੇ ਵੀ ਪੜ੍ਹੀ ਸਕਦੀ ਹੈ। ਐਡੇ ਬਿਸ਼ਰਮ ਨੇ ਪਤਾ ਕੀ ਆਉਂਦੇ ਆ, ਕਹਿੰਦੇ ਉਹ ਸੂਰਮਿਆਂ ਦਾ ਗ੍ਰੰਥ ਹੈ, ਉਹਨੂੰ ਡਰਪੋਕ ਨਹੀਂ ਪੜ੍ਹ ਸਕਦੇ। ਵਾਕਿਆ ਜੀ ਸਹੀ ਗੱਲ ਹੈ, ਸੂਰਮੇ ਬਲਾਤਕਾਰੀ ਬਣ ਸਕਦੇ ਆ, ਵਿਭਿਚਾਰੀ ਬਣ ਸਕਦੇ, ਪੱਕੀ ਗੱਲ ਹੈ, ਉਹਨੂੰ ਸੂਰਮੇ ਪੜ੍ਹ ਸਕਦੇ ਜੇ ਹਿਸਾਬ ਨਾਲ ਇਹ ਪ੍ਰਮੋਟ ਕਰ ਰਹੇ ਆ। ਉਹਦੇ ਵਿੱਚ ਇਕੱਲੇ ਇੱਕ ਕਿਸਮ ਦੇ ਲੋਕ ਨਹੀਂ, ਸਮਝਣਾ ਪੈਣਾ, ਸਿੱਖੋ, ਬੜੇ ਛੁਪਵੇਂ ਤਰੀਕੇ ਨਾਲ ਸਾਡੇ ਵਿੱਚ ਇਹ ਚੀਜ਼ਾਂ ਵਾੜੀਆਂ ਜਾ ਰਹੀਆਂ। ਤਾਂ ਬੇਨਤੀ ਕਰੀ ਦੀ ਇੱਕ ਵਾਰ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਹਿਤ ਪਾਠ ਜ਼ਰੂਰ ਕਰੋ, ਪੜ੍ਹੋ ਜ਼ਰੂਰ, ਸਮਝੋ। ਜਦੋਂ ਸਿੱਖ ਨੇ ਆਪਣੇ ਸਤਿਗੁਰ ਦੀ ਬਾਣੀ ਆਪ ਪੜ੍ਹ ਲਈ, ਵਿਚਾਰ ਲਈ, ਇੱਕ ਸਕਿੰਟ ਵਿੱਚ ਸਮਝੇਗਾ ਕਿਹੜੀ ਗੱਲ ਮੇਰੇ ਸਤਿਗੁਰ ਦੀ ਬਾਣੀ ਦੇ ਮੁਤਾਬਕ ਹੈ, ਕਿਹੜੀ ਗੱਲ ਮੇਰੇ ਸਤਿਗੁਰ ਦੀ ਬਾਣੀ ਮੁਤਾਬਕ ਨਹੀਂ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸ਼ਰੇਆਮ ਤੁਸੀਂ ਵੇਖੋ ਕੀ ਕੁਝ ਹੋ ਰਿਹਾ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ, ਜਿਹੜਾ ਇੱਕ ਦੂਜੇ ਦੀਆਂ ਪੱਗਾਂ ਲੱਥ ਰਹੀਆਂ ਨੇ, ਮਾਰਨ ਦੇ ਡਰਾਵੇ ਦਿੱਤੇ ਜਾ ਰਹੇ ਨੇ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਚਿੰਤਾ ਘੱਟ ਹੈ, ਆਪਣੀਆਂ ਜਥੇਬੰਦੀਆਂ ਦੀ ਚਿੰਤਾ ਜ਼ਿਆਦਾ ਹੈ। ਸਾਡੀ ਜਥੇਬੰਦੀ ਦੇ ਕੋਲ ਉਲਟ ਬੋਲੂਗਾ, ਉਹਦਾ ਬੁਥਾੜ ਭੰਨ ਦੇਵਾਂਗੇ। ਗੁਰੂ ਨਾਲ ਕੋਈ ਪਿਆਰ ਨਹੀਂ, ਪਿਆਰ ਆਪਣੀ ਜਥੇਬੰਦੀ ਨਾਲ ਹੈ, ਆਪਣੀ ਚੌਧਰ ਨਾਲ ਹੈ। ਸਾਡੇ ਬਾਬੇ ਬਾਰੇ ਬੋਲ ਕੇ ਵੇਖੀ, ਤੈਨੂੰ ਭਾਈਦਿਆਂ ਨੂੰ ਰਾਹ ਨਹੀਂ ਲੱਭਣਾ, ਤੈਨੂੰ ਆਹ ਕਰ ਦਿਆਂਗੇ, ਇਹ ਇਹ ਕਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ? ਜਾਗੋ ਭਾਈ, ਗੁਰਬਾਣੀ ਖੁਦ ਪੜ੍ਹੋ, ਖੁਦ ਸਮਝੋ। ਫਿਰ ਬੇਨਤੀ ਹੈ, ਆਪਣੇ ਘਰ ਦੀ ਰਾਖੀ ਆਪ ਕਰੋ। ਰਾਖਾ ਏਕ ਹਮਾਰਾ ਸਵਾਮੀ, ਸਗਲ ਕਟਾਂਕਾ ਅੰਤਰਜਾਮੀ, ਸਾਰਿਆਂ ਅੰਦਰ ਆਪ ਵੱਸਦਾ ਹੈ। ਸਾਨੂੰ ਸਤਿਗੁਰ ਨੇ ਬੜੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਸਾਡੀ ਪੱਗ ਦੁਸ਼ਮਣ ਲਾਵੇ, ਅਸੀਂ ਮਜ਼ਾਰੇ ਕਰਦੇ ਹਾਂ। ਜਦੋਂ ਸਾਡੀ ਪੱਗ ਕੋਈ ਲਾਉਂਦਾ ਹੈ ਨਾ, ਕੋਈ ਬਾਹਰਲਾ ਬੰਦਾ ਲਾਉਂਦਾ, ਅਸੀਂ ਧਰਨੇ ਦਿੰਦੇ ਹਾਂ, ਮਜ਼ਾਰੇ ਦਿੰਦੇ ਹਾਂ, ਇੱਧਰ ਰੌਲਾ ਪਾਉਂਦੇ। ਜਦੋਂ ਇੱਕ ਇੱਕ ਪੰਜਾਬੀ ਬੰਦਾ ਦਸਤਾਰਧਾਰੀ ਦੂਜੇ ਦਸਤਾਰਧਾਰੀ ਦੀ ਪੱਗ ਲਾਉਂਦਾ, ਉਦੋਂ ਕੋਈ ਰੌਲਾ ਨਹੀਂ ਪਾਉਂਦਾ, ਉਦੋਂ ਸਾਰੇ ਮੂਕ ਦਰਸ਼ਕ ਬਣ ਕੇ ਵੇਖ ਜਾਂਦੇ ਨੇ। ਅਗਲਿਆਂ ਨੇ ਸਾਨੂੰ ਇੱਦਾਂ ਦਾ ਬਣਾ ਕੇ ਖੜਾ ਕਰ ਦਿੱਤਾ ਹੈ, ਅੰਦਰੋਂ ਸਾਡੇ ਅੰਦਰ ਦੀ ਜ਼ਮੀਰ ਗੈਰਤ ਸਭ ਕੁਝ ਖਤਮ ਕਰਕੇ ਰੱਖ ਦਿੱਤੀ ਹੈ। ਆਓ ਭਾਈ, ਸਤਿਗੁਰ ਨੇ ਜਿਹੜਾ ਜ਼ਿਕਰ ਕੀਤਾ, ਕਹਿੰਦੇ ਨਾਮ ਅਮੋਲਾ, ਜਿਹੜਾ ਪਰਮਾਤਮਾ ਦਾ ਨਾਮ ਹੈ, ਨਾਮ ਮੀਨਿੰਗ ਕੀ ਹੈ? ਸੱਚ, ਜਿਹੜਾ ਸੱਚ ਹੈ ਨਾ, ਉਹਦੀ ਕੋਈ ਕੀਮਤ ਨਹੀਂ ਹੈ। ਇੱਥੇ ਨਾਮ ਦਾ ਮੀਨਿੰਗ ਹੈ ਸੱਚ। ਕਹਿੰਦੇ ਨਾਮ ਅਮੋਲਾ, ਪ੍ਰੀਤ ਨਾ ਤਿਸ ਸਿਓ। ਅੱਜ ਬੰਦੇ ਦਾ ਸੱਚ ਨਾਲ ਪਿਆਰ ਹੈ? ਤੁਸੀਂ ਕਿਸੇ ਬੰਦੇ ਨੂੰ ਪੁੱਛ, ਤੂੰ ਸੱਚਾਈ ਨਾਲ ਪਿਆਰ ਕਰਦਾ? ਪਤਾ ਵੀ ਹੈ
ਆਹ ਪੰਚਾਇਤ ਗਲਤ ਹੈ, ਪਤਾ ਵੀ ਹੈ ਆਹ ਬੰਦਾ ਗਲਤ ਹੈ, ਗਲਤ ਦੀ ਹਾਮੀ ਭਰੀ ਜਾ ਰਹੀ ਹੈ। ਨਸ਼ੇ ਵੇਚਣ ਵਾਲੇ ਨੂੰ ਖੁਦ ਛਡਾਇਆ ਜਾ ਰਿਹਾ, ਜਿਹੜਾ ਛਡਾਉਣ ਜਾ ਰਿਹਾ ਉਹ ਕਹਿੰਦਾ ਮੈਂ ਨਹੀਂ ਕਰਦਾ, ਤੂੰ ਕਰਦਾ ਤੇ ਨਹੀਂ, ਪਰ ਨਸ਼ਾ ਵੇਚਣ ਵਾਲੇ ਨੂੰ ਛਡਾਉਣ ਜਾ ਰਿਹਾ ਨਾ, ਹਾਮੀ ਤੂੰ ਵੀ ਉਨੀ ਭਰ ਰਿਹਾ ਜਿੰਨੀ ਉਹ, ਜਿੰਨਾ ਕਲੰਕ ਉਹਦੇ 'ਤੇ ਲੱਗ ਰਿਹਾ ਨਾ ਉਹਨਾਂ ਤੇਰੇ 'ਤੇ ਵੀ ਬਰਾਬਰ ਹੀ ਲੱਗ ਰਿਹਾ। ਜੇ ਕਿਤੇ ਨਸ਼ਾ ਵੇਚਣ ਵਾਲਿਆਂ ਦੇ ਪਿੱਛੇ ਸ਼ਹਿ ਨਾ ਹੋਵੇ ਆਮ ਬੰਦਿਆਂ ਦੀ, ਇੱਦਾਂ ਇੱਦਾਂ ਸਾਰਾ ਕੁਝ ਸਫਾਇਆ ਹੋ ਸਕਦਾ। ਅਗਲਿਆਂ ਨੂੰ ਪਤਾ ਵੀ ਫੜ ਕੇ ਲੈਣ ਦਾ ਕਿਸੇ MLA ਦਾ ਫੋਨ ਆ ਜਾਣਾ, ਕਿਸੇ MP ਦਾ ਫੋਨ ਆ ਜਾਣਾ, ਮਗਰ ਆਗੂਆਂ ਨੇ ਆਣ ਕੇ ਬਹਿ ਜਾਣਾ। ਅੱਜ ਸਾਰਾ ਕੁਝ ਸਹੀ ਹੋ ਸਕਦਾ। ਨਸ਼ੇ, ਮੈਂ ਪਹਿਲਾਂ ਕਹਿਤਾ ਵੀ ਨਸ਼ੇ ਕਰਨ ਵਾਲਿਆਂ ਦੇ ਤਾਂ ਟੈਸਟ ਕਰ ਲਓਗੇ, ਜਿਹੜੇ ਵੇਚਣ ਵਾਲੇ ਉਹਨਾਂ ਦੇ ਟੈਸਟ ਕਿੱਦਾਂ ਕਰੋਗੇ? ਉਹਨਾਂ ਹੋ ਸਕਦਾ ਉੱਤੋਂ ਦੀ ਗਾਤਰੇ ਵੀ ਪਾਏ ਹੋਣ, ਸੋਹਣੇ ਬਾਣੇ ਵੀ ਪਾਏ ਹੋਣ, ਕਿਉਂਕਿ ਬਾਣੇ ਵਾਲਿਆਂ ਦਾ ਚੈੱਕ ਘੱਟ ਕੀਤਾ ਜਾਂਦਾ ਨਾ, ਪਾਉਂਦੇ ਜਿਹੜੇ ਤਾਂ ਗੁਰੂ ਦਾ ਸਿੱਖ ਹੈ ਭਾਈ, ਇਹ ਥੋੜ੍ਹਾ ਨਸ਼ਾ। ਇਹਨਾਂ ਨੇ ਪਤਾ ਬਾਬਾ ਜੀ ਦੀ ਗੱਡੀ ਦੀ ਸੀਟ ਦੇ ਥੱਲੇ 2 ਕਿਲੋ ਡੋਡੇ ਨਿਕਲ ਆਉਣੇ ਨੇ। ਜੇ ਕਿਤੇ ਸਾਧਾਂ ਦੀਆਂ ਗੱਡੀਆਂ 'ਤੇ ਚੈੱਕ ਹੋਣ ਲੱਗ ਪਏ ਨਾ, ਮੇਰੇ ਖਿਆਲ 'ਚ ਬਹੁਤ ਜ਼ਿਆਦਾ ਨਸ਼ਾ ਇੱਥੋਂ ਹੀ ਨਿਕਲਣਾ ਸ਼ੁਰੂ ਹੋ ਜਾਣਾ। ਪਰ ਉੱਥੇ ਤਾਂ ਉਲਟਾ ਕੰਮ ਹੁੰਦਾ, ਇੱਦਾਂ ਮੱਥਾ ਟੇਕਦੇ ਮਾਂ ਬਾਬਾ ਜੀ ਜਾ ਰਹੇ, ਮਹਾਂਪੁਰਖ ਜਾ ਰਹੇ, ਨਾਲੇ ਗੱਡੀ ਨੂੰ ਮੱਥਾ ਟੇਕ ਦਿੰਦੇ ਆ, ਨਾਲੇ ਬਾਬੇ ਨੂੰ, ਅਤੇ ਨਾਲੇ ਵਿੱਚੇ ਪਈ ਜਿਹੜੀ 1-2 ਕਿਲੋ ਭੁੱਖੀ ਉਹਨੂੰ ਵੀ ਮੱਥਾ ਟੇਕ ਜਾਂਦਾ ਇੰਨੇ ਬਹਾਨੇ। ਤੋ ਇਹ ਨੁਕਸਾਨ ਇੱਥੇ ਹੋ ਰਿਹਾ, ਇੱਥੇ ਪ੍ਰੋਬਲਮ ਹੈ ਸਾਰੀ, ਇੱਥੇ ਬੇਈਮਾਨੀ ਹੈ। ਨਾ ਕਿਤੇ ਖਲੋਣ ਵਾਲਿਆਂ ਨੂੰ ਵੀ ਪਤਾ ਵੀ ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ, ਬਾਬੇ ਦੀਆਂ ਤਾਰਾਂ ਉੱਤੇ ਖੜਕਦੀਆਂ ਨੇ। ਮੈਂ ਇੱਕ ਦਿਨ ਮੈਂ ਇੱਕ ਸਟੇਜ 'ਤੇ ਬੇਨਤੀ ਕੀਤੀ ਵੀ ਜਿਹੜਾ ਬੰਦਾ ਘਰ 2 ਮੱਝਾਂ ਨੂੰ ਪੱਠੇ ਪਾਉਣ ਲੱਗੇ ਨਾ, ਮੇਰੀਆਂ ਲੱਤਾਂ ਫੁੱਲਦੀਆਂ, ਮੇਰਾ ਮੱਥਾ ਬੜਾ ਦੁਖਦਾ, ਮੇਰਾ ਸਿਰ ਭਾਰਾ ਭਾਰਾ ਰਹਿੰਦਾ, ਸਾਧਾਂ ਦੇ ਡੇਰੇ ਜਾ ਕੇ ਸਾਰੀ ਦਿਹਾੜੀ ਟੋਕਰੀ ਢੋਈ ਜਾਂਦਾ, ਕਹਿੰਦਾ ਹੁੰਦਾ ਹੀ ਕੱਖ ਨਹੀਂ। ਭਾਈ ਚਾਹ 'ਚ ਕੁਝ ਪਾ ਕੇ ਦਿੰਦੇ ਆ, ਤੂੰ ਥੱਕਣਾ ਹੀ ਨਹੀਂ, ਤੇਰੇ ਪੈਰ ਥੱਲੇ ਲੱਗਣੇ ਹੀ ਨਹੀਂ। ਅਗਲਿਆਂ ਨੂੰ ਪਤਾ ਵੀ ਇਹ ਬੰਦਾ ਸਵੇਰ ਦਾ ਆਇਆ, ਅੱਖਾਂ ਤੇਰੀਆਂ ਤਾਂ ਚੜੀਆਂ ਰਹਿਣੀਆਂ, ਤੂੰ ਭੱਜ ਭੱਜ ਟੋਕਰੀ ਸੁੱਟਣੀ ਹੈ, ਦੂਜੇ ਦਿਨ ਤੂੰ ਘਰ ਆਉਣਾ, ਤੈਨੂੰ ਥਕੇਵਾਂ ਜਿਹਾ ਆਉਣਾ। ਤੂੰ ਕਹਿਣਾ ਬੜੀ ਕਿਰਪਾ ਵੀ ਮਹਾਂਪੁਰਖਾਂ ਦੇ ਡੇਰੇ, ਬੜੀ ਚੜ੍ਹਦੀ ਕਲਾ, ਲੀਲਾ ਹੀ ਬੜੀ ਕਮਾਲ ਦੀ, ਉੱਥੇ ਪੈਰ ਲੱਗਦੇ ਹੀ ਨਹੀਂ, ਪੈਰ ਚਿਮਚੇ ਨਹੀਂ ਲੱਗਣ ਜਿਹੜੇ ਤੇਰੀ ਚਾਹ 'ਚ ਪੈਂਦੇ, ਤੈਨੂੰ ਥੋੜ੍ਹਾ ਪਤਾ। ਮੈਨੂੰ ਅੱਜ ਵੀ ਯਾਦ ਹੈ, ਅਸੀਂ ਨਿੱਕੇ ਨਿੱਕੇ ਹੁੰਦੇ ਸੀ ਅਤੇ ਸਾਡੇ ਪਿੰਡੋਂ ਬਾਬਿਆਂ ਦੇ ਡੇਰੇ ਸੇਵਾ ਜਾਣੀ, ਤੋਂ ਨੌਜਵਾਨ ਅੱਜ ਡੈਥ ਹੋ ਗਈ ਹੈ, ਮੇਰਾ ਹਾਣੀ ਸੀ, ਅਤੇ ਉਹਦਾ 4 ਟਰੈਕਟਰ ਹੁੰਦਾ ਸੀ, ਅਸੀਂ ਸੇਵਾ 'ਤੇ ਚਲੇ ਗਏ ਉਹਦੇ ਨਾਲ, ਉਦੋਂ ਮੈਂ ਕਾਲਜ ਨਹੀਂ ਸੀ ਆਇਆ ਲੁਧਿਆਣੇ, ਅਤੇ ਸਾਡੇ ਉਹ ਥੋੜ੍ਹਾ ਜਿਹਾ ਉਹ ਨਸ਼ਾ ਕਰਦਾ ਸੀ, ਅਤੇ ਅਸੀਂ ਜਦੋਂ ਗਏ ਅੰਮ੍ਰਿਤਸਰ ਦੇ ਲਾਗੇ, ਕਿ ਡੇਰਾ ਮੈਂ ਨਾਂ ਨਾ ਹੀ ਲਵਾਂ, ਕੋਈ ਜਦੋਂ ਨਾਂ ਲੈ ਦੀਏ ਨਾ, ਕਈਆਂ ਨੂੰ ਮਿਰਚਾਂ ਲੱਗਣ ਲੱਗ ਪੈਂਦੇ, ਕਈ ਲਾਈਵ ਸੁਣਦੇ ਹੋਣੇ ਆ, ਉਹਦੇ ਤੇਲ ਟਰੈਕਟਰ ਦਾ ਤੇਲ ਮੁੱਕ ਗਿਆ, ਤੇਲ ਮੁੱਕ ਗਿਆ, ਉਹਨੇ ਹੁਣ ਨਸ਼ਾ ਜ਼ਿਆਦਾ ਕੀਤਾ ਸੀ, ਹੁਣ ਉਹਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਟਰੈਕਟਰ ਦਾ, ਕਿਉਂਕਿ ਭਰਤੀ ਪੈਂਦੀ ਸੀ ਡੇਰੇ ਵਿੱਚ, ਪਿੰਡਾਂ 'ਚੋਂ ਟਰੈਕਟਰ ਜਾਂਦੇ ਹੁੰਦੇ ਸੀ, ਉਹਨੇ ਨਸ਼ਾ ਜ਼ਿਆਦਾ ਕੀਤਾ ਸੀ, ਬਾਬਿਆਂ ਲਿਆ ਕੇ ਕੈਨ ਵਿੱਚ ਤੇਲ ਦਾ ਪਾ ਕੇ ਉੱਤੇ ਢੱਕਣ ਦੇ ਕੇ ਅਤੇ ਦਿਨ ਚੜ੍ਹਿਆ, ਹੁਣ ਉਹਨੂੰ ਇਹ ਉਹਦੇ ਦਿਮਾਗ 'ਚ ਮੈਂ ਜਿਹੜਾ ਘਰੋਂ ਤੇਲ ਪਾ ਕੇ ਉਸੇ ਨਾਲ ਹੀ ਟਰੈਕਟਰ ਚਲੀ ਜਾਂਦਾ, ਹੁਣ ਉਹ ਤਾਂ ਨਸ਼ੇ 'ਚ ਸੀ। ਉਹਨੇ ਪਿੰਡ ਆਣ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਮਹਾਂਪੁਰਖਾਂ ਦੀ ਵੇਖੋ ਕਿੱਡੀ ਕਿਰਪਾ, ਘਰੋਂ ਟਰੈਕਟਰ ਤੇਲ ਦੇਣਾ, ਮੈਂ ਫੁੱਲ ਕਰ ਖੜਿਆ ਉਹਦੇ ਨਾਲ ਹੀ, 3 ਦਿਨ ਮੈਂ ਸੇਵਾ ਕਰਦਾ ਰਿਹਾ, ਮੱਥਾ ਠਣਕਿਆ ਵੀ ਸਮਝ ਆਉਣ ਲੱਗੀ ਵੀ ਤੂੰ ਤਾਂ ਮਾਮਾ ਨਸ਼ੇ 'ਚ ਹੀ ਰਿਹਾ, ਤੈਨੂੰ ਕੀ ਪਤਾ, ਉਹ ਤਾਂ ਤੂੰ ਜਦੋਂ ਸੌਂ ਜਾਂਦਾ ਸੀ ਉਦੋਂ ਟਰੈਕਟਰ ਦਾ ਟੈਂਕਰ ਜਿਹੜਾ ਤੇਲ ਦਾ ਫੁੱਲ ਕਰਦੇ ਸੀ, ਉਹਨੇ ਪਿੰਡ 'ਚ ਆਣ ਕੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਬੱਲੇ ਬੱਲੇ ਮਹਾਂਪੁਰਖਾਂ 'ਚ ਏਡੀ ਵੱਡੀ ਕਿਰਪਾ, ਇੱਕੇ ਵਾਰੀ ਟਰੈਕਟਰ 'ਚ ਤੇਲ ਪਾਇਆ, ਮੁੜ ਕੇ ਤੇਲ ਪਾਉਂਦੀ 3 ਦਿਨ, ਬਸ ਇੱਦਾਂ ਹੁੰਦਾ ਜੇ ਜੇ ਟਰੈਕਟਰਾਂ 'ਚ ਅਗਲੇ ਇੱਦਾਂ ਪਾ ਸਕਦੇ ਤਾਂ ਬੰਦੇ ਤੇਰੇ 'ਚ ਕਿਉਂ ਨਾ ਪਾਉਣਗੇ ਭਲਾ, ਤੇਲ ਤੇਰੇ 'ਚ ਵੀ ਪਾ ਦਿੰਦੇ ਤੈਨੂੰ ਪਤਾ ਲੱਗਣ ਨਹੀਂ ਦਿੰਦੇ। ਫਿਰ ਬੀਬੀਆਂ ਵੀ ਕਹਿਣਗੀਆਂ ਘਰ ਬਾਹਾਂ ਦੁਖਦੀਆਂ, ਉੱਥੇ ਬਾਹਾਂ ਦੁਖਦੀਆਂ ਨਹੀਂ, ਦੁਖਣੀਆਂ ਕਿੱਥੋਂ ਭਾਈ, ਚਹਿਕੀਕਾਤ ਕਰਾ ਕੇ ਵੇਖ ਲਓ, ਸਾਧਾਂ ਦੇ ਖਾਣੇ ਚੈੱਕ ਕਰਾ ਕੇ ਵੇਖ ਲਓ, ਵਿੱਚੋਂ ਬੜਾ ਕੁਝ ਨਿਕਲਣਾ ਕਾਲਾ ਮਾਲਾ, ਕਰਾਓ ਅਚਨ ਛੇਤੀ। ਇਹ ਨਾ ਹੋਵੇ ਵੀ ਪਹਿਲਾਂ ਬਾਬਿਆਂ ਨੂੰ ਪਤਾ ਹੋਵੇ ਵੀ ਅੱਜ ਛਾਪਾ ਵੱਜਣਾ, ਉਹ ਪਹਿਲਾਂ ਖਾਣਾ ਸਾਫ਼ ਸੁਥਰਾ ਕਰ ਲੈਣ, ਐਂ ਅਚਨ ਛੇਤੀ ਛਾਪਾ ਵੱਜੂ ਅਤੇ ਬਹੁਤ ਕੁਝ ਨਿਕਲਣਾ ਭਾਈ। ਜਿਹੜਾ ਘਰ ਬੰਦਾ ਇੱਕ ਮੱਝ ਨੂੰ ਪੱਠੇ ਪਾਉਣ ਲੱਗਿਆ ਵੀ ਕੰਨੀ ਕਤਰਾਉਂਦਾ ਨਾ, ਉੱਥੇ ਸਾਰੀ ਦਿਹਾੜੀ ਭੱਜਾ ਫਿਰਦਾ, ਕੁਝ ਨਾ ਕੁਝ ਕਾਲਾ ਮਾਲਾ ਤਾਂ ਹੈਗਾ ਭਾਈ, ਥੋੜ੍ਹਾ ਨਹੀਂ ਹੋਏਗਾ ਤਾਂ ਬਹੁਤਾ ਹੋਏਗਾ, ਬਹੁਤਾ ਨਹੀਂ ਹੋਏਗਾ ਤਾਂ ਥੋੜ੍ਹਾ ਹੋਏਗਾ, ਪਰ ਹੈ ਕੁਝ ਨਾ ਕੁਝ ਜ਼ਰੂਰ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਸਾਧ ਸ਼ਰੇਆਮ ਭੁੱਕੀ ਦਾ ਪ੍ਰਸ਼ਾਦ ਇੱਦਾਂ ਵੰਡਣਗੇ ਅਤੇ ਉਹਨੂੰ ਲੋਕ ਕਹਿਣਗੇ ਇਹ ਤਾਂ ਪ੍ਰਸ਼ਾਦ ਹੈ ਜੀ, ਆਮ ਬੰਦੇ ਕੋਲ ਫੜੀ ਜਾਣਗੇ ਅਤੇ ਕਹਿੰਦੇ ਇਹ ਅਮਲੀ ਬੰਦਾ ਬਈ, ਇਹ ਤਾਂ ਅਮਲੀ ਹੈ, ਸਾਧ ਕੋਲ ਫੜੀ ਜਾਵੇਗਾ ਤਾਂ ਮਹਾਂਪੁਰਖ ਹੈ ਅਤੇ ਆਮ ਬੰਦਾ ਜਿਹੜਾ ਅਮਲੀ ਹੈ। ਇਹ ਇਕੱਲੀਆਂ ਸਰਕਾਰਾਂ ਹੀ ਨਹੀਂ, ਇੱਥੇ ਅਖੌਤੀ ਧਾਰਮਿਕ ਲੋਕ ਵੀ ਬੜਾਵਾ ਦੇ ਰਹੇ ਨੇ। ਢਾਡੀ ਕਵੀਸ਼ਰ ਪ੍ਰਚਾਰਕ ਅੱਜ ਨੂੰ ਜਾਂਦੇ ਗੁੱਸਾ ਨਾ ਮਨਾਇਓ, ਬਹੁਤ ਨੇ ਕਵੀਸ਼ਰ ਸ਼ਰਾਬਾਂ ਕੱਲ੍ਹ ਤੱਕ ਪੀਂਦੇ ਰਹੇ ਨੇ, ਪ੍ਰਬੰਧਕ ਪੁੱਛ ਰਿਹਾ ਕਿਹੜੀ ਪੀਣੀ ਹੈ, ਘਰ ਦੀ ਪੀਣੀ ਕਿ ਬਾਹਰ ਦੀ ਪੀਣੀ ਹੈ, ਹੁਣ ਦੱਸੋ। ਬੋਲਣਾ ਗੁਰਦੁਆਰੇ ਹੈ ਅਤੇ ਨਸ਼ਾ ਪੀਤਾ ਜਾ ਰਿਹਾ, ਢਾਡੀਆਂ ਕਵੀਸ਼ਰਾਂ ਪ੍ਰਚਾਰਕਾਂ ਮਾਫ਼ ਕਰਨਾ,
ਮੈਂ ਕਹਿੰਦਾ ਇਕੱਲੇ ਲੀਡਰਾਂ ਦੇ ਨਹੀਂ, ਇਹਨਾਂ ਦੇ ਵੀ ਟੈਸਟ ਕਰਾ ਕੇ ਵੇਖੋ, ਅੱਧਿਆਂ ਨੂੰ ਘਰ ਬਹਿਣਾ ਪੈਣਾ। ਮੈਂ ਕਹਿੰਦਾ ਇੱਦਾਂ ਦੇ ਟੈਸਟ ਹੋਣ, ਜਿਹੜੇ ਕਮੇਟੀਆਂ ਤੋਂ ਲੈ ਕੇ ਰਾਗੀਆਂ ਪ੍ਰਚਾਰਕਾਂ ਦੇ ਟੈਸਟ ਹੋਣ, ਜਿਹਦੇ 'ਚ ਨਸ਼ੇ ਦੀ ਡੋਜ਼ ਪਾਈ ਜਾਵੇ। ਚੱਲ ਘਰ ਬਾ, ਤੂੰ ਨਹੀਂ ਨਸ਼ੇ ਦੇ, ਤੂੰ ਤਾਂ ਪ੍ਰਚਾਰ ਦੇ ਲਾਇਕ ਹੀ ਹੈ ਨਹੀਂ। ਅਤੇ ਵੇਖਿਓ ਬਹੁਤੀਆਂ ਕਮੇਟੀਆਂ ਵੀ ਖਾਲੀ ਹੋ ਜਾਣੀਆਂ, ਅਤੇ ਬਹੁਤੇ ਪ੍ਰਚਾਰਕਾਂ ਨੂੰ ਵੀ ਅਤੇ ਰਾਗੀਆਂ ਨੂੰ ਵੀ ਅਤੇ ਗ੍ਰੰਥੀਆਂ ਨੂੰ ਵੀ ਉੱਚੀ ਬੋਲ ਕੇ ਦੱਸਿਓ, ਹੁਣ ਘਰ ਬਹਿਣਾ ਪੈਣਾ। ਤਿਹਾੜੇ MLA ਜਿਹੜੇ ਸਟੇਜਾਂ 'ਤੇ ਗੱਪਾਂ ਮਾਰੀ ਜਾਂਦੇ, ਉਹ ਨਸ਼ੇ ਦੀ ਡੋਜ਼ 'ਚ ਹੀ ਮਾਰੀ ਜਾਂਦੇ ਆ, ਨਸ਼ੇ ਦੀ ਡੋਜ਼ ਵੱਧ ਲੈ ਲੈਂਦੇ ਆ, ਉਹ ਨਸ਼ਾ ਥੋੜ੍ਹਾ ਹਾਈ ਫਾਈ ਹੁੰਦਾ। ਇਸ ਕਰਕੇ ਫਿਰ ਗੱਲ ਸਮਝਿਓ, ਕਿਸੇ ਦੇ ਕਿਆਂ ਕਿਸੇ ਨੇ ਨਹੀਂ ਰੁਕਣਾ, ਤੁਹਾਨੂੰ ਰਾਖੀ ਆਪ ਕਰਨੀ ਪੈਣੀ। ਇਹ ਨਾ ਸੋਚੋ ਜੀ ਪ੍ਰਚਾਰ ਆਣ ਕੇ ਸਾਡੇ ਪਿੰਡ ਕੋ ਕਰੂਗਾ, ਤਾਂ ਬਹੁਤ ਗੱਲਾਂ ਪ੍ਰਚਾਰ ਨਾਲ ਨਹੀਂ ਕਰਦੇ ਅਸੀਂ। ਆ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਘਰਾਂ 'ਚ ਲਾਈਆਂ ਨੇ, ਪ੍ਰਚਾਰ ਨਾਲ ਲਾਈਆਂ, ਦੇਖਾ ਦੇਖੀ ਅਸੀਂ ਘਰਾਂ 'ਚੋਂ ਲੈ ਆਉਂਦੇ ਹਾਂ। ਇੱਕ ਗੱਡੀ ਲਿਆਉਂਦਾ, ਦੂਜਾ ਲੈ ਆਉਂਦਾ, ਟਰੈਕਟਰ ਲੈ ਆਉਂਦੇ ਹਾਂ, ਉਹ ਚੀਜ਼ਾਂ, ਇਹ ਪ੍ਰਚਾਰ ਨਾ, ਸਾਨੂੰ ਲੋੜ ਹੁੰਦੀ ਅਸੀਂ ਲੈ ਆਉਂਦੇ ਹਾਂ, ਜਿਹੜੀ ਚੀਜ਼ ਦੀ ਸਾਨੂੰ ਲੋੜ ਜਾਪਦੀ ਅਸੀਂ ਖਰੀਦ ਲੈਂਦੇ ਹਾਂ। ਜਦੋਂ ਨਸ਼ੇ ਦੀ ਗੱਲ ਆਉਂਦੀ ਹੈ ਉਦੋਂ ਕਿਉਂ ਨਹੀਂ ਛੱਡਦੇ ਅਸੀਂ? ਕਿਉਂਕਿ ਸਾਨੂੰ ਲੱਗਦਾ ਅਸੀਂ ਪੁੱਠੀਆਂ ਆਦਤਾਂ ਆਪਣੇ ਘਰਾਂ 'ਚ ਪਾ ਲਈਆਂ। ਕੱਪੜੇ ਦੀਆਂ, ਕੱਪੜੇ ਦਾ ਪ੍ਰਚਾਰ ਕੋਈ ਨਹੀਂ ਕਰਦਾ, ਇੱਕ ਡਿਜ਼ਾਇਨਦਾਰ ਕੱਪੜੇ ਪਾਉਂਦਾ ਉਹਦੇ ਵੱਲ ਵੇਖ ਕੇ ਸਾਰੇ ਪਾਈ ਜਾਂਦੇ ਨੇ। ਮੋਬਾਈਲ ਦਾ ਕੋਈ ਪ੍ਰਚਾਰ ਨਹੀਂ ਕਰਦਾ, ਇੱਕ ਇੱਕ ਘਰ 'ਚ ਦਸਾਂ ਜੀਆਂ ਕੋਲ ਮੋਬਾਈਲ ਨੇ, ਦੇਖੋ ਦੇਖੀ ਸਭ ਨੇ ਲੈ ਆਉਂਦੇ। ਇਹ ਚੀਜ਼ਾਂ ਪ੍ਰਚਾਰ ਨਾਲ ਨਹੀਂ, ਲੋੜ ਮੁਤਾਬਕ ਅਸੀਂ ਸਾਰਿਆਂ ਨੇ ਆਪਣੇ ਘਰਾਂ 'ਚ ਇਹ ਚੀਜ਼ਾਂ ਲੈ ਆਉਂਦੀਆਂ। ਜਦੋਂ ਗੱਲ ਆਈ ਨਸ਼ੇ ਦੀ, ਉਦੋਂ ਸਾਡੇ ਦਿਮਾਗ 'ਚ ਆਇਆ ਜੀ ਪ੍ਰਚਾਰ ਨਹੀਂ ਭਾਈ, ਤੁਹਾਨੂੰ ਆਪ ਸਮਝਣਾ ਪੈਣਾ ਹੈ, ਆਪ ਰਾਖੀ ਕਰਨੀ ਪੈਣੀ ਹੈ, ਆਪ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ। ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ, ਕਹਿੰਦੇ ਸੱਚ ਨਾਲ ਪਿਆਰ ਨਹੀਂ ਕਰਦਾ ਪਰ ਨਿੰਦਾ ਹਿਤਕਾਰ ਹੈ, ਬੁਰਿਆਂ ਕੰਮਾਂ ਨਾਲ ਤੇਰਾ ਬੜਾ ਪਿਆਰ ਹੈ। ਕਹਿਣ ਲੱਗੇ ਛਾਪਰ ਬਾਂਧ ਸਵਾਰੇ ਤ੍ਰਿਣ ਕੋ, ਛਾਪਰ ਕਹਿੰਦੇ ਨੇ ਕੱਖਾਂ ਦੀ ਛੰਨ ਨੂੰ, ਧਿਆਨ ਨਾਲ ਸੁਣਿਓ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕੱਖਾਂ ਦੀ ਛੰਨ ਦੇ ਬੰਨੇ ਬੰਨੇ ਬੰਦਾ ਬੈਠਾ, ਜਾਨੀ ਕਿ ਕੱਖਾਂ ਦਾ ਘਰ ਬਣਾਇਆ, ਅਤੇ ਕੱਖਾਂ ਦਾ ਘਰ ਬਣਾ ਕੇ ਉਹਦੇ ਲਾਗੇ ਅੱਗ ਥੋੜ੍ਹਾ ਬਾਲੀ ਦੀ ਹੈ। ਹੁਣ ਮੰਨ ਲਓ ਕਿਸੇ ਬੰਦੇ ਨੇ ਛੰਨ ਬਣਾਈ ਹੋਵੇ ਕੱਖਾਂ ਦੀ, ਅਤੇ ਉਹਦੇ ਲਾਗੇ ਅੱਗ ਬਾਲੀ ਦੀ ਹੈ ਜੀ, ਭਲਾ ਬੰਦਾ ਤਾਂ ਅੱਗ ਬਾਲਦਾ ਹੀ ਨਹੀਂ, ਪਤਾ ਵੀ ਕਿਤੇ ਹਵਾ ਵੱਜ ਗਈ ਇਹਨੂੰ, ਇਹ ਤਾਂ ਮਿੰਟ 'ਚ ਸੜ ਜਾਣਾ। ਇੱਥੇ ਕੱਖਾਂ ਦੀ ਛੰਨ ਛੱਡੋ, ਬਾਹਰਲਿਆਂ ਦੇਸ਼ਾਂ 'ਚ ਲੱਕੜਾਂ ਦੇ ਘਰ ਨੇ, ਉੱਥੇ ਕੋਈ ਆਪਣੇ ਘਰ 'ਚ ਵਿਹੜੇ 'ਚ ਵੀ ਕੋਈ ਚੀਜ਼ ਰੱਖ ਕੇ ਅੱਗ ਨਹੀਂ ਲਾ ਸਕਦਾ। ਪਤਾ ਕਿਉਂ? ਵੀ ਜੇ ਅੱਗ ਪੈ ਗਈ ਤਾਂ ਲੱਕੜ ਦਾ ਘਰ ਸੜ ਲੱਗਿਆ, ਦੇਰ ਹੀ ਨਹੀਂ ਲੱਗਣੀ। ਇੱਥੇ ਘਰ ਸਾਡੇ ਇੱਟਾਂ ਦੇ, ਸੀਮਟ ਸਰੀਏ ਦੇ, ਆਪਾਂ ਅਜੇ ਆਪਣੇ ਵਿਹੜੇ 'ਚ ਕੋਈ ਚੀਜ਼ ਰੱਖ ਕੇ ਅੱਗ ਬਾਲ ਲੈਂਦੇ ਹਾਂ। ਸਤਿਗੁਰ ਨੇ ਇੱਥੇ ਜ਼ਿਕਰ ਕੀਤਾ, ਕਹਿੰਦੇ ਕੱਖਾਂ ਦੀ ਛੰਨ ਬਣੀ ਹੈ, ਉਹਦੇ ਲਾਗੇ ਅੱਗ ਨਹੀਂ ਬਲਦੀ, ਪਰ ਵਕਾਰੀ ਬੰਦਿਆ ਛਾਪਰ ਬਾਂਧ ਸਵਾਰੈ ਤ੍ਰਿਣਕੋ, ਤੇਰੀ ਹਾਲਤ ਇਹ ਹੈ ਵਕਾਰਾਂ ਨਾਲ ਭਰਿਆ ਹੋਇਆ ਜੀਵਨ ਤੂੰ ਇੱਦਾਂ ਜੀਉ ਰਿਹਾ ਜਿਵੇਂ ਕੱਖਾਂ ਦੀ ਛੰਨ ਵਿੱਚ ਰਹਿ ਰਿਹਾ ਹੋਵੇਂ, ਅਤੇ ਬੰਨੇ ਬੰਨੇ ਤੂੰ ਅੱਗ ਬਾਲ ਕੇ ਬੈਠਾ। ਛਾਪਰ ਬਾਂਧ ਸਵਾਰੈ ਤ੍ਰਿਣਕੋ, ਦੁਆਰੇ ਦੁਆਰੇ ਕਹਿੰਦੇ ਬੰਨੇ ਬੰਨੇ, ਪਾਵਕ ਪਾਵਕ ਕਹਿੰਦੇ ਅੱਗ ਨੂੰ ਜਾ ਰਿਹਾ। ਅਤੇ ਯਾਦ ਰੱਖੀ ਜੇ ਕੱਖਾਂ ਦੀ ਛੰਨ ਵਿੱਚ ਬਹਿ ਕੇ ਬੰਨੇ ਬੰਨੇ ਅੱਗ ਬਾਲ ਕੇ ਬੈਠਾ ਨਾ, ਜ਼ਿਆਦੀ ਦੇਰ ਨਹੀਂ ਤੂੰ ਬਚ ਸਕਦਾ। ਜਿੱਦਣ ਹਵਾ ਦਾ ਝੌਂਕਾ ਤੇਰੇ ਵੱਲੋਂ ਆਇਆ, ਇਸ ਘਰ ਨੂੰ ਸੜਨ ਤੋਂ ਕੋਈ ਬਚਾ ਨਹੀਂ ਸਕਦਾ। ਤੁਸੀਂ ਵੇਖਿਆ ਨਾ ਬਹੁਤੇ ਬੰਦੇ ਜਿਨ੍ਹਾਂ ਦਾ ਕੰਮ ਨਸ਼ੇ ਵੇਚਣ ਦਾ ਸੀ, ਉਹਨਾਂ ਦੇ ਬੱਚੇ ਨਸ਼ਾ ਵੇਚਦੇ ਵੇਚਦੇ ਆਪ ਵੀ ਨਸ਼ੇ 'ਚ ਲੱਗ ਗਏ, ਕਿਉਂਕਿ ਕੱਖਾਂ ਦੀ ਛੰਨ ਵਿੱਚ ਬਹਿ ਕੇ ਜੇ ਤੁਸੀਂ ਬੰਨੇ ਬੰਨੇ ਅੱਗ ਬਾਲੋਗੇ ਤਾਂ ਤੁਹਾਡਾ ਘਰ ਵੀ ਉਸ ਅੱਗ ਦੀ ਲਪੇਟ ਤੋਂ ਬਚ ਨਹੀਂ ਸਕਦਾ ਭਾਈ, ਉਹ ਅੱਗ ਦੀ ਲਪੇਟ 'ਚ ਆਏਗਾ ਹੀ ਆਏਗਾ। ਛਾਪਰ ਬਾਂਧ ਸਵਾਰੈ ਤ੍ਰਿਣਕੋ, ਦੁਆਰੇ ਪਾਵਕ ਜਾ ਰਹੇ। ਅੱਗੇ ਕਹਿੰਦੇ ਕਾਲਰ ਪੋਠ ਉਠਾਵੇ ਮੁੰਡੇ, ਕੱਲਰ ਦੀ ਪੰਡ ਸਿਰ 'ਤੇ ਚੁੱਕੀ ਹੋਈ ਹੈ। ਕੱਲਰ ਦੀ ਪੰਡ, ਕੱਲਰ ਕੀ ਹੈ? ਵਕਾਰ। ਬਾਣੀ 'ਚ ਲਿਖਿਆ ਨਾ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਕਹਿੰਦੇ ਕੱਲਰ ਦੀ ਪੰਡ ਜਾਨੀ ਕਿ ਵਕਾਰ, ਬੁਰੀਆਂ ਆਦਤਾਂ ਸਿਰ 'ਤੇ ਚੁੱਕੀਆਂ। ਸਿਰ ਦਾ ਅਰਥ ਕੀ? ਦਿਮਾਗ। ਬੁਰੇ ਖਿਆਲ ਆਪਣੇ ਦਿਮਾਗ 'ਚ ਪਾਏ ਨੇ। ਕਾਲਰ ਪੋਟ ਉਠਾਵੇ ਮੁੰਡੇ, ਕੱਲਰ ਦੀ ਪੰਡ ਵਕਾਰ ਆਪਣੇ ਦਿਮਾਗ 'ਚ ਪਾਏ ਨੇ, ਅਤੇ ਕਾਲਰ ਪੋਟ ਉਠਾਵੇ ਮੁੰਡੇ, ਅੰਮ੍ਰਿਤ ਮਨ 'ਤੇ ਡਾਰ ਹੈ। ਜਿਹੜਾ ਅੰਮ੍ਰਿਤ ਸੀ, ਜਿਹੜਾ ਜਿਹਨੇ ਜਿੱਥੋਂ ਜੀਵਨ ਮਿਲਣਾ ਸੀ, ਆਤਮਕ ਜੀਵਨ ਜਿਹੜਾ ਮੈਨੂੰ ਸਤਿਗੁਰ ਨੇ ਬਾਣੀ 'ਚੋਂ ਦੇਣਾ ਸੀ, ਉਹ ਮਨ 'ਤੇ ਡਰ ਹੈ। ਚੰਗੀਆਂ ਵਿਚਾਰਾਂ ਆਪਣੇ ਮਨ 'ਚੋਂ ਬਾਹਰ ਕੱਢੀਆਂ ਨੇ, ਮਾੜੇ ਖਿਆਲ ਆਪਣੇ ਦਿਮਾਗ 'ਚ ਤੁੰਨ ਤੁੰਨ ਕੇ ਭਰੇ ਨੇ, ਅਤੇ ਚੰਗੀਆਂ ਗੱਲਾਂ ਆਪਣੇ ਮਨ 'ਚੋਂ ਬਾਹਰ ਕੱਢੀਆਂ ਹੋਈਆਂ ਨੇ। ਅਤੇ ਪਾਤਸ਼ਾਹ ਅੱਗੇ ਪਤਾ ਕੀ ਕਹਿੰਦੇ ਨੇ? ਕਹਿੰਦੇ ਦੀ ਹਾਲਤ ਵੇਖੋ ਫਿਰ, ਕਾਲਰ ਪੋਟ ਉਠਾਵੇ ਮੁੰਡੇ, ਅੰਮ੍ਰਿਤ ਮਨ 'ਤੇ ਡਰ ਹੈ, ਓਡੇ ਬਸਤਰ ਕਾਜਰ ਮੈਂ ਭਰਿਆ। ਕਹਿੰਦੇ ਚਿੱਟੇ ਕੱਪੜੇ ਪਾਉਂਦਾ ਤਾਂ ਰਹਿੰਦਾ ਕਾਲ ਕੋਠੜੀ 'ਚ, ਜਾਨੀ ਕਿ ਉਸ ਕਮਰੇ 'ਚ ਬੈਠਾ ਜਿਹੜਾ ਕੱਜਲ ਨਾਲ ਭਰਿਆ ਹੋਇਆ, ਜਿਹੜਾ ਸੁਰਮੇ ਨਾਲ ਭਰਿਆ ਹੋਇਆ। ਬਹੁਰ ਬਹੁਰ ਫਿਰ ਝਾੜ ਹੈ, ਬਾਰ ਬਾਰ ਝਾੜਦਾ ਪਰ ਲੈਣਾ ਨਹੀਂ ਪਿਆ ਰਿਹਾ। ਪਤਾ ਕਿੱਦਾਂ? ਇਹਦਾ ਅਰਥ ਸਮਝੋ ਧਿਆਨ ਨਾਲ। ਕਾਲਰ ਪੋਟ ਉਠਾਵੇ ਮੁੰਡੇ, ਅੰਮ੍ਰਿਤ ਮਨ 'ਤੇ ਡਰ ਹੈ, ਓਡੇ ਬਸਤਰ ਕਾਜਰ ਮੈਂ ਭਰਿਆ।
ਜਾਣੀ ਕਿ ਬੰਦਾ ਧਾਰਮਿਕ ਰਸਮਾਂ ਵੀ ਕਰਦਾ, ਗੁਰਦੁਆਰੇ ਵੀ ਜਾਂਦਾ, ਸਰੋਵਰਾਂ 'ਚ ਇਸ਼ਨਾਨ ਵੀ ਕਰਦਾ, ਪਾਠ ਵੀ ਕਰਦਾ, ਪਰ ਰਹਿੰਦਾ ਫੇਕ ਕਲਰ ਦੀ ਕੋਠੜੀ ਵਿੱਚ ਹੀ ਹੈ। ਇੰਝ ਕਹਿ ਲਓ ਵੀ ਬਾਣੀ ਵੀ ਪੜ੍ਹੀ ਜਾਂਦਾ, ਪਾਠ ਵੀ ਕਰੀ ਜਾਂਦਾ, ਗੁਰਦੁਆਰੇ ਵੀ ਜਾਈ ਜਾਂਦਾ ਅਤੇ ਪੁੱਠੇ ਕੰਮ ਵੀ ਨਾਲ ਹੀ ਕਰੀ ਜਾਂਦਾ। ਇੰਝ ਕਹਿ ਲਓ ਵੀ ਜਿਹਦਾ ਬੰਦੇ ਨੇ ਚਿੱਟੇ ਕੱਪੜੇ ਪਾਇਆ ਪਰ ਰਹਿੰਦਾ ਕਾਲਖ ਦੀ ਕੋਠੜੀ 'ਚ ਅਤੇ ਝਾੜਦਾ ਹੀ ਤਾਂ ਵੀ ਲੈ ਜੇ, ਬੰਦਾ ਵੀ ਤਾਂ ਝਾੜਦਾ ਹੀ ਆ ਨਾ, ਪੁੱਠੇ ਕੰਮ ਕਰਕੇ ਸਰੋਵਰ ਦਾ ਸੰਗਲ ਫੜ ਕੇ ਚੁੱਭੀਆਂ ਮਾਰਦਾ, ਲੈ ਬਾਬਾ ਪਿਛਲੇ ਪਾਪ ਲੈ ਗਏ, ਜਾਣ ਲੱਗਿਆਂ ਫੇਕ ਕਰ ਲੈਂਦਾ। ਵੀ ਜਿਵੇਂ ਬੰਦੇ ਦੇ ਕੱਪੜੇ ਨੂੰ ਕਾਲਖ ਲੱਗੀ ਹੋਵੇ ਪਹਿਲੀ ਲਾਉਂਦਾ ਅਤੇ ਦੂਜੇ ਬੰਨੇ ਫੇਰ ਜਾ ਲੱਗਦੀ ਆ। ਹੁਣ ਮੰਨ ਲਓ ਤੁਸੀਂ ਚਿੱਟੇ ਕੱਪੜੇ ਪਾਏ ਆ, ਚਿੱਟੇ ਕੱਪੜੇ ਪਾ ਕੇ ਤੁਸੀਂ ਇਹ ਕਮਰਾ ਭਰਿਆ ਪੂਰਾ ਕਾਲਖ ਨਾਲ, ਕੱਜਲ ਨਾਲ ਕਮਰਾ ਭਰਿਆ, ਸੁਰਮੇ ਨਾਲ ਭਰਿਆ, ਉਹਦੇ ਵਿੱਚੋਂ ਦੀ ਲੰਘੋ, ਇੱਕ ਬੰਨੇ ਮਾੜਾ ਜਿਹਾ ਕੱਜਲ ਲੱਗ ਗਿਆ ਤੁਸੀਂ ਝਾੜਿਆ, ਇਹਨੂੰ ਹੋਏ ਤਾਂ ਦੂਜੇ ਬੰਨੇ ਲੱਗ ਗਿਆ, ਜਿੰਨਾ ਮਰਜ਼ੀ ਝਾੜੀ ਜਾਓ। ਹਾਂ, ਜਿੰਨੀ ਦੇਰ ਤੱਕ ਤੁਸੀਂ ਕਮਰੇ 'ਚੋਂ ਕੱਜਲ ਬਾਹਰ ਨਹੀਂ ਕੱਢਦੇ ਉੱਨੀ ਦੇਰ ਤੱਕ ਤੁਹਾਡੇ ਕੱਪੜਿਆਂ ਨੂੰ ਕੱਜਲ ਲੱਗਣਾ, ਕਾਲਖ ਲੱਗਣੋਂ ਹਟਣੀ ਨਹੀਂ। ਕਦੇ ਬੰਦਾ ਕੀ ਕਰਦਾ, ਬੁਰੇ ਕੰਮ ਵੀ ਕਰੀ ਜਾਂਦਾ, ਪਾਠ ਵੀ ਕਰੀ ਜਾਂਦਾ, ਪਾਠ ਵੀ ਕਰੀ ਜਾਂਦਾ, ਬੁਰੇ ਕੰਮ ਵੀ ਕਰੀ ਜਾਂਦਾ, ਸਰੋਵਰਾਂ 'ਤੇ ਇਸ਼ਨਾਨ ਵੀ ਕਰੀ ਜਾਂਦਾ, ਮੱਸਿਆ ਵੀ ਨਹਾਈ ਜਾਂਦਾ ਅਤੇ ਸੰਗਰਾਂਦਾ ਵੀ ਨਹਾਈ ਜਾਂਦਾ, ਨਸ਼ੇ ਵੀ। ਹੁਣ ਵੱਡੇ ਵੱਡੇ ਨਸ਼ਿਆਂ ਦੇ ਸਮਗਲਰ ਬੰਦੇ ਘਰਾਂ 'ਚ ਪਾਠ ਕਰਾਉਂਦੇ ਹਨ, ਜਿਹੜੇ ਬੰਦੇ ਨਸ਼ੇ ਵੇਚਦੇ ਪਾਠ ਕਰਾਉਂਦੇ ਹਨ, ਉਹਨਾਂ ਘਰਾਂ 'ਚ ਗ੍ਰੰਥੀ ਪ੍ਰਚਾਰਕ ਬਾਬੇ ਜਾਂਦੇ ਹਨ, ਕੀ ਅਰਦਾਸ ਕਰਦੇ ਹੋਣਗੇ ਭਲਾ ਉਹਨਾਂ ਦੇ ਘਰ ਜਾ ਕੇ ਜਿਹਨਾਂ ਦਾ ਕੰਮ ਸਿੱਧਾ ਨਸ਼ੇ ਦਾ। ਮਹਾਰਾਜ ਇਹਨਾਂ ਨੂੰ ਦਿਨ ਦੁੱਗਣੀ, ਉੱਚੀ ਬੋਲੋ ਹੁਣ, ਯਾਨੀ ਕਿ ਜੇ ਜਿਹੜੇ ਥੋੜ੍ਹੇ ਬਹੁਤੇ ਨੌਜਵਾਨ ਬਚੇ ਉਹ ਵੀ ਕਰ ਲੱਗ ਪੈਣ ਅਤੇ ਇਹ ਆਪਣੀਆਂ ਚਾਰ ਕੋਠੀਆਂ ਨਵੀਆਂ ਹੋਰ ਬਣਾ ਲੈਣ, ਇਹ 5 ਕਿੱਲੇ ਜ਼ਮੀਨ ਹੋਰ ਖਰੀਦ ਲੈਣ, ਦਿਨ ਦੁੱਗਣੀ ਅਤੇ ਰਾਤ। ਅੱਛਾ, ਉੱਥੇ ਗ੍ਰੰਥੀ ਵੀ ਹਿੰਮਤ ਨਹੀਂ ਕਰਦਾ ਇੰਨੀ ਬੋਲਣ ਦੀ, ਪਤਾ ਇਹਨਾਂ ਨੂੰ ਵੀ ਹੈਗਾ ਵੀ ਸਾਰਾ ਕੰਮ ਇਹਨਾਂ ਦਾ, ਇਹਨਾਂ ਦੀਆਂ ਤਾਂ ਨੂੰਹਾਂ ਵੀ ਨਸ਼ਾ ਵੇਚਦੀਆਂ, ਇਹਨਾਂ ਦੀਆਂ ਦੁਕਾਨ ਪੁੱਤ ਵੀ ਨਸ਼ਾ ਵੇਚਦੇ ਆ। ਉੱਥੇ ਇੱਦਾਂ ਗਲ 'ਚ ਹਜੂਰੀਆ ਪਾ ਕੇ ਬਾਬਾ ਵੀ ਆਊਗਾ, ਗੁਰਮੁਖੋ ਪਿਆਰਿਓ। ਵੱਡੇ ਵੱਡੇ ਨਸ਼ਿਆਂ ਦੇ ਸਮਗਲਣ ਬੰਦੇ ਜਿਹੜੇ ਆ, ਜਿਹੜੇ ਗੈਂਗ ਬਣੇ ਹੋਏ ਵੱਡੇ 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 ਧਾਰਮਿਕ ਬੰਦਿਆਂ ਨਾਲ, ਉਹਨਾਂ ਦੀਆਂ ਸਾਂਝਾਂ ਨੇ ਕਿ ਉਹਨਾਂ ਨੂੰ ਪਤਾ ਨਹੀਂ, ਅੱਖਾਂ ਮੀਟੀਆਂ ਹੋਈਆਂ, ਸਭ ਪਤਾ ਹੈ ਪਿਆਰਿਓ। ਉੱਥੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਹਿ ਕੇ ਉੱਥੋਂ ਅੱਗੇ ਲੰਘ ਜਾਣਾ। ਫਿਰ ਸਮਝਿਓ ਗੱਲ ਨੂੰ, ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਓਡੇ ਬਸਤਰ ਕਾਜਰ ਮੈਂ ਭਰਿਆ, ਵਸਤਰ ਚਿੱਟੇ ਪਾਉਂਦਾ ਅਤੇ ਰਹਿੰਦਾ ਕਾਲ ਕੋਠੜੀ 'ਚ, ਯਾਨੀ ਕਿ ਕੱਜਲ ਦੀ ਕੋਠੜੀ, ਬਹੁਤ ਬਹੁਤ ਫਿਰ ਝਾੜੇ ਬਾਰ ਬਾਰ ਝਾੜਦਾ ਵਾ, ਜਿੰਨਾ ਮਰਜ਼ੀ ਝਾੜੀ ਜਾ, ਇਹ ਕੱਜਲ ਲੱਗਣੋਂ ਰਹਿਣਾ ਨਹੀਂ, ਲੱਗ ਜਾਣਾ ਹੈ। ਇੱਦਾਂ ਹੀ ਬੰਦਾ ਕਰਦਾ, ਪਾਠ ਵੀ ਕਰੀ ਜਾਂਦਾ, ਗੁਰਦੁਆਰੇ ਵੀ ਆਈ ਜਾਂਦਾ, ਸਰੋਵਰਾਂ 'ਚ ਇਸ਼ਨਾਨ ਵੀ ਕਰੀ ਜਾਂਦਾ, ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ। ਕਹੋ ਕਬੀਰ ਨਹਾਵਣ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਕਹਿਣ ਲੱਗੇ ਇਸ ਦੇਸ਼ ਦੇ ਵਿੱਚ ਨਾ ਬੜਾ ਕੁਝ ਹੈ, ਨਹਾਵਣ ਕੋ ਤੀਰਥ ਘਨੇ, ਪੂਜਣ ਕਹੋ ਬਹੁ ਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਇੱਥੇ ਬੜੀਆਂ ਦੇਵੀਆਂ ਪੂਜਣ ਵਾਲੀਆਂ, ਬੜੇ ਦੇਵਤੇ ਪੂਜਣ ਵਾਲੇ ਨੇ, ਬਹੁਤ ਕੁਝ ਹੈ, ਬੜੇ ਸਰੋਵਰ ਨੇ ਜਿਨ੍ਹਾਂ 'ਚ ਇਸ਼ਨਾਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਪਰ ਇੱਕੋ ਤਰੀਕ ਹੈ ਜਿਹਦੇ ਨਾਲ ਤੂੰ ਬਚ ਸਕਦਾ, ਉਹ ਹੈ ਆਪਣੇ ਮਨ ਨੂੰ ਸੱਚ ਨਾਲ ਜੋੜ। ਸੱਚ ਦੀ ਸੰਗਤ ਮਨ ਕਰੇਗਾ ਅਤੇ ਬੁਰਿਆਂ ਕੰਮਾਂ ਤੋਂ ਬਚੇਗਾ। ਓਡੇ ਬਸਤਰ ਕਾਜਰ ਮੈਂ ਭਰਿਆ, ਬੌਰ ਬੌਰ ਫਿਰ ਝਾਰੈ। ਅਤੇ ਅੱਗੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ, ਕਹਿੰਦੇ ਕਾਟੇ ਪੇੜ ਡਾਲ ਪਰ ਠਾਡੋ, ਕਹਿੰਦੇ ਜਿਹੜੇ ਦਰਖਤ ਦੀ ਟਾਹਣੀ 'ਤੇ ਬਹੀਏ ਨਾ, ਉਹਦੀਆਂ ਜੜ੍ਹਾਂ ਆਪ ਨਹੀਂ ਵੱਢੀ ਦੀਆਂ, ਜਦੋਂ ਉਹਦੀਆਂ ਜੜ੍ਹਾਂ ਵੱਢੇਗਾ ਤੈਨੂੰ ਡਿੱਗਦਿਆਂ ਦੇਰ ਨਹੀਂ ਲੱਗਣੀ। ਹੁਣ ਬੰਦਾ ਸਿਆਣਾ ਦਰਖਤ ਦੀ ਟਾਹਣੀ ਉੱਤੇ ਬੈਠਾ ਅਤੇ ਉਸੇ ਦਰਖਤ ਦੀਆਂ ਜੜ੍ਹਾਂ ਵੱਢ ਰਿਹਾ ਹੋਵੇ ਅਤੇ ਵੇਖਣ ਵਾਲਾ ਕਹੂਗਾ, ਮੂਰਖਾ ਜਿਹੜੇ ਦਰਖਤ ਦੇ ਟਾਹਣ 'ਤੇ ਬੈਠਾ ਉਹਦੀਆਂ ਜੜ੍ਹਾਂ ਵੱਢੀ ਜਾਣਾ। ਇਹ ਗੱਲ ਹਰ ਇੱਕ ਗ੍ਰਿਸਤੀ ਪਰਿਵਾਰ ਅਤੇ ਲੀਡਰ 'ਤੇ ਢੁੱਕਦੀ ਹੈ। ਅੱਛਾ, ਜਿਹੜਾ ਲੀਡਰ ਹੈ ਉਹਨੇ ਰਾਜ ਕਿਹਦੇ 'ਤੇ ਕਰਨਾ ਭਲਾ ਜੀ, ਪਬਲਿਕ 'ਤੇ, ਅਤੇ ਨਸ਼ੇ 'ਤੇ ਕਿਹਨੂੰ ਲਾ ਰਿਹਾ, ਪਬਲਿਕ ਨੂੰ। ਜੇ ਕੱਲ੍ਹ ਨੂੰ ਪਬਲਿਕ ਹੀ ਨਾ ਰਹੀ ਦੱਸਿਓ ਹੁਣ, ਅਤੇ ਰਾਜ ਕਰਨਾ ਕਿਹਦੇ 'ਤੇ ਹੈ। ਗ੍ਰਿਸਤੀ ਬੰਦਾ ਆਪਣੇ ਪੁੱਤ ਨੂੰ ਪੈਦਾ ਕਰਦਾ, ਵੱਡਾ ਹੁੰਦਾ, ਉਹਦੇ ਸਾਹਮਣੇ ਨਸ਼ਾ ਪੀਂਦਾ। ਕਈ ਆਪਣੇ ਬੱਚਿਆਂ ਨਾਲ ਬਹਿ ਕੇ ਪੀਂਦੇ ਨੇ, ਪਿਓ ਪੁੱਤ ਇਕੱਠੇ ਬਹਿ ਕੇ ਪੀਂਦੇ ਨੇ, ਲੱਗਦਾ ਨਹੀਂ ਤੁਹਾਨੂੰ, ਜਿਹੜੇ ਦਰਖਤ ਦੀਆਂ ਟਾਹਣੀਆਂ 'ਤੇ ਬੈਠਾ ਉਸੇ ਦਰਖਤ ਦੀਆਂ ਜੜ੍ਹਾਂ ਆਪ ਕੁਤਰਨ 'ਤੇ ਲੱਗਾ ਹੋਇਆ। ਕਾਟੇ ਪੇੜ ਡਾਲ ਪਰ ਠਾਡੋ, ਕਹਿੰਦੇ ਉਸੇ ਦਰਖਤ ਦੇ ਟਾਹਣ 'ਤੇ ਬਹਿ ਕੇ ਅਤੇ ਉਹਦੀਆਂ ਜੜ੍ਹਾਂ ਆਪੇ ਵੱਢਣ ਡਿਆ, ਖਾਏ ਖਾਏ ਮੁਸਕਾਰੇ ਨਾਲ, ਹੱਸਦਾ ਵੀ ਆ, ਖੁਸ਼ ਹੁੰਦਾ। ਕਈ ਵੇਖਿਆ ਨਾ, ਕਿੱਦਾਂ ਇੱਦਾਂ ਮਾੜੀ ਜਿਹੀ ਉਂਗਲ ਲਾ ਕੇ ਆਪਣੇ ਪੁੱਤ ਦੇ ਮੂੰਹ ਨੂੰ ਕਹਿੰਦੇ ਚਾਂਗਰ ਮਾਰ, ਆ ਮਾਮਾ ਆਇਆ ਨੂੰ ਗਾਲ ਕੱਢ ਕੇ ਵਿਖਾ,
ਨਾਨਾ ਆਇਆ ਇਹਨੂੰ ਅੱਖਾਂ ਕੱਢ ਕੇ ਵਿਖਾ। ਇੱਦਾਂ 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 ਕਈ ਪੰਜਾਬੀ ਸਾਡੇ ਕਰਦੇ, ਫੁਕਰੀਆਂ ਮਾਰਦੇ ਵੱਡੀਆਂ ਵੱਡੀਆਂ, ਜਦੋਂ ਘਟਨਾਵਾਂ ਵਾਪਰਦੀਆਂ ਫਿਰ ਅਸੀਂ ਖੂਨ ਦੇ ਹੰਝੂ ਰੋਂਦੇ ਹਾਂ। ਕਿਤੇ ਨਾ ਕਿਤੇ ਸਾਡਾ ਆਪਣਾ ਕਸੂਰ ਹੈ ਭਾਈ, ਆਪਣੇ ਆਪ ਨੂੰ ਸਵਾਰੀਏ, ਆਪਣੀਆਂ ਜ਼ਿੰਮੇਵਾਰੀਆਂ ਚੁੱਕੀਏ, ਆਪਣੇ ਆਪ ਨੂੰ ਵਿੱਚ ਖਿਲਾਰੀਏ ਵੀ ਕਿਤੇ ਨਾ ਕਿਤੇ ਸਾਡਾ ਆਪਣਾ ਵੀ ਕਸੂਰ ਹੈ। ਇਹ ਗੱਲ ਉਦੋਂ ਰੁਕਣੀ ਹੈ ਜਦੋਂ ਅੱਗ ਲੱਗਦੀ ਹੈ ਨਾ, ਉਦੋਂ ਨਹੀਂ ਫਾਇਦਾ। ਲਿਖਿਆ ਨਾ ਭਾਈ ਗੁਰਦਾਸ ਨੇ ਵੀ ਜੈਸੇ ਘਰ ਲਾਗੇ ਆਗ ਜਾਗ ਕੂਹਾ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਉਧਰੋਂ ਅੱਗ ਲੱਗੀ ਹੋਵੇ ਤਾਂ ਕਹੀਏ ਜੀ ਘਰੋਂ ਖੂਹ ਪੁੱਟ ਕੇ ਨਾ ਇਹਦੇ ਪਾਣੀ ਨਾਲ ਅੱਗ ਬੁਝਾਉਣੀ ਹੈ, ਖੂਹ ਪੁੱਟਦਿਆਂ ਪੁੱਟਦਿਆਂ ਤੁਹਾਡਾ ਘਰ ਲੂਸ ਜਾਣਾ। ਦਬਦਬ ਗੁਆਂਢੀਆਂ ਕਰੋ, ਪਾਣੀ ਲਿਆ ਕੇ ਅੱਗ ਬੁਝਾ ਲਓ, ਜਦੋਂ ਅੱਗ ਬੁਝ ਗਈ ਤਾਂ ਖੂਹ ਬਾਅਦ 'ਚ ਪੱਟ ਲਿਓ। ਲੱਗਦਾ ਨਹੀਂ ਸਾਨੂੰ ਜਦੋਂ ਘਟਨਾ ਵਾਪਰਦੀ ਹੈ ਆਪਾਂ ਦਬਦਬ ਖੂਹ ਪੱਟਣ ਤੁਰ ਪੈਂਦੇ ਹਾਂ, ਹੁਣ ਖੂਹ ਪੱਟਣ ਦਾ ਫਾਇਦਾ ਨਹੀਂ। ਜਦੋਂ ਅੱਗ ਬੁਝੀ ਹੋਈ ਨਾ ਠੰਡੇ ਧੀਰੇ ਪਹਿਲਾਂ ਹੀ ਖੂਹ ਪੁੱਟ ਰਹੇ ਹੋ, ਲੱਛਣਾਂ ਤੋਂ ਪਹਿਲਾਂ ਹੀ ਖੂਹ ਪੱਟ ਲਓ ਵੀ ਐਰਕੀ ਪਿੰਡ 'ਚ ਨਾ ਨਸ਼ਾ ਵੜਨ ਦੇਣਾ, ਨਾ ਨਸ਼ੇ ਵੇਚਣ ਦੇਣਾ ਹੈ, ਅਤੇ ਨਾ ਨਸ਼ੇ ਵਾਲੇ ਨੂੰ ਕਿਸੇ ਨੂੰ ਵੋਟ ਪਾਉਣੀ ਹੈ। ਹੈ ਇੰਨੀ ਹਿੰਮਤ ਵੀ ਅਸੀਂ ਇੰਨੀ ਪ੍ਰਣ ਕਰ ਸਕੀਏ। ਇਹਨੂੰ ਕਹਿੰਦੇ ਅੱਗ ਲੱਗਣ ਤੋਂ ਪਹਿਲਾਂ ਖੂਹ ਪੱਟਣਾ, ਵੀ ਜਦੋਂ ਖੂਹ ਪਹਿਲਾਂ ਪੱਟਿਆ ਹੋਇਆ, ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ, ਜਦੋਂ ਅੱਗ ਲੱਗੂ ਆ ਵੇਖਿਆ ਨਾ ਵੱਡੀਆਂ ਵੱਡੀਆਂ ਫੈਕਟਰੀਆਂ 'ਚ ਅੱਗ ਬੁਝਾਉਣ ਵਾਲੇ ਯੰਤਰ ਟੰਗੇ ਹੁੰਦੇ ਨੇ, ਉਹ ਕਿਉਂ ਟੰਗਦੇ ਅਗਲੇ ਵੀ ਜੇ ਕਿਤੇ ਘਟਨਾ ਵਾਪਰੇ ਇਕੱਲੀ ਇਕੱਲੀ ਮੰਜ਼ਿਲ ਦੇ ਵਿੱਚ, ਵੱਡੇ ਵੱਡੇ ਹੋਸਪਿਟਲਾਂ 'ਚ, ਵੱਡੇ ਵੱਡੇ ਹੋਟਲਾਂ 'ਚ ਅਗਲਿਆਂ ਨੇ ਅੱਗ ਬੁਝਾਉਣ ਵਾਲੇ ਯੰਤਰ ਟੰਗੇ ਹੁੰਦੇ ਨੇ ਵੀ ਜਿੱਥੇ ਘਟਨਾ ਵਾਪਰੇ ਦਬ ਦਬ ਅੱਗ ਬੁਝਾ ਦਿਉ। ਉਹ ਕਾਹਦੇ ਲਈ ਹੈ ਭਲਾ? ਉਹਨਾਂ ਨੂੰ ਪਤਾ ਅੱਗ ਭਾਵੇਂ ਸਾਰੀ ਜ਼ਿੰਦਗੀ ਨਾ ਲੱਗੇ ਪਰ ਅਗਲਿਆਂ ਪ੍ਰਬੰਧ ਤਾਂ ਕੀਤਾ ਹੋਇਆ ਨਾ, ਉਹ ਪ੍ਰਬੰਧ ਇਸ ਕਰਕੇ ਕੀਤਾ ਵੀ ਜੇ ਅੱਗ ਲੱਗੂ ਤਾਂ ਬੁਝਾ ਲਵਾਂਗੇ। ਇਹਨੂੰ ਕਹਿੰਦੇ ਅਗਲਿਆਂ ਨੇ ਪ੍ਰਬੰਧ, ਇਹਨੂੰ ਕਹਿੰਦੇ ਪਲੈਨਿੰਗ ਬਣਾਉਣੀ। ਸਾਡੇ ਕੰਮ ਉਲਟ ਹੁੰਦਾ, ਜਦੋਂ ਘਟਨਾ ਵਾਪਰਦੀ ਉਦੋਂ ਕਹਿੰਦੇ ਬੜਾ ਮਾੜਾ ਹੋਇਆ, ਖਾ ਲਿਆ ਸਾਨੂੰ। ਉਦੋਂ ਨਹੀਂ ਸ਼ਰਮ ਆਉਂਦੀ ਜਦੋਂ ਆਪ ਹੀ ਘਰਾਂ 'ਚ ਤੁਰ ਪੈਂਦੇ ਆ ਨਸ਼ੇ ਵੰਡਣ ਵਾਸਤੇ, ਪੀ ਕੇ ਜਦੋਂ ਘਰਾਂ 'ਚੋਂ ਨਿਕਲਦੇ ਆ, ਡਿੱਗ ਡਿੱਗ ਕੇ ਤੁਰੇ ਫਿਰਦੇ ਆ, ਬਸ ਗੱਲ ਫਿਰ ਉੱਥੇ ਆਉਂਦੀ ਹੈ। ਕਾਟੇ ਪੇੜ ਡਾਲ ਪਰ ਠਾਡੋ, ਖਾਏ ਖਾਏ ਮੁਸਕਾਰੇ ਅੱਗੇ ਪਾਤਸ਼ਾਹ ਕਹਿੰਦੇ ਗਿਰੇ ਹੋ ਜਾਏ। ਇਹੋ ਜਿਹਾ ਬੰਦਾ ਫਿਰ ਜਦੋਂ ਆਪੇ ਉਸ ਦਰਖਤ ਦੀਆਂ ਜੜ੍ਹਾਂ ਕੱਟਦਾ ਨਾ, ਜੜ੍ਹਾਂ ਕੱਟਦਿਆਂ ਕੱਟਦਿਆਂ ਜੜ੍ਹਾਂ ਵੱਢ ਪੈਂਦਾ, ਫਿਰ ਉੱਤੋਂ ਡਿੱਗਦਾ, ਗਿਰਿਓ ਜਾਏ ਰਸਾਤਲ ਪਰਿਓ, ਛਿਟੀ ਛਿਟੀ ਸਿਰ ਭਾਰੈ, ਫਿਰ ਹੱਡੀ ਪਸਲੀ ਵੀ ਨਹੀਂ ਬਚਦੀ, ਯਾਨੀ ਕਿ ਬਚਦਾ ਕੁਝ ਨਹੀਂ, ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਆ। ਜਦੋਂ ਬੰਦਾ ਗਲਤ ਰਸਤੇ 'ਤੇ ਪੈਂਦਾ, ਨਿਰਵੈਰ ਹੈ ਸੰਗ ਵੈਰ ਰਚਾਏ, ਉਹ ਪਰਮਾਤਮਾ ਜਿਹੜਾ ਵੈਰ ਤੋਂ ਰਹਿਤ ਹੈ ਉਹਦੇ ਨਾਲ ਇਹ ਵੈਰ ਪਾ ਕੇ ਬੈਠਾ, ਉਹਦੇ ਨਾਲ ਇਹ ਵਿਰੋਧਤਾ ਬਣਾ ਕੇ ਬੈਠਾ, ਉਹ ਤੋਂ ਦੂਰੀ ਬਣਾ ਕੇ ਬੈਠਾ, ਨਿਰਵੈਰ ਹੈ ਸੰਗ ਵੈਰ ਰਚਾਏ, ਕਹਿੰਦੇ ਪਹੁੰਚ ਨਾ ਸਕਿਆ ਗਵਾਰਾ। ਜਿਹੜੀ ਇਹਨੇ ਅਸਲੀ ਮੰਜ਼ਿਲ 'ਤੇ ਪਹੁੰਚਣਾ ਸੀ, ਵਧੀਆ ਇਨਸਾਨ ਬਣਨ ਵਾਲੀ ਮੰਜ਼ਿਲ 'ਤੇ ਪਹੁੰਚਣਾ ਸੀ, ਉਸ ਮਕਸਦ ਨੂੰ ਹਾਸਲ ਨਾ ਕਰ ਸਕਿਆ। ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਹੈ। ਹੇ ਨਾਨਕ ਆਖ, ਜਿਹੜੇ ਸਤ ਸੰਗੀ ਹੁੰਦੇ ਨੇ, ਸਤ ਦਾ ਸੰਗ ਕਰਨ ਵਾਲੇ ਹੁੰਦੇ ਨੇ, ਉਹਨਾਂ ਦਾ ਫਿਰ ਰਾਖਾ ਉਹ ਆਪ ਬਣਦਾ, ਪਾਰ ਬ੍ਰਹਮ ਨਿਰੰਕਾਰ ਹੈ, ਉਹ ਵਾਹਿਗੁਰੂ ਪਰਮਾਤਮਾ। ਆਓ ਅਸੀਂ ਅਰਦਾਸ ਕਰੀਏ ਕਿ ਅਸੀਂ ਆਪਣੀ ਜ਼ਿੰਮੇਵਾਰੀ ਮਾਲਕ ਨੂੰ ਦਈਏ, ਮਾਲਕ ਸਾਡੇ ਜ਼ਿੰਮੇਵਾਰ ਬਣਨਗੇ ਉਦੋਂ ਜਦੋਂ ਅਸੀਂ ਆਪਣਾ ਆਪ ਵਾਹਿਗੁਰੂ ਅਕਾਲ ਪੁਰਖ ਸਮਰਪਣ ਕਰਾਂਗੇ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਆਓ ਨੌਜਵਾਨ ਵੀਰੋ ਭੈਣੋ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਆਪਣੀਆਂ ਜ਼ਿੰਮੇਵਾਰੀਆਂ ਸਮਝੀਏ, ਆਪਾਂ ਨਸ਼ਿਆਂ ਤੋਂ ਬਚ ਕੇ, ਬੁਰਿਆਂ ਕੰਮਾਂ ਤੋਂ ਬਚ ਕੇ, ਖੰਡੇ ਬਾਟੇ ਦੀ ਪਹੁਲ ਲੈ ਕੇ, ਗੁਰੂ ਦੇ ਪੁੱਤਰ ਧੀ ਬਣ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ। ਆਪ ਬਾਣੀ ਪੜ੍ਹੀਏ, ਆਪ ਸਤਿਗੁਰ ਦੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਨੂੰ ਸਟਾਲ ਵੀ ਲੱਗੇਗਾ, ਕੱਲ੍ਹ ਨੂੰ ਸਟਾਲ ਵਾਲੀ ਗੱਡੀ ਵੀ ਆਏਗੀ, ਬੇਨਤੀ ਕਰਾਂਗੇ ਕਿ ਆਪ ਜੀ ਨੇ ਕਿਤਾਬਾਂ ਪੋਥੀਆਂ ਲੈਣ ਦਾ ਯਤਨ ਕਰਨਾ, ਆਪਣੇ ਘਰਾਂ ਵਿੱਚ ਚੰਗਾ ਲਿਟਰੇਚਰ ਰੱਖੋ, ਪੜ੍ਹਨ ਦਾ ਸ਼ੌਂਕ ਪੈਦਾ ਕਰੋ ਤਾਂ ਕਿ ਸਾਡੀ ਸੋਚ ਚੰਗੀ ਬਣ ਸਕੇ। ਕੱਲ੍ਹ ਨੂੰ ਵੀ ਦੀਵਾਨ ਇੱਦਾਂ ਹੀ, ਦੋ ਦੀਵਾਨ ਲਗਾਤਾਰ ਇੱਦਾਂ ਹੋਰ ਸਜਣੇ ਨੇ। ਬੇਨਤੀ ਹੈ ਵੱਧ ਚੜ੍ਹ ਕੇ ਆਪਣੇ ਵੀਰਾਂ ਨੂੰ, ਭੈਣਾਂ ਨੂੰ, ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਵੀ ਬੇਨਤੀ ਕਰੋ, ਕਿਉਂਕਿ ਅੱਜ ਪਹਿਲਾ ਦੀਵਾਨ ਸੀ। ਇੱਕ ਘੱਟ ਸੰਗਤ ਹੋਣ ਦਾ ਕਾਰਨ ਇਹ ਵੀ ਹੈ ਕਿ ਜਿਹੜੀ ਬੜੀ ਵੱਡੀ ਘਟਨਾ ਤੁਹਾਡੇ ਨਗਰ ਵਿੱਚ ਕੱਲ੍ਹ ਵਾਪਰੀ ਹੈ, ਕੁਦਰਤੀ ਗੱਲ ਹੈ, ਉਹਦੇ ਨਾਲ ਸਾਰੇ ਪਰਿਵਾਰ ਦੀ ਜਿਹੜੀ ਪਿੰਡ ਦੀ ਹਮਦਰਦੀ ਜਿਹੜੀ ਹੈ ਜੁੜੀ ਹੈ, ਕਿਉਂਕਿ ਇਹ ਕੋਈ ਮਾਮੂਲੀ ਗੱਲ ਨਹੀਂ। ਜਿਸ ਪਰਿਵਾਰ ਵਿੱਚੋਂ ਇਕਲੌਤਾ ਜੀ ਜਿਹੜਾ ਘਰ ਦਾ ਮੇਨ ਹੋਵੇ ਉਹ ਚਲਾ ਜਾਏ, ਤਾਂ ਬੜੀ ਮੁਸ਼ਕਲ ਹੁੰਦੀ ਹੈ ਪਰਿਵਾਰ ਵਾਸਤੇ, ਕਿਉਂਕਿ ਕੁਦਰਤੀ ਗੱਲ ਹੈ ਕਿ ਜਦੋਂ ਪਰਿਵਾਰ ਵਿੱਚੋਂ ਜੀ ਜਾਂਦਾ ਹੈ, ਖਾਸ ਕਰਕੇ ਜੇ ਕਿਤੇ ਕਮਾਊ ਪੁੱਤ ਹੋਵੇ, ਫਿਰ ਤਾਂ ਉਹ ਘਾਟ ਪੂਰੀ ਕਰਨੀ ਔਖੀ ਹੁੰਦੀ ਹੈ। ਮਾਲਕ ਕਿਰਪਾ ਕਰੇ ਉਸ ਮਾਂ ਬਾਪ ਨੂੰ, ਪਿੱਛੇ ਪਰਿਵਾਰ ਨੂੰ,
ਭਾਣਾ ਮੰਨ ਦਾ ਬਲ ਬਖਸ਼ਿਸ਼ ਕਰੇ ਅਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪ ਨਸ਼ਿਆਂ ਨੂੰ ਹੜ੍ਹ ਨੂੰ ਰੋਕਣ ਵਾਸਤੇ ਆਪਣੇ ਵੱਲੋਂ ਯੋਗ ਉਪਰਾਲੇ ਕਰ ਸਕੀਏ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ। ਇੱਥੋਂ ਦੇ ਸਮੁੱਚੇ ਪ੍ਰਬੰਧਕ ਵੀਰਾਂ ਦਾ, ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਅੱਜ ਦੇ ਦੀਵਾਨ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਆਪਾਂ ਟਾਈਮ ਸਿਰ ਜਿਹੜਾ ਦੀਵਾਨ ਹੈ 8 ਵਜੇ ਗੁਰਮਤਿ ਦੀਆਂ ਵਿਚਾਰਾਂ ਜਿਹੜੀਆਂ ਭਾਈ ਸਾਹਿਬ ਪਹਿਲਾਂ ਸ਼ੁਰੂ ਕਰਨਗੇ, 9 ਤੋਂ ਲੈ ਕੇ ਬਾਅਦ ਵਿੱਚ ਆਪਾਂ ਲਗਾਤਾਰ ਗੁਰਬਾਣੀ ਦੀ ਵਿਚਾਰ ਜਿਹੜੀ ਆਪਾਂ ਲਗਾਤਾਰ ਕਰਾਂਗੇ। ਜੇ ਕਿਸੇ ਵੀਰ ਭੈਣ ਨੇ ਖੰਡੇ ਬਾਟੀ ਦੀ ਪੌ ਲੈਣੀ ਹੈ, ਇੱਥੇ ਪ੍ਰਬੰਧਕਾਂ ਨੂੰ ਤੁਸੀਂ ਆਪਣਾ ਨਾਮ ਜਿਹੜਾ ਉਹ ਨੋਟ ਕਰਵਾ ਸਕਦੇ ਹੋ। ਬਾਅਦ ਵਿੱਚ ਤੁਹਾਡੇ ਵਾਸਤੇ ਖੰਡੇ ਬਾਟੀ ਦੀ ਪੌਲ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਪ੍ਰਬੰਧਕ ਵੀਰਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਏਗਾ। ਸਾਰਿਆਂ ਨੂੰ ਬੇਨਤੀ, ਹੱਥ ਜੋੜ ਕੇ, ਕੱਲ੍ਹ ਨੂੰ ਸਟਾਲ ਲੱਗੇਗਾ। ਆਪ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਕਿਤਾਬਾਂ ਆਪਣੇ ਘਰਾਂ ਵਿੱਚ ਪੜ੍ਹਨ ਦਾ ਰੱਖਣ ਦਾ ਯਤਨ ਕਰਨਾ ਹੈ ਤਾਂ ਕਿ ਸਾਡੀ ਸੋਚ ਜਿਹੜੀ ਹੈ ਉਹ ਗੁਰਬਾਣੀ ਮੁਤਾਬਕ ਬਣ ਸਕੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਜਿੰਨੀ ਦੇਰ ਤੱਕ ਮਹਾਰਾਜ ਦੇ ਸਰੂਪ ਨਿੱਜ ਸਥਾਨ 'ਤੇ ਨਹੀਂ ਜਾਣਗੇ, ਉੰਨੀ ਦੇਰ ਤੱਕ ਆਪਾਂ ਜਾਣ ਦੀ ਖੇਚਲ ਨਹੀਂ ਕਰਨੀ। ਬਾਅਦ ਵਿੱਚ ਇੱਥੇ ਗੁਰੂ ਕਾ ਜਿਹੜਾ ਲੰਗਰ ਹੈ, ਸੰਗਤ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਛਕਣ ਦੀ ਜਿਹੜੀ ਹੈ ਕਿਰਪਾਲਤਾ ਕਰਨੀ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।